ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਇੱਕ ਸੇਧ ਮਿਲ ਸਕੇ ਕਿ ਸਾਡੇ ਸਿੱਖ ਜਰਨੈਲ ਪੰਜਾ ਸਾਹਿਬ ਦੇ ਵਿੱਚ ਕਿਵੇਂ ਸ਼ਹੀਦੀਆਂ ਪਾ ਗਏ ਔਰ ਜੋ ਸਾਡੇ ਬੰਦੀ ਸਿੰਘ ਨੇ ਜੇਲ੍ਹਾਂ ਦੇ ਵਿੱਚ ਅੱਜ ਵੀ ਬੰਦ ਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਅੱਜ ਜਿਹੜਾ ਹੈ ਉਹ ਰਿਹਾਈ ਨਹੀਂ ਹੋ ਰਹੀ ਉਹਨਾਂ ਦੀ ਅਰਦਾਸ ਦੇ ਵਾਸਤੇ ਅਸੀਂ ਆਏ ਹਾਂ ਸੋ ਨੌਜਵਾਨ ਵੀਰਾਂ ਨੂੰ ਇਹ ਜਿਹੜਾ ਹੈ ਉਹਨਾਂ ਦਾ ਉਪਰਾਲਾ ਸੇਧ ਦੇਣ ਵਾਸਤੇ ਮੈਂ ਬੇਨਤੀ ਕਰਾਂਗਾ ਸਰਬੱਤ ਸੰਗਤਾਂ ਜਿਹੜੀਆਂ ਅਜੇ ਪੰਡਾਲ ਤੋਂ ਬਾਹਰ ਨੇ ਕਿਉਂਕਿ 7:30 ਵਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਦੀ ਖਾਸ ਕਰ ਸਾਡੇ ਨੌਜਵਾਨ ਵੀਰ ਬੜੀ ਬੇਸਬਰੀ ਦੇ ਨਾਲ ਉਡੀਕ ਕਰਦੇ ਨੇ ਵਾਰ ਵਾਰ ਫੋਨ ਆ ਰਹੇ ਨੇ ਜਦੋਂ ਦਾ ਸਮਾਗਮ ਪ੍ਰਾਰੰਭ ਹੋਇਆ ਹੈ ਕੇਵਲ 20-25 ਫੋਨ ਮੈਨੂੰ ਹੀ ਆ ਗਏ ਹੁਣ ਨੇ ਕਿ ਬਾਬਾ ਜੀ ਕਦੋਂ ਟਾਈਮ ਹੈ ਅੰਮ੍ਰਿਤਪਾਲ ਸਿੰਘ ਜੀ ਹੁਣਾਂ ਦਾ ਤੋ ਉਹਨਾਂ ਦੇ ਨਾਲ ਕਨੈਕਟ ਹੋਇਆ ਹੈ ਕਿਉਂਕਿ ਸਾਧ ਸੰਗਤ ਸੰਗਤਾਂ ਦੇ ਵੱਲੋਂ ਉਹਨਾਂ ਦੀ ਮੰਗ ਸੀ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਕੇਵਲ 7:30 ਵਜੇ ਤੱਕ ਇੱਥੇ ਪਹੁੰਚਣ ਵਾਲੇ ਨੇ ਆਪ ਜੀ ਪਹਿਲਾਂ ਸਰਵਣ ਕਰੋ ਤੁਹਾਡੇ ਛੋਟੇ ਛੋਟੇ ਬੱਚੇ ਜੋ ਕਿ ਗੁਰਬਾਣੀ ਕੀਰਤਨ ਸਿਖਲਾਈ ਲੈਂਦੇ ਨੇ ਉਹਨਾਂ ਤੋਂ ਬਾਅਦ ਭਾਈ ਭਰਪੂਰ ਸਿੰਘ ਜੀ ਉਹਨਾਂ ਦਾ ਵੀ ਸਮਾਂ ਹੈ ਤੇ ਜੇ ਸਾਡੇ ਕੋਲ ਉਹਨਾਂ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਪਹੁੰਚ ਜਾਂਦੇ ਨੇ ਆਪ ਸੰਗਤਾਂ ਦੇ ਰੂਬਰੂ ਕਰਾਂਗੇ ਸੋ ਬੇਨਤੀ ਹੈ ਸੰਗਤਾਂ ਨੂੰ ਕਿ ਪੰਡਾਲ ਦੇ ਵਿੱਚ ਰੌਣਕ ਅਜੇ ਘੱਟ ਹੈ ਸੋ ਜਿਨ੍ਹਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ ਹੈ ਉਹ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਨੌਜਵਾਨ ਵੀਰਾਂ ਨੂੰ ਸੇਵਾਦਾਰਾਂ ਵੀਰਾਂ ਨੂੰ ਵੀ ਬੇਨਤੀ ਹੈ ਕਿ ਕੋਈ ਬੇਵਜ੍ਹਾ ਬਾਹਰ ਸੰਗਤ ਦੇ ਵਿੱਚ ਸੜਕ ਤੇ ਨਾ ਖੜੇ ਸੰਗਤ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਭ ਤੋਂ ਪਹਿਲਾਂ ਗੁਰੂ ਖਾਲਸਾ ਸਾਧ ਸੰਗਤ ਜੀ ਦਸਮ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਵੱਡੇ ਪਾਗਾਂ ਵਾਲੇ ਹਾਂ ਕਿਉਂਕਿ ਜਿੱਥੇ ਅਸੀਂ ਗੁਰਦੁਆਰਾ ਪੰਜਾ ਸਾਹਿਬ ਸਾਕੇ ਦੇ ਸਮਰਪਿਤ 100 ਸਾਲਾਂ ਨੂੰ ਸਮਰਪਿਤ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਸਰਬੱਤ ਦੇ ਭਲੇ ਦੀ ਅਰਦਾਸ ਗੁਰਮਤਿ ਸਮਾਗਮ ਵਿੱਚ ਜੁੜ ਬੈਠੇ ਹਾਂ ਉੱਥੇ ਹੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਵੀ ਮਾਣ ਰਹੇ ਹਾਂ ਵਿਲਾ ਤੇਜਾ ਗੁਰਮਤਿ ਸੰਗੀਤ ਵਿਦਿਆਲਾ ਦੇ ਵਿਦਿਆਰਥੀਆਂ ਵੱਲੋਂ ਪ੍ਰਬੰਧਕ ਕਮੇਟੀ ਨੂੰ ਤੈਅ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਕੀਰਤਨ ਹਾਜ਼ਰੀ ਲਗਵਾਉਣ ਦਾ ਮਾਣ ਬਖਸ਼ਿਆ ਆਓ ਕੀਰਤਨ ਨਾਲ ਜੁੜਨਾ ਕਰੀਏ ਜੀ ਕੀਰਤਨ ਦੀ ਆਰੰਭਤਾ ਰਾਗ ਕਾਨੜਾ ਤੋਂ ਆਰੰਭ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰਨ ਧੋਏ
ब्रह्म महेश सिद्ध गुण इंद्र प्रकट दान जस मंगी प्रकट दान जस मंगी मेरे लाल ने जोग ज्ञान त्यान सीखना गे जोग ज्ञान त्यान सीखना गे सगल जपैत रंगी सगल जपैत रंग लाल ने की शोभा मेरे लाल ने की शोभा कहो नानक संतन बलहारे कहो नानक संतन बलहारे जो प्रभु के साथ संगी जो प्रभु के साथ संगी मेरे लाल ने की शोभा मेरे लाल ने की शोभा लाल ने की शोभा नीरे गामा पाधा पापा माधा नीसा नीरे सासा सानी दाबा माधा पापा पामा गारी नीरे सासा मेरे लाल ने की शोभा मेरे लाल ने की शोभा माधा नीसा नीरे सासा नीरे गारी सानी दाबा नीनी दाबा माधा पापा पामा गारी नीरे सासा मेरे लाल ने की शोभा मेरे लाल ने की शोभा मेरे लाल ने की शोभा मेरे लाल ने मेरे लाल ने मेरे लाल ने की सतगुर होए दयाल ता शरदा पूरी है सतगुर होए दयाल ता शरदा पूरी है सतगुर होए दयाल ना कब चूरी है सतगुर होए दयाल ना कब चूरी है सतगुर होए शरदा पूरी है सतगुर होए दयाल ता शरदा पूरी है सतगुर होए दयाल ता दुख ना जानिए सतगुर होए दयाल ता दुख ना जानिए सतगुर होए दयाल ता
हर रंग माणिए सतगुर होए दयाल ता शरदा पूरी है सतगुर होए दयाल ता शरदा पूरी है सतगुर होए दयाल ता जम का डर के हा सतगुर होए दयाल ता जम का डर के हा सतगुर होए दयाल ता सद ही सुख देहा सतगुर होए दयाल ता सद ही सुख देहा सतगुर होए दयाल ता शरदा पूरी है सतगुर होए दयाल ता शरदा पूरी है गुर होए दयाल ता नवनिध पाई है सतगुर होए दयाल ता नवनिध पाई है सतगुर होए दयाल ता सच समाई है सतगुर होए दयाल ता शरदा पूरी है सतगुर होए दयाल ता शरदा पूरी है सतगुर होए दयाल ता सतगुर होए दयाल ता सतगुर होए दयाल ता शरदा पूरी चाचक नाम जाचे जाचे चाचक नाम जाचे जाचे सर्ब तार सर्ब के नायक सुख समूह के दाते चाचक नाम जाचे जाचे चाचक
भगता की टेक तू सत्ता की ओट तू सच्चा सिर जन भगता की टेक तू संता की ओट तू भगता की टेक तू संता की ओट तू सतगुर पास बेनंतिया सतगुर पास सच तेरा दरबारा सच तेरे खजीने सच तेरे खजीने सच तेरा
खालसा वाहिगुरु जी की फतेह। सत्कारयोग साध संगत, आप सरवण करज सी गुरमत संगीत सिखदाई विद्यार्थी वीला तेजा, जिन्हां ने गुरबाणी कीर्तन दे नाल आप जी नू सतगुरु पातशाह जी की पावन सिफत सलाह सरवण कराई है, सो बहुत बहुत धन्यवाद। छोटे छोटे बच्चों का मैं बेनती करांगा कि बेसबरी दे नाल इंतजार भाई अमृतपाल सिंह जी जिन्हां दा असीं कर रहे सी ओह नगर वीले दे विच पहुँच चुके ने, और कुछ ही मिनटां तक आप संगतां दे सन्मुख रूबरू होण वाले ने। उन्हां दा समां 8 बजे भाई साहब वालों आप संगतां दे दर्शन करने ने, सो उन्हां दे आउण तक साडे कोल निष्काम कीर्तनी जथा, अखंड कीर्तनी जथा लाला नंगल सिंह जो भाई प्रभूर सिंह जी और उन्हां दे साथी विशेष करके आए ने, मैं उन्हां नूं जीआं कहिंदा हाँ, और बेनती है कि वह स्टेज ते आउण। सतगुरु महाराज जी की गुरबाणी शब्द सतगुरु जी के कीर्तन के राही संगतां नूं गुरु चरणां नाल जोड़ना करन। बेनती करांगा भाई साहब जी दे नाल दे सिंघां वालों, बेनती आई है भाई अमृतपाल सिंह हुणां वालों कि जदों भाई साहब जी ने आउणा है, उन्होंने एंट्री गेट तो आउणा है, तो किसी भी तरह की हुलड़बाजी नहीं करनी, और जिवें साढ़े नौजवान ने कोई चाननिया चुक के अंदर आ जाता है, किसी ने इतना नहीं करना, केवल एंट्री गेट का नहीं संगत ने आना है। और दूसरी बेनती उन्होंने वालों आई है कि किसी ने भी मोबाइल फोन दे विच सतगुरु जी की हजूरी दे विच फोटो नहीं करवानी। ये नहीं कि सतगुरु जी की माण मर्यादा नूं ही असीं जिहड़ा है खिलार दईए, सतगुरु जी की माण मर्यादा नूं ध्यान दे विच रखदे आ। महाराज जी दे ये पावन समागम दे विच पंडाल दे विच संगतां ने सतगुरु जी की जो मर्यादा नूं बरकरार रखना है, और उन्हां दे वल्लों खास कर बेनती है कि किसी भी तरह के नाल
ਹੁੱਲੜਬਾਜ਼ੀ ਦੇ ਨਾਲ ਕਰਕੇ ਫੋਟੋਆਂ ਕਰਾਉਣੀਆਂ ਉਹ ਵਰਜਿਤ ਨੇ ਸਾਰੀ ਸੰਗਤ ਇਹ ਬੇਨਤੀ ਨੂੰ ਪ੍ਰਵਾਨ ਕਰੇ ਔਰ ਦੂਸਰੀ ਬੇਨਤੀ ਦੋ ਟੀ ਵੀ ਚੈਨਲ ਜੋ ਇਸ ਪ੍ਰੋਗਰਾਮ ਨੂੰ ਲਾਈਵ ਕਰ ਰਹੇ ਨੇ ਭੁੱਲਰ ਟੀ ਵੀ ਚੈਨਲ ਤੋਂ ਵੀ ਹੁਣ ਜੋ ਲਾਈਵ ਆਪ ਜੀ ਦੇਖ ਰਹੇ ਹੋ ਉਹ ਭਾਈ ਸਾਹਿਬ ਜਿੰਨਾ ਚਿਰ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਜੀ ਆਪ ਸੰਗਤਾਂ ਦੇ ਰੂਬਰੂ ਹੋਣਗੇ ਉਹਨਾਂ ਚਿਰ ਨਾਲ ਨਾਲ ਭੁੱਲਰ ਟੀ ਵੀ ਤੋਂ ਲਾਈਵ ਆਪ ਜੀ ਦੇਖ ਸਕੋਗੇ ਸੋ ਉਹ ਤੋਂ ਬਾਅਦ ਦਾ ਪ੍ਰੋਗਰਾਮ ਜੋ ਹੈ ਪਰਮਾਰ ਟੀ ਵੀ ਉਹ ਜਿਹੜਾ ਆਰੰਭ ਤੋਂ ਹੀ ਸਮਾਪਤੀ ਤੱਕ ਪਰਮਾਰ ਟੀ ਵੀ ਤੋਂ ਇਹ ਆਪ ਜੀ ਪ੍ਰੋਗਰਾਮ ਦੇਖ ਸਕੋਗੇ ਉਹਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਹਾਂ ਸਾਡੇ ਸਤਿਕਾਰਯੋਗ ਵੀਰ ਕਰਤਾਰ ਲਾਈਟ ਐਂਡ ਸਾਊਂਡ ਬੜਾ ਵਧੀਆ ਉਹਨਾਂ ਦਾ ਪ੍ਰੋਗਰਾਮ ਜੋ ਨਿਭਾ ਰਹੇ ਨੇ ਸਾਡੇ ਪੰਨੂ ਟੈਂਟ ਹਾਊਸ ਵਾਲੇ ਮਾਸਟਰ ਸਾਹਿਬ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਟੈਂਟ ਦੀ ਸਜਾਵਟ ਕੀਤੀ ਹੈ ਸੰਗਤਾਂ ਨੂੰ ਸਤਿਗੁਰ ਲਾਈਟ ਐਂਡ ਸਾਊਂਡ ਜੈਂਤੀਪੁਰ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਇਹ ਸਮਾਗਮ ਦੇ ਪੰਡਾਲ ਦੇ ਵਿੱਚ ਔਰ ਬਾਹਰ ਲਾਈਟਾਂ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਦਾ ਵੀ ਜੀ ਆਇਆ ਔਰ ਬਹੁਤ ਬਹੁਤ ਧੰਨਵਾਦ ਸੋ ਇੱਥੇ ਹੀ ਸਾਧ ਸੰਗਤ ਆਪ ਜੀ ਹੁਣ ਸਰਵਣ ਕਰੋ ਅਖੰਡ ਕੀਰਤਨੀ ਜਥਾ ਲਾਲਾ ਨੰਗਲ ਆਪ ਸੰਗਤਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਇੱਥੇ ਆਉਣ ਤੱਕ ਗੁਰਬਾਣੀ ਸ਼ਬਦਾਂ ਦੇ ਨਾਲ ਜੁੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕਹੇ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡ ਤਿੰਨ ਧਨ ਜਣੇਂਦੀ ਮਾਂ ਧਨ ਜਣੇਂਦੀ ਮਾਂ ਤਿੰਨ ਧਨ ਜਣੇਂਦੀ ਮਾਂ ਤਿੰਨ ਧਨ ਜਣੇਂਦੀ ਮਾਂ ਆਏ ਜਣੇਂਦੀ ਮਾਂ ਧਨ ਜਣੇਂਦੀ ਮਾਂ ਆਏ ਸਫਲ ਸੇ ਆਏ ਸਫਲ ਸੇ
सो उस तो बाद दा प्रोग्राम जो है परमार टीवी वो जेड़ा आरंभ तो ही समाप्ति तक परमार टीवी तो ये आप जी प्रोग्राम देख सकोगे। उदे नाल नाल मैं धन्यवाद करदा हाँ साढ़े सत्कारयोग वीर करतार लाइट एंड साउंड बड़ा वधिया उन्हां दा प्रोग्राम जो निभा रहे ने साढ़े पन्नू टेंट हाउस वाले मास्टर साहब जी उन्हां दा भी बहुत बहुत धन्यवाद जिन्हां ने ये टेंट की सजावट की है संगतां नू। Let's
से आए सफल से आए सफल से आए सफल से दिलो महाबत जना से सच्चे होर से कांडे कच्चे जिन मन होर मुख होर से कांडे कच्चे और रत्ते रत्ते इश्क खुदाए और रत्ते इश्क आप लिए लड़ लाए दर दरवेश से
ਦਿਨ ਧਨ ਜਣਿੰਦੀ ਮਾਂ ਆਏ ਸਫਲ ਸੇ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਬੀਰ ਸੇ ਸੂਰੇ ਸੇ ਬੀਰ ਜਿਨ ਜਾਣਿਆ se sure se bi se sure se bi se sure se bi jin janya se itare se sure se bi se sure se bi संत सहाई जी के संत सहाई जी के संत सहाई जी के संत सहाई जी के भव जल तारण हार भव जल तारण हार भव जल तारण हार भव जल तारण हार सब ते ऊचे ਨਾਮ ਪਿਆ ਨਾਨਕ ਨਾਮ ਪਿਆ ਨਾਨਕ ਨਾਮ ਪਿਆ ਨਾਨਕ ਨਾਮ ਪਿਆ ਨਾਨਕ ਨਾਮ ਪਿਆ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਬੀਰ ਸੇ ਸੂਰੇ ਸੇ ਬੀਰ ਜਿਨ ਜਾਣਿਆ ਨਾਨਕ ਤਿੰਨ ਬਲਹਾਰਨ ਨਾਨਕ ਤਿੰਨ ਬਲਹਾਰਨ ਨਾਨਕ ਤਿੰਨ ਬਲਹਾਰਨ ਨਾਨਕ ਤਿੰਨ ਬਲਹਾਰਨ
जिन जानिया से तरे से सूरे से भी नानक तिन बलहार में हर जप उतरे ती आत्म जिने सगल वसता जांका सत गुर पूरा आत्म जन सगल वसता जांका सत गुर पूरा आत्म जन सगल वसता जांका सत गुर पूरा सत्य
धन श्री गुरु ग्रंथ साहेब जी धन श्री गुरु ग्रंथ साहेब जी धन श्री गुरु ग्रंथ साहेब जी आत्म जने सगल वस ताके ज्ञान का सत गुर पूरा आत्म जने सगल वस ताके ज्ञान का सत गुर जान को हर रंग लागो इस जुग में जान को हर रंग लागो इस जुग में सो कहियत है सूरा सो कहियत है सूरा सो कहियत है सत गुर पूरा आत्म जिने सगल वसता के जाता सत गुर पूरा ठाकुर गाइए आत्म रंग ठाकुर गाइए आत्म रंग ठाकुर गाइए आत्म रंग के हेत गुलरा दीन के हेत
पहला मरन कबू जीवन की सजा हो सबना की रेणुका तो आओ हमारे जा को हर रंग लागो इस युग में सुकहियत है सूरा जन के चरण मसे मेरा हियर है संग पुनीता देही जन की तूर देहो कृपा निद नानक कै सुख डगमग छाडरे मन बोरा डगमग छाडरे मन बोरा मन बोरा डगमग छाडरे मन मग छाड रे मन बोरा डग मग छाड रे मन बोरा मन बोरा डग मग छाड रे मन बोरा अब तो जरे मरे सिद्ध पाइए 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 लीनो हाथ संदो प्रगट हो नाचो मन रे छाडो भ्रम प्रगट हो नाचो मन रे छाडो भ्रम प्रगट हो नाचो मन रे छाडो भ्रम प्रगट हो नाचो या माया के डांडे या माया के डांडे के सन्मुख रण ते डर पै 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 पति के सांचे पांडे 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 डगमग छाड़ रे
जगत बिगूता आपित जगत बिगूता आपित जगत बिगूता कह कबीर राजा राम न छोड़ो 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 सगली ऊंच ते ऊंचा सगली कबीर राजा राम ना छोड़ो सगल ऊंच ते ऊंचा गुर सतगुर का जो सिख अखाए सो भलके उठ हर नाम त्यावे उदम करे भलके परबाती स्नान करे अमृत सो सुनिया चेता सतगुरु उपदेश चेता सतगुरु सो सुनिया सिखी कन्ने उपदेश चेता सतगुरु सो सुनिया सिखी कन्ने 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 उपदेश दे देता सतगुरु सो सुनिया सा सेवा कीती सफल है सेवा कीती सफल है जित सत
सतगुर का मन मन्ने, सतगुर का मन मन्ने, सतगुर का मन मन्ने, जित सतगुर का मन मन्ने, जित सतगुर का मन मन्ने, सतगुर का मन मन्ने, जित सतगुर का सतगुर का मन मन्ने, सतगुर का मन मन्ने, सतगुर का मन मन्ने, जित सतगुर का मन मन्ने, जित सतगुर का मन मन्ने, सतगुर का मन मन्ने, सतगुर का पन्ने ता पाप कसमल पन्ने, 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 उपदेश के देता सत सतगुर का पाणा मन्ने आ, जिन सतगुर का पाणा मन्ने आ, जिन सतगुर का पाणा मन्ने आ, जिन सतगुर का पाणा मन्ने आ, तिन चढ़ी चवगण मन्ने, तिन चढ़ी चवगण मन्ने, तिन चढ़ी गुरमुखी, यह जाल निराली गुरमुखी, यह जाल निराली गुरमुखी, यह जाल निराली गुरमुखी, गुर दिखिया सुन मन पिने, गुर दिखिया सुन मन पिने, गुर दिखिया सुन मन पिने, Yeah.
सतगुर का पहाना मन्या। तिन चढ़ी चवगन बने ए चाल निराली गुरमुखी ए चाल निराली गुरमुखी गुर दिखिया सुन मन पिने उपदेश जे दिता सतगुरु सो सुनिया सिखी कन्ने सो सुनिया सिखी गुरमत हृदय गरीबी आवे गुरमत हृदय गरीबी आवे गुरमत हृदय गरीबी आवे गुरमत हृदय गरीबी आवे हाँ तिस कोल कुमाया समावे गुरमुख
ਗੁਰਮੁਖੀ ਇਹ ਜਾਨ ਰਾਲੀ ਗੁਰਮੁਖੀ ਇਹ ਜਾਨ ਰਾਲੀ ਗੁਰਮੁਖੀ ਇਹ ਜਾਨ ਰਾਲੀ ਗੁਰਮੁਖੀ ਗੁਰ ਦੇਖਿਆ ਸੁਣ ਮਨ ਭਿੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨ ਨਿਗੁਰੇ ਕਾਹੈ ਨਾਮਰਾਸ ਪੀਵ ਪਾਹੁਲ ਖੰਡੇ ਧਾਰ ਹੋਏ ਜਨਮ ਜਨਮ ਸੁਹੇਲਾ ਹੋਏ ਜਨਮ ਸੁਹੇਲਾ ਇਤਨੀ ਕੁ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ ਜੀ ਚੇਤਾ ਸੁਧਾਰ ਬਖਸ਼ਿਸ਼ ਕਰਨਾ ਗੁਰੂ ਪਿਆਰੀ ਸਾਧ ਸੰਗਤ ਜੀ ਬਖਸ਼ ਲੈਣਾ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤ ਸਰਵਣ ਕਰ ਰਹੇ ਸੀ ਅਖੰਡ ਕੀਰਤਨੀ ਜਥਾ ਲਾਲਾ ਨੰਗਲ ਸੋ ਬੜੇ ਸਤਿਗੁਰੂ ਜੀ ਦੇ ਅਨਮੋਲ ਸੁੰਦਰ ਸ਼ਬਦਾਂ ਦੇ ਨਾਲ ਆਪ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੁੜਨਾ ਕੀਤਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਸੋ ਸਾਧ ਸੰਗਤ ਮੈਂ ਬੇਨਤੀ ਕਰਾਂਗਾ ਕਿ ਗੁਰਮਤਿ ਸਮਾਗਮ ਪੰਜਾ ਸਾਹਿਬ ਸਾਕਾ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਹੈ ਸੋ ਕਿਸੇ ਵੀ ਤਰ੍ਹਾਂ ਦਾ ਸ਼ੋਰ ਸ਼ਰਾਬਾ ਔਰ ਹੁੱਲੜਬਾਜ਼ੀ ਨਹੀਂ ਕੇਵਲ ਅਤੇ ਕੇਵਲ ਸਾਡੇ ਪ੍ਰਬੰਧਕ ਵੀਰਾਂ ਵੱਲੋਂ ਖਾਸ ਕਰਕੇ ਬੇਨਤੀ ਹੈ ਕਿ ਆਪ ਜੀ ਜਿੰਨਾ ਚਿਰ ਗੁਰੂ ਮਹਾਰਾਜ ਜੀ ਦੇ ਸਨਮੁਖ ਹੋ ਸਤਿਗੁਰੂ ਜੀ ਦੀ ਮਾਣ ਮਰਿਆਦਾ ਨੂੰ ਭੰਗ ਨਹੀਂ ਕਰਨਾ ਮਹਾਰਾਜ ਜੀ ਦੇ ਸਨਮੁਖ ਜੋ ਮੋਬਾਈਲ ਵਗੈਰਾ ਨਹੀਂ ਵਰਤਣਾ ਕੇਵਲ ਅਤੇ ਕੇਵਲ ਜੋ ਪਹੁੰਚ ਰਹੀਆਂ ਧਾਰਮਿਕ ਸ਼ਖਸੀਅਤਾਂ ਨੇ ਉਹਨਾਂ ਨੂੰ ਰੂਬਰੂ ਹੋ ਕੇ ਉਹਨਾਂ ਦੇ ਵਿਚਾਰ ਸਰਵਣ ਕਰਨੇ ਹਨ ਸੋ ਬਹੁਤ ਹੀ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਡੇ ਵਿੱਚ ਵਿਸ਼ੇਸ਼ ਕਰਕੇ ਪਹੁੰਚ ਚੁੱਕੇ ਹਨ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸੰਗਤਾਂ ਦੇ ਰੂਬਰੂ ਹੋ ਕਰਕੇ ਵਿਚਾਰਾਂ ਦੀ ਸਾਂਝ ਕਰਨ ਜੀ ਆਓ ਉਹਨਾਂ ਦੇ ਸਵਾਗਤ ਦੇ ਵਾਸਤੇ ਸਾਰੇ ਹੀ ਇੱਕ ਜੈਕਾਰਾ ਲਾਈਏ ਜਵਾਬ ਜਿਹੜਾ ਹੈ ਬੁਲੰਦ ਆਵਾਜ਼ ਦੇ ਵਿੱਚ ਦੇਣਾ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸੱਚੇ ਸਤਿਗੁਰੂ ਸਾਹਿਬ ਦੀ ਪਾਵਨ ਹਜ਼ੂਰੀ 'ਚ ਜੁੜ ਕੇ ਬੈਠੇ ਹਾਂ ਗੁਰੂ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾ ਸਾਹਿਬ ਦਾ ਸ਼ਹੀਦੀ ਸਾਕੇ ਦਾ ਅੱਜ ਦਿਹਾੜਾ ਹੈ ਉਹਨਾਂ ਸਿੱਖਾਂ ਦੀ ਯਾਦ ਦੇ ਵਿੱਚ ਦੋ ਸ਼ਬਦ ਆਪਾਂ ਇਹ ਬੋਲਣੇ ਨੇ ਵੀ ਜਦੋਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਟ੍ਰੇਨ 'ਚ ਲਿਜਾਇਆ ਜਾ ਰਿਹਾ ਸੀ ਅਤੇ ਉਹਨਾਂ ਨੂੰ ਰੋਕਣ ਲਈ ਰੇਲ ਗੱਡੀ ਨੂੰ ਸਿੱਖ ਪਟੜੀ 'ਤੇ ਲੰਮੇ ਪੈ ਕੇ ਅਤੇ ਕਿੰਨੇ ਸਿੱਖਾਂ ਨੇ ਸ਼ਹੀਦੀ ਦਿੱਤੀ ਅਤੇ ਅਖੀਰ ਉਹ ਟ੍ਰੇਨ ਰੋਕ ਲਈ ਸੋ ਆਪਾਂ ਉਹਨਾਂ ਸਿੱਖਾਂ ਦੀ ਅਵਸਥਾ ਅਤੇ ਅੱਜ ਸਾਡੀ ਜਿਹੜੀ ਅਵਸਥਾ ਹੈ ਜਿਹੜਾ ਵਾਰ ਵਾਰ ਇਹ ਭਰਮ ਫੈਲਾਇਆ ਜਾ ਰਿਹਾ ਵੀ ਮੌਤ ਬੜੀ ਵੱਡੀ ਚੀਜ਼ ਹੈ ਇਹ ਲੋਕਾਂ ਦੇ ਪੁੱਤ ਮਰਵਾ ਦੇਣਗੇ ਅਤੇ ਸਿੱਖੀ ਦੇ ਵਿੱਚ
मौत नू की छडास हो सबना की रेणुका दुआ हमारे पास। सतगुर सच्चे पातशाह कहिंदे ने भी जे साडी गली च आउणा है सीस तली दे धर के आउणा है मौत नू कबूल करके आउणा क्योंकि मौत सच है जिंदगी झूठ है। सच झूठ दा पैमाना की हुंदा है? पैमाना यह है भी जिंदगी ने अक्सर खत्म हो जाना है मौत ने आना ही आना है। जिन्हें आना जे तो भजया नहीं जा सकता जिदे तो बचा नहीं जा सकता लुकया नहीं जा सकता उसका भय मन लेना ते सारा जीवन उस तों तरह तरह करदे कट देना यह मर्दां ते अणखी लोगों का कम नहीं। गैरतमंद कौमां मौत तो इदां डरदियां नहीं। इस करके महाराज ने बाणी दे विच पैर पैर ते मौत दे भय तो मुक्त होने की गल की है। सो अज गुलामी की जिहड़ी दशा है इहदे बारे सीस तली दे धर के आउणा सिख पटड़ी के लम्बे पै के किन्ने सिखां ने शहीदी दिती ते अखीर ट्रेन रोक ली। सो आपां उन्हां सिखां दी अवस्था ते अज साडी जिहड़ी अवस्था है जिहड़ा बार बार ये भरम फैलाया जा रहा भी मौत बड़ी वड्डी चीज़ है ये लोकां दे पुत मरवा देणगे ते सिखी दे विच मौत नूं कदे वी एडा रुतबा दित्ता नहीं गया गुरु साहब वल्लों। गुरु साहब की बाणी कहती है पहला मरण कबूल जीवन की छडास हो सबना की रेणुका दुआ हमारे पास। सतगुर सच्चे पातशाह कहिंदे ने भी जे साडी गली च आउणा है सीस तली दे धर के आउणा है मौत नूं कबूल करके आउणा क्योंकि मौत सच है जिंदगी झूठ है। सच झूठ दा पैमाना की हुंदा है? पैमाना यह है भी जिंदगी ने अक्सर खत्म हो जाना है मौत ने आना ही आना है। जिन्हें आना जे तो भजया नहीं जा सकता जिदे तो बचा नहीं जा सकता लुकया नहीं जा सकता उसका भय मन लेना ते सारा जीवन उस तों तरह तरह करदे कट देना यह मर्दां ते अणखी लोगों का कम नहीं। गैरतमंद कौमां मौत तो इदां डरदियां नहीं। इस करके महाराज ने बाणी दे विच पैर पैर ते मौत दे भय तो मुक्त होने की गल की है। सो अज गुलामी की जिहड़ी दशा है इहदे बारे सानूं कोई दसण की लोड़ नहीं। जो कुछ साडे नाल वापरिया कौमी रूप दे विच रोज असीं कोई ना कोई ऐसी गल सुणदे हां किते गुरु की बेअदबी हो रही है किते पखंड हो रहा गुरु साहब की हजूरी च। उत्तराखंड दे विच गुरद्वारा नानक माता साहब गुरद्वारा वो गुरद्वारे विच गुरु नानक देव जी महाराज गए छेवें पातशाह की भी चरण छो धरती है। उत्थे एक तरसेम सिंह नां दा साध बैठा है कार सेवा वाला कोई। पहला उन्हें मुख्यमंत्री नूं सद के ते वो मुकट जिहा भेट किया जिहड़ा वो हुंदा जिहड़ा हनुमान कोल ही शायद मेरे ख्याल में वो भेट किया। फिर उन्हें उत्थे गुरु की हजूरी च जिहड़ी पिछे वीडियो आई सी नाच करवाया बच्चियां नूं नचाया ते हुण पिछे जिहा जिहड़ी अरदास की बेदबी की है जिहड़े आ नामधारी ने इन्हां दे जिहड़े बंदे जिहड़े गुरु नूं अज भी देहधारी गुरु नूं मानदे ने इन्हां नूं सद के समागम कराया ते अरदास दे विच 12वां 13वां 14वां 15वां पता नहीं किहड़ा किहड़ा गुरु मान लिया इन्हां ने अपना। सो एक ते इहनूं पिछे जे मेरे ख्याल नाल श्रोमणी कमेटी ने अकाल तख्त साहिब ते सद के तनखाह भी लाई सी। इन्हों का मैनू समझ नहीं आती भी जे कोई गरीब सिख इन्हों के हथ आ जाए वो पुड़े सिख देंगे ने डांगा मार मार के जे कोई तगड़ा हथ आ जाए वो को चार भांडे मजवा के ते घरों घरी तोड़ देंगे ने। इन्हों ये गल समझनी चाहिए है भाई जो गुरु की बेअदबी कर रहा बैठा बंदा वो तनखाह भांडे मांजना। जे अकाली फूला सिंह उस स्थान पर बैठा हों तो ऐसे बंद का की असर करता। सो इस करके इन्हों अपना फर्ज अदा करना चाहिए पर मैं उत्तराखंड के सिखा यह गल कहनी चाहना उत्थे सिख बड़ी चढ़ती कला च है उत्थे सिखां च पतित पुणा नहीं हैगा गुरसिखी नाल जुड़े ने। तुसीं डट के इस मसंद का विरोध करो परवाह नहीं करनी कोई समा बनिया को बिद बड़ी भविख दे विच असीं आप उत्थे पहुंचांगे ते पहुंच के इहनूं पुछांगे वी हां जी भाई दसो की करना है। गुरु की हजूरी च गुरु साहब के पवित्र स्थान ने जदों गुरु साहब ने दसवें पातशाह ने गुरु ग्रंथ साहब महाराज नूं गुरता गति देती ए क्या आग्या भई अकाल की तवह चलायो पंथ सब सिखन को हुक्म है गुरु मान्यो ग्रंथ गुरु ग्रंथ जी मान्यो प्रगट गुरां की देह। ते इत्थे गल मुकदी नहीं फिर इतों बाद 13वां 14वां गुरु कित्थों आ गया ते आ के कीता की है किहड़ी कुरबानी कीती मंजियां ला के असीं सच्चे गुरु हाँ। सच्चे गुरु की पछाण की है? गुरु तेग बहादुर महाराज सच्चे पातशाह ने दिल्ली जा के चांदनी चौंक च सीस दिता है इन्हां की दिता जिहड़ा गुरु मनी फिरदे जिन्हां नूं। सो इस करके ऐसे पखंड का जिहड़ियां उत्थे संगतां ने उन्हां नूं डट के विरोध करना चाहीदा। रोज सानू ऐसी कोई ना कोई खबर सुन नू मिलदी कोई वीडियो आ जांदी है भी किते किसे सिख दी पग ला दित्ती किते किसे सिख नू कुटिया। पहलां ते आपां आपस च वेख लीए भी जदों सिर ते पग बन्नी आ हाथ च शस्त्र नहीं शस्त्रहीण हो के तुरे फिरदे आ
ते जेदा जी करदा चार भईए रल के कुड़ दिंदे ने, चार गुजर आउंदे ने ओह कुड़ दिंदे ने। सो सानू जां ते इक फैसला कर लैणा चाहीदा, हिंदुस्तान दी हुकूमत चाहुंदी है। गुरु नानक देव जी महाराज ने जनेऊ पहनण तों इनकार कीता, हिंदुस्तान दी हुकूमत ब्रह्म गुलामी नूं मन के ते फिर भिखारी बन जाईए ते फिर उन्हां ने सारा कुछ बना देना, फिर हो सकदा पंजाब दे विच सोने दीआं सड़कां बना देण। पर जे गुलामी नहीं मननी, गुरसिखी दे राह ते तुरना है, फिर इदां घसियारे बन के जीवन बतीत नहीं होना कि कदी कित्यों कुट खा ली, कदी कित्यों कुट खा ली। ये फिर तुहानूं मुकाबला करना पैणा है। पग लवा के घर आ जाणा ते घर आण के वीडियो पा देणी वी साडी पग लथी गैरतमंद वाला काम। कोई धी भैण की बेबदी कर जाए, अज की हालात हो गई है, जो कोई पग लाउंदा है ते पग हाथ च फड़ी हुंदी घंटा डेढ़ घंटा बंधे नहीं बंदे भी कोई नहीं साडी इकरी वीडियो बन जाए। ये कोई अणख गैरत वाली गल नहीं, बशर्म वाली गल है। वह कहिंदे ना बशर्मा की डाल दुल गई, तो वह कहिंदे असीं डोल के खाने काम ना करिए आप। जे कोई पग लाउण की जरूरत करता तो हाथ वढ़न की जरूरत कराया करो। ये कई कहिंदे भी तत्तियां गल्लां ने, ते मैं अगे भी कहा सी हुकूमत नूं देखो गल्लां ओह ने ताड़े कोल कानून है, प्रशासन है, फौज है, जज ने, वकील, सारा कुछ ताड़े कोल है। ते जे सिखां दीआं पग्गां तुहाड़े राज लथणियां ने ते फिर असीं इह गल ते बर्दाश्त नहीं कर सकदे वी चुप चाप लवाई जाइए। हो सकदा कोई करी जावे, जिन्हें कुछ लैणा संसार तों, जिन्हें इकट्ठा करना, जिन्हें घर बनाउणे ने, जिन्हें जायदाद बनाउणी है, उहनूं कोई फर्क नहीं पैंदा। संत इक गल कहिंदे सी वी जे इंदरा दी चपली दे सिख बणना फिर तुहानूं कोई गुलामी नहीं। पर उहनां नूं वी बाद च कुट पई। ज्ञानी जैल सिंह राष्ट्रपति सी हिंदुस्तान दे विच सब तो उच्चा अहुदा कहदा हुंदा है राष्ट्रपति दा, जिहदे अंदर फौज है, सारा कुछ है, उहदी गड्डी ते हमला कर दिंदी है भीड़। सो जिहड़े सिख राष्ट्रवादी बणे फिरदे ने, जिहड़े सिख इहनां दे चाकर बणे फिरदे ने, जिहड़े सिख दिल्ली दे दलाल बणे फिरदे ने, इह तुसीं मत सोचो कि जिस दिन भीड़ चढ़ के आई ते उहनां तुहाडा डंडी कार्ड नहीं वेखणा कि तुसीं दिल्ली की किन्नी दलाली की है, किन्नी चाकरी की है। दिल्ली की दलाली करन दी तनखाह मौके ते मिल जांदी माया दे रूप च, पर दलाली ते चाकरी करनी चाहीदी है गुरु घर दी। इन्हें अक्सर आके बचाउणा है, इन्हें इत्थे भी बचाउणा है, लोक च भी, परलोक च भी। ते जिहड़ी दिल्ली की दलाली करदे आ ਉਹ ਚੰਦ ਟੁੱਕੜ ਦੇ ਦਿੰਦੇ ਨੇ, ਬਾਅਦ ਚ ਉਹੀ ਟੁੱਕੜ ਖੋ ਕੇ ਧੀਆਂ ਭੈਣਾਂ ਦੀ ਬੇਬਦੀ ਕਰਦੇ ਨੇ। ਦਿੱਲੀ ਚ ਸਭ ਕੁਝ ਵਾਪਰਿਆ। ਸੋ ਆਪਾਂ ਅਵੇਸਲੇ ਨਾ ਹੋਈਏ। ਅੱਜ ਮੈਨੂੰ ਇੱਥੇ ਸਿੰਘ ਸਾਹਿਬ ਮਿਲੇ ਸੀ ਇੱਕ, ਉਹ ਕਹਿੰਦੇ ਅਸੀਂ ਪਿੰਡ ਚ ਗਏ ਕੋਈ ਗ੍ਰਾਹੀ ਗ੍ਰੂਹ ਕਰਨੀ ਹੋਣੀ ਆ ਪ੍ਰੋਗਰਾਮ ਵਾਸਤੇ, ਤੇ ਕਈ ਬੰਦੇ ਕਹਿੰਦੇ ਵੀ ਅੰਮ੍ਰਿਤਪਾਲ ਜਿਹੜਾ ਉਹ ਏਜੰਸੀਆਂ ਦਾ ਬੰਦਾ ਹੈ, ਇਹਨੇ ਮਾਹੌਲ ਵਿਗਾੜ ਦੇਣਾ। ਸਵਾਲ ਮੇਰਾ ਇਹ ਹੈ ਵੀ ਮਾਹੌਲ ਪਹਿਲਾਂ ਕਿੱਥੇ ਸ਼ਾਂਤ ਹੈ? ਜੇ ਤੁਹਾਨੂੰ ਸ਼ਾਂਤੀ ਲੱਗਦੀ ਹੈ ਤੇ ਮੈਂ ਇੱਕੋ ਹੀ ਕਹੂੰਗਾ, ਆਪੇ ਜਾਂਚ ਪੜਤਾਲ ਕਰ ਲਿਓ। ਤੁਹਾਡੇ ਪਿੰਡ 'ਚ ਝੂਠੇ ਪੁਲਿਸ ਮੁਕਾਬਲਿਆਂ ਨੇ ਕਿੰਨੇ ਨੌਜਵਾਨ ਮਾਰੇ ਸੀ ਤੇ ਨਸ਼ੇ ਨਾਲ ਕਿੰਨੇ ਮਰ ਗਏ ਆ? ਤੇ ਇਹ ਮੈਂ ਦਾਅਵੇ ਨਾਲ ਕਹਿ ਦਿੰਦਾ ਨਸ਼ੇ ਵਾਲੇ ਦੀ ਗਿਣਤੀ ਜ਼ਿਆਦਾ। ਸੋ ਜੇ ਤੇ ਨਸਲਕੁਸ਼ੀ ਰੁਕ ਗਈ ਹੁੰਦੀ, ਜੇ ਨਸਲਕੁਸ਼ੀ ਨਾ ਹੋ ਰਹੀ ਹੁੰਦੀ ਤੇ ਮੈਂ ਮਾਹੌਲ ਵਿਗਾੜਦਾ ਇੱਥੇ? ਤੇ ਜਦੋਂ ਹਕੂਮਤ ਨੂੰ ਗੋਲੀ ਦੀ ਲੋੜ ਨਹੀਂ, ਹਕੂਮਤ ਨਾੜ 'ਚ ਟੀਕਾ ਲਾ ਕੇ ਨੌਜਵਾਨ ਮਾਰ ਰਹੀ ਹੈ ਕੋਠੇ ਜੱਡਾ, ਤੇ ਉਹਨੂੰ ਕੀ ਲੋੜ ਹੈ ਗੋਲੀਆਂ ਚਲਾਉਣ ਦੀ? ਤੇ ਅੱਗੇ ਅਸੀਂ ਵੀ ਕਹੀ ਜਾਈਏ ਵੀ ਜਿੰਨਾ ਚਿਰ ਗੋਲੀ ਦਾ ਖੜਾਕ ਨਹੀਂ ਸੁਣਦਾ ਉਨਾ ਚਿਰ ਅਸੀਂ ਸ਼ਾਂਤੀ ਮੰਨੀ ਫਿਰਦੇ ਹਾਂ। ਇਹ ਸ਼ਾਂਤੀ ਸਿਵਿਆਂ ਵਾਲੀ ਸ਼ਾਂਤੀ ਹੈ। ਮੜੀਆਂ ਦੇ ਵਿੱਚ ਕਿੰਨੀ ਸ਼ਾਂਤੀ ਹੋਣੀ, ਜਾ ਕੇ ਵੇਖ ਲਓ ਕੋਈ ਜੀ ਪਰਿੰਦਾ ਨਹੀਂ ਉੱਥੇ ਕੂਦਦਾ। ਕਿਉਂ ਨਹੀਂ? ਕਿਉਂਕਿ ਉੱਥੇ ਮੁਰਦੇ ਸੜ ਗਏ ਨੇ, ਕਬਰਸਤਾਨਾਂ ਵਿੱਚ ਕੋਈ ਨਹੀਂ ਬੋਲਦਾ, ਮੁਰਦੇ ਦਬੇ ਪਏ ਨੇ, ਉਹਨਾਂ 'ਚ ਜਾਨ ਨਹੀਂ। ਤੇ ਜਿਹੜੀ ਕੌਮ ਮੁਰਦਿਆਂ ਵਰਗੀ ਹੋ ਜਾਏ ਤੇ ਉਹ ਸ਼ਾਂਤੀ ਸ਼ਾਂਤੀ ਕੂਕਣ ਲੱਗ ਪਏ। ਸ਼ਾਂਤੀ ਦਾ ਰੋਕਾ ਅਸੀਂ ਕੋ ਦਈਏ? ਬੇਅਦਬੀ ਸਾਡੇ ਗੁਰੂ ਦੀ ਹੋਵੇ, ਤਖ਼ਤ ਸਾਡੇ ਢਹਿ ਜਾਣ, ਨੌਜਵਾਨੀ ਸਾਡੀ ਦਾ ਘਾਣ ਹੋਵੇ, ਬੇਪਤੀ ਸਾਡੀਆਂ ਧੀਆਂ ਭੈਣਾਂ ਦੀ ਹੋਵੇ, ਤੇ ਸਾਨੂੰ ਆਣ ਕੇ ਪੁੱਛਣ ਵੀ ਤੁਸੀਂ ਸ਼ਾਂਤੀ ਦਾ ਹੋਕਾ ਦਿਓ? ਸ਼ਾਂਤੀ ਦਾ ਹੋਕਾ ਕਿਹਨੇ ਦੇਣਾ ਹੁੰਦਾ? ਸਿੱਖ ਸ਼ਾਂਤੀ ਦਾ ਹੋਕਾ ਦਊਗਾ ਤੇ ਇਸ ਕਰਕੇ ਦਊਗਾ, ਜਾਂ ਤੇ ਉਹ ਸਿੱਖ ਡਰਦਾ ਹੋਊ, ਜਾਂ ਲੋਭੀ ਹੋਊ, ਲਾਲਚੀ ਹੋਊ, ਮਾਰ ਪੈਂਦਿਆਂ ਸ਼ਾਂਤੀ ਦਾ ਹੋਕਾ ਦੇਣ ਵਾਲੀ ਜਿਹੜੀ ਕੌਮ ਹੈ ਉਹ ਬਗੈਰਤ ਗਿਣੀ ਜਾਂਦੀ ਹੈ। ਹੁਣ ਤੁਸੀਂ ਆਪਣੇ ਮਨ ਨਾਲ ਸਵਾਲ ਕਰ ਲਓ, ਮਹਾਰਾਜ ਦੀ ਬਾਣੀ ਕਹਿੰਦੀ ਹੈ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿ ਸ਼ਿਕਾਏ। ਜਿਉਂਦਿਆਂ ਜੀ ਜੇ ਇੱਜ਼ਤ ਪਤ ਨਹੀਂ ਤੇ ਬੁਰਕੀ ਮੂੰਹ 'ਚ ਪਾਉਣ ਲੱਗਿਆਂ ਸੋਚਿਆ ਕਰੋ ਵੀ ਸਾਡੀ ਇੱਜ਼ਤ ਹੈਗੀ ਸਮਾਜ ਦੇ ਵਿੱਚ? ਇਹ ਜਦੋਂ ਕੋਠੀਆਂ ਵੱਡੀਆਂ ਵੱਡੀਆਂ 'ਚ ਜਾ ਕੇ ਆਪਾਂ ਵੜ ਕੇ ਬਹਿ ਜਾਂਦੇ ਹਾਂ, ਬੈੱਡਾਂ 'ਤੇ ਸੌਂ ਜਾਂਦੇ ਹਾਂ, ਇਹ ਵੇਖਿਆ ਕਰੋ ਛਾਤਾਂ 'ਤੇ ਮਾੜੀ ਜੀ ਨਿਗਾਹ ਮਾਰ ਕੇ ਵੀ ਕੌਮ ਦੀ ਕੀ ਦਸ਼ਾ ਹੈ? ਤਖ਼ਤ ਸਾਡੇ ਢਾਹ ਦਿੱਤੇ, ਗਰੀਬ ਸਿੱਖ ਸੜਕਾਂ 'ਤੇ ਰੋਲਦੇ ਫਿਰਦੇ ਆ, ਸਾਨੂੰ ਕੋਠੀਆਂ ਕੀ ਕਹਿੰਦੀਆਂ? ਸੋ ਇਸ ਕਰਕੇ ਗੁਲਾਮੀ ਦਾ ਫੱਟਾ ਨਹੀਂ ਕਿਸੇ ਨੇ ਗੱਲ 'ਚ ਪਾ ਦੇਣਾ ਆਣ ਕੇ। ਇਹ ਮਤ ਸੋਚੋ ਵੀ ਸਵੇਰੇ ਆਣ ਕੇ ਚੌਂਕੀਦਾਰ ਕੋਈ ਦੱਸ ਕੇ ਜਾਇਆ ਕਰੋ ਵੀ ਹਾਂ ਵੀ ਫਲਾਣੇ ਘਰ ਵਾਲਾ ਗੁਲਾਮ ਹੈ, ਫਲਾਣੇ ਦਾ ਆਜ਼ਾਦ ਹੈ। ਗੁਲਾਮੀ ਦੀਆਂ ਇਹੋ ਹੀ ਨਿਸ਼ਾਨੀਆਂ ਹੈ ਵੀ ਜਿਹੜਾ ਕੰਮ ਹਿੰਦੂਆਂ ਨੂੰ ਬਿਨਾਂ ਬੋਲੇ ਹੀ ਹੋ ਜਾਂਦਾ। ਤੁਹਾਡੇ ਬੱਚਿਆਂ ਨੂੰ ਹਿੰਦੀ ਆ ਗਈ,
बिना कोई तुसी पढ़ाई हिंदी जाके नहीं पढ़ाई टीवी बोलिया बच्चे सिख गए पंजाबी सिखाउण लई तुहानूं तिल दा जोर लाउणा पै रिहा इह गुलामी दी निशानी है इत्थों बाहरों आ गए लोग उन्हां रेहड़ियां ते हिंदी लिखी है उन्हां साइन बोर्डां ते हिंदी लिखी है असीं अन्ने वांगू जांदे आ उन्हां कोल समान लैंदे आ तंबाकू खाणे लोग ने उन्हां कोल समान लैंदे आ 10 रुपये सस्ता 10 रुपये महंगा वी नहीं वेंदे अपना कोई गुरसिख कोई दुकान करन लग पए कोई कुछ ते जिदबाजी जाण के दूजे कोल जांदे आ वी नहीं जी असीं ते फलाणे भईओ कोल लैंदे रहे सब्जी वी भईए नाल साडी की रिश्तेदारी है जिहड़ा इह नौजवान तुसीं वी कम्म करन च कोई शर्म ना करिया करो परसों चौथ मीवेंट घटना वापरी है ਬਈਆਂ ਨੇ ਸਿੱਖ ਨੂੰ ਕੁੱਟਿਆ ਤੇ ਉਹਦੀ ਦਸਤਾਰ ਲਾ ਕੇ ਆਪਣੇ ਸਿਰ ਤੇ ਬੰਨ ਲਈ ਹੋਰ ਤੁਸੀਂ ਇਹ ਮੈਨੂੰ ਦੱਸੋ ਵੀ ਹੋਰ ਕਿਹੜੀ ਗੱਲ ਨੂੰ ਡਿਕਣਾ ਜੇ ਤੇ ਕੋਈ ਹੋਰ ਗੱਲ ਹੈ ਜੇ ਕੋਈ ਤੁਹਾਨੂੰ ਕੋਈ ਗੁਪਤ ਗਿਆਨ ਸਾਡੇ ਕੋਲ ਪਿਆ ਹੈ ਤੇ ਮੈਨੂੰ ਵੀ ਬਿਠਾ ਕੇ ਦੱਸ ਦਿਓ ਮੈਂ ਵੀ ਤੁਹਾਡੇ ਨਾਲ ਬਹਿ ਜਾਣਾ ਹੈ ਤੇ ਜੇ ਨਹੀਂ ਜੇ ਇੰਤਹਾ ਹੋ ਗਈ ਹੈ ਬਸ ਹੋ ਗਈ ਹੁਣ ਇਹ ਤੋਂ ਅੱਗੇ ਬਰਦਾਸ਼ਤ ਨਹੀਂ ਕਰਨਾ ਫਿਰ ਕਮਰ ਕੱਸਾ ਕਰੋ ਤੇ ਹੁਣ ਕਰਨਾ ਕੀ ਹੈ ਕਮਰ ਕੱਸਾ ਕਿਵੇਂ ਕਰਨਾ ਹਿੰਦੁਸਤਾਨ ਦੀ ਹਕੂਮਤ ਦਾ ਇੱਕੋ ਇੱਕ ਮਕਸਦ ਹੈ ਉਹ ਮਕਸਦ ਹੈ ਵੀ ਗੁਰੂ ਨਾਲੋਂ ਸਿੱਖਾਂ ਨੂੰ ਤੋੜ ਦਿਓ ਗੁਰੂ ਦਾ ਪ੍ਰੇਮ ਸਿੱਖਾਂ ਦੇ ਹਿਰਦੇ 'ਚ ਨਾ ਰਵੇ ਇਸੇ ਕਰਕੇ ਵਾਰ ਵਾਰ ਬੇਦਬੀਆਂ ਕਰਾਈਆਂ ਇੰਨੀ ਵਾਰ ਬੇਦਬੀ ਕਰਾਈ ਹਿੰਦੁਸਤਾਨ ਦੀ ਹਕੂਮਤ ਨੇ ਹੁਣ ਸਿੱਖਾਂ ਨੂੰ ਐਂ ਲੱਗਦਾ ਵੀ ਕੋਈ ਗੱਲ ਨਹੀਂ ਬੇਦਬੀ ਕਰਨ ਦਾ ਕੀ ਹੋ ਜਾਂਦਾ ਨਾ ਸਿੱਖ ਕੋ ਬੋਲਦੇ ਨੇ ਨਾ ਜੇ ਕੋਈ ਬੋਲਦਾ ਜੀ ਫਲਾਣਾ ਬੇਦਬੀ ਕਰ ਗਿਆ ਸਾਡੇ ਕੈਮਰੇ ਲਵਾ ਲਏ ਆ ਕੈਮਰੇ 'ਚ ਵਹਿੰਦੇ ਮਗਰੋਂ ਬਹਿ ਕੇ ਜਿੱਦਾਂ ਬਹੁਤ ਵੱਡੀ NI ਏਜੰਸੀ ਖੋਲੀ ਹੁੰਦੀ ਇਹਨਾਂ ਨੇ ਵੀ ਹਾਂਜੀ ਜੀ ਅਸੀਂ ਜੇ ਗੁਰੂ ਦੇ ਪੈਰੇ ਪੰਜ ਸਿੰਘ ਨਹੀਂ ਹੋ ਸਕਦੇ ਤੇ ਮੈਂ ਗੱਲ ਕਹਿੰਦਾ ਵੀ ਜਿਹੜੀ ਕਮੇਟੀ ਗੁਰੂ ਘਰ ਚਲਾ ਰਹੀ ਹੈ ਜੇ ਉੱਥੇ ਬੇਦਬੀ ਹੁੰਦੀ ਹੈ ਪਹਿਲਾਂ ਤਾਂ ਕਮੇਟੀ ਵਾਲਿਆਂ ਨੂੰ ਪੁੱਛਣਾ ਚਾਹੀਦਾ ਵੀ ਹੋ ਕਿੱਦਾਂ ਗਿਆ ਕੰਮ ਜੇ ਤੁਸੀਂ ਰੋਕਣ ਜੋਗੇ ਨਹੀਂ ਜੇ ਕਰਨ ਜੋਗੇ ਨਹੀਂ ਤੇ ਕਮੇਟੀ ਕੋਈ ਜਦੀ ਪੁਛਦੀ ਜਦਾਦ ਮਿਲੀ ਹੈ ਸਾਨੂੰ ਇਹ ਗੁਰੂ ਘਰਾਂ ਦਾ ਪ੍ਰਬੰਧ ਸੋ ਇਸ ਕਰਕੇ ਜਿਹੜਾ ਬੰਦਾ ਇਹ ਗੱਲ ਦੀ ਕਤਾਈ ਕਰਦਾ ਉਹ ਕਮੇਟੀ 'ਚ ਹੋਵੇ ਉਹ ਕਿਸੇ ਤਰੀਕੇ ਦਾ ਵੀ ਹੋਵੇ ਉਸ ਬੰਦੇ ਨੂੰ ਵੀ ਬਕਾਇਦਾ ਸਜ਼ਾ ਮਿਲਣੀ ਚਾਹੀਦੀ ਹੈ ਇਹ ਗੁਰੂ ਦੇ ਪਹਿਰੇ 'ਚ ਰਹਿਣਾ ਸਿੱਖੋ ਨੌਜਵਾਨੋ ਇਹ ਤੁਹਾਨੂੰ ਤੁਸੀਂ ਆਪਾਂ ਗਲੀਆਂ 'ਚ ਹਰਲਰ ਕਰਦੇ ਫਿਰਦੇ ਹਾਂ ਅਸੀਂ ਕਦੀ ਕਿਸੇ ਮੋੜ 'ਤੇ ਖਲੋਗੇ ਕਦੀ ਕਿਸੇ 'ਤੇ ਖਲੋਗੇ ਆਈਲੈਟ ਸੈਂਟਰਾਂ ਦੇ ਵਿੱਚ ਅਸੀਂ ਗਾਹ ਪਾਤਾ ਬਾਹਰ ਜਾ ਕੇ ਕੀ ਕਰਨਾ ਤੁਸੀਂ ਮੈਨੂੰ ਦੱਸ ਦਿਓ ਵੀ ਬਾਹਰ ਜਾ ਕੇ ਕਿਹੜੀ ਐਸੀ ਸ਼ੈ ਆ ਜਿਹੜੀ ਤੁਹਾਨੂੰ ਗੁਲਾਮੀ ਦਾ ਮੁਕਤ ਕਰ ਦਿੰਦੀ ਹੈ ਜਿਹੜੀ ਜਲਾਲਤ ਇੱਥੇ ਸਾਨੂੰ ਮਿਲ ਰਹੀ ਹੈ ਉਹ ਬਾਹਰ ਜਾ ਕੇ ਉਹਦਾ ਖਿਆਲ ਨਿਕਲ ਜੂ ਮਨ ਦੇ ਵਿੱਚੋਂ ਇਹ ਭਟਕਣਾ ਹੁੰਦੀ ਹੈ ਕੋਈ ਕੌਮ ਤੁਸੀਂ ਮੈਨੂੰ ਦੱਸੋ ਦਿੱਲੀ 'ਚੋਂ ਕਿੰਨੇ ਕੁ ਲੋਕ ਕੈਨੇਡਾ ਜਾ ਕੇ ਵੱਸਦੇ ਨੇ ਯੂਪੀ 'ਚੋਂ ਕਿੰਨੇ ਕੁ ਵੱਸਦੇ ਨੇ ਉਹ ਬਾਕੀ ਜਿਹੜੇ ਇਲਾਕੇ ਨੇ ਉਹਨਾਂ 'ਚੋਂ ਕਿੰਨੇ ਕੁ ਲੋਕ ਜਾ ਕੇ ਵੱਸਦੇ ਨੇ ਵੱਸਦੇ ਕੌਣ ਹੁੰਦੇ ਆਪਣਾ ਇਲਾਕਾ ਆਪਣੀ ਧਰਤੀ ਆਪਣੀ ਮਿੱਟੀ ਕੌਣ ਛੱਡਦਾ ਉਹ ਛੱਡਦਾ ਜਿਹੜਾ ਆਪਣੀ ਮਿੱਟੀ 'ਤੇ ਜਲੀਲ ਹੋਇਆ ਹੋਵੇ ਅਤੇ ਜਿਹਨੇ ਇਨਸਾਫ਼ ਅਤੇ ਹੱਕ ਨਾ ਲਿਆ ਹੋਵੇ ਤੁਹਾਡੇ ਕੋਲ ਬਾਹਰ ਤੁਰੇ ਫਿਰਦੇ ਅਤੇ ਮੂੰਹ 'ਤੇ ਚਪੇੜ ਮਾਰ ਦੇਵੇ ਘਰ ਆਣ ਕੇ ਨੀਂਦ ਨਹੀਂ ਆਉਂਦੀ ਘਰ ਡਿੱਗਣ ਨੂੰ ਜੀ ਨਹੀਂ ਕਰਦਾ ਸਾਡੇ ਨਾਲ ਕੀ ਕੁਛ ਵਾਪਰ ਰਿਹਾ ਹੈ ਅਤੇ ਅਸੀਂ ਨੌਜਵਾਨ ਬਾਹਰ ਜਾਂਦੇ ਅਤੇ ਉੱਥੇ ਜਾ ਕੇ ਭਟਕਣਾ 10-15 ਦਿਨ ਪਦਾਰਥ ਦੇ ਵਿੱਚ ਉੱਥੇ ਚੱਕਾ ਚੌਂਦ ਹੈ ਉੱਥੇ ਕਾਮ ਕ੍ਰੋਧ ਸਾਰਾ ਕੁਝ ਹੀ ਪ੍ਰਬਲ ਹੈ ਉੱਥੇ 10-15 ਦਿਨ ਮਹੀਨਾ ਸਾਲ ਖੰਡ ਦੇ ਬੰਦੇ ਬੜੇ ਖੁਸ਼ ਕਰ ਜਾਂਦੇ ਵੀ ਅਸੀਂ ਭੱਜ ਆਏ ਹਾਂ ਭਟਕ ਕੇ ਆ ਗਏ ਹਾਂ ਇੱਥੇ ਹੁਣ ਸਾਨੂੰ ਕੋਈ ਪਰਵਾਹ ਨਹੀਂ ਪਰ ਉੱਥੇ ਵੀ ਉਹ ਕੁਛ ਹੈ ਨਵੇਂ ਅਤੇ ਜਿਹਦਾ ਚੰਗਾ ਭਲਾ ਇੱਥੋਂ ਨਿਕਲ ਰਿਹਾ ਉਹਦਾ ਕੀ ਕੰਮ ਹੈ ਆਹ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਵੀ ਮੈਂ ਸਮਝਦਾ ਇੱਥੇ ਹੋਣੇ ਆ ਕਿਤੇ ਨਾ ਕਿਤੇ ਜਿਹੜੇ ਪੁਲਿਸ ਵਾਲੇ ਨਾਲ ਮੈਂ ਗੱਲ ਕਰਦਾ ਉਹ ਗਾੜੀਓ ਇੱਕੋ ਹੀ ਗੱਲ ਕਹਿੰਦਾ ਵੀ ਮੇਰਾ ਬੱਚਾ ਇੱਕ ਕੈਨੇਡਾ ਕੈਨੇਡਾ ਚੱਲ ਜਾਣਾ ਅਤੇ ਫਿਰ ਮੈਂ ਪੁੱਛਦਾ ਵੀ 84 'ਚ ਕਿਹਦੀ ਕੀ ਬਚਾਇਆ ਤੁਸੀਂ 84 ਦੇ ਵਿੱਚ ਉਹ ਤੋਂ ਬਾਅਦ 'ਚ ਖਾੜਕੂਆਂ ਦੇ ਖਿਲਾਫ ਸੰਘਰਸ਼ ਚੱਲਿਆ ਬੜਾ ਵੱਡਾ ਉਹਦੇ 'ਚ ਕਿਹਦੀ ਰਾਖੀ ਕੀਤੀ ਹੈ ਅੱਜ ਤੁਹਾਡੇ ਸਿਰਾਂ 'ਤੇ ਆਣ ਕੇ ਵੀ ਕੌਣ ਲੋਕ ਕਾਬਜ਼ ਹੋ ਕੇ ਸਾਨੂੰ ਦੱਸਣ ਦੀ ਲੋੜ ਨਹੀਂ ਸੋ ਇਸ ਕਰਕੇ ਇਹ ਜੰਗ ਅਸੀਂ ਕਿਉਂ ਹਾਰੀ ਹੈ ਕਿਉਂਕਿ ਅਸੀਂ ਕੌਮ ਪ੍ਰਸਤੀ ਛੱਡੀ ਕੌਮ ਪ੍ਰਸਤੀ ਛੱਡ ਕੇ ਨਿੱਜ ਨੂੰ ਅੱਗੇ ਰੱਖਿਆ ਸੋ ਤੁਸੀਂ ਵੀ ਇਹ ਗੱਲ ਸਮਝੋ ਵੀ ਜੇ ਤੁਹਾਡੇ ਬੱਚੇ ਇੱਥੇ ਕਈ MP ਜਿਹੜੇ ਮੈਨੂੰ ਕਹਿੰਦੇ ਨਾ ਅੰਮ੍ਰਿਤਪਾਲ ਸਿੰਘ ਤੱਤੀਆਂ ਗੱਲਾਂ ਕਰਦਾ ਉਹ MP ਦੇ ਨਿਆਣੇ ਕੈਨੇਡਾ 'ਚ ਬੈਠੇ ਨੇ ਹੁਣ ਜਿਹੜਾ ਸਟੇਟ ਦਾ ਨੁਮਾਇੰਦਾ ਹੈ ਕੋਈ ਜਿਹਦੇ ਆਪਣੇ ਬੱਚੇ ਕੈਨੇਡਾ 'ਚ ਬੈਠੇ ਨੇ ਉਹਨੂੰ ਮੈਂ ਪੁੱਛਦਾ ਵੀ ਤੂੰ ਕਿਹੜੀ ਰਖਵਾਲੀ ਕਰਨ ਡਿਆ ਇੱਥੇ ਕਿਹੜਾ ਐਸਾ ਬਾਗ ਹੈ ਜਿਹੜਾ ਤੂੰ ਉੱਜਣ ਤੋਂ ਬਚਾਉਣ ਡਿਆ ਇਹ ਉਜਾੜਾ ਹੋ ਗਿਆ ਹੋਣਾ ਨਹੀਂ ਅਜੇ ਜਦੋਂ ਮਹਾਰਾਜ ਦੀ ਬੇਅਦਬੀ ਇੰਨੀ ਵਾਰ ਹੋ ਗਈ ਹੋਰ ਕਿਹੜੇ ਉਜਾੜੇ ਨੂੰ ਉਡੀਕਦੇ ਆਪਾਂ ਸੋ ਨੌਜਵਾਨੋ ਤੁਸੀਂ ਵਾਰ ਵਾਰ ਪੁੱਛਦੇ ਕਰਨਾ ਕੀ ਹੈ ਕਰਨਾ ਇੱਕੋ ਹੀ ਕੰਮ ਹੈ ਜਿਹੜੇ ਘਰ 'ਚੋਂ ਹਕੂਮਤ ਨੇ ਸਾਨੂੰ ਕੱਢਿਆ ਆਨੰਦਪੁਰ ਸਾਹਿਬ ਸਾਡਾ ਘਰ ਸੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਕੌਰ ਇਹ ਤਿੰਨਾਂ ਨੂੰ ਸਾਡਾ ਰਿਸ਼ਤਾ ਤੋੜਿਆ ਹਕੂਮਤ ਨੇ ਇਹ ਤਿੰਨਾਂ ਨਾਲ ਸਾਂਝ ਕਰਨੀ ਹੈ ਇਹ ਤਿੰਨਾਂ ਨਾਲ ਹੀ ਸਾਂਝ ਕਰਨੀ ਹੈ ਅੱਜ ਇੱਕ ਨੌਜਵਾਨ ਮੇਰੇ ਕੋਲ ਆਇਆ ਉਹ ਕਹਿੰਦਾ ਵੀ ਮੇਰੇ ਮਾਂ ਪਿਓ ਕਹਿੰਦੇ ਵੀ ਅੰਮ੍ਰਿਤ ਨਹੀਂ ਛਕਣਾ ਜੇ ਛਕਣਾ ਤਾਂ ਅੰਮ੍ਰਿਤਪਾਲ ਕੋਲ ਨਹੀਂ ਛਕਣਾ ਮੈਂ ਕੱਲ ਵੀ ਇਹ ਗੱਲ ਕਹੀ ਸੀ ਵੀ ਮੈਂ ਅੰਮ੍ਰਿਤ 'ਚ ਕੀ ਪਾ ਦਿੰਦਾ ਐਸਾ ਅੰਮ੍ਰਿਤ ਗੁਰੂ ਦਾ ਹੈ ਨਾ ਮੈਂ ਪੰਜ ਪਿਆਰਿਆਂ 'ਚ ਨਾ ਮੈਂ ਛਕਾਉਣ ਵਾਲਿਆਂ 'ਚ ਮੈਂ ਤਾਂ ਆਪ ਗੁਰੂ ਦਾ ਅੰਮ੍ਰਿਤ ਛਕਿਆ ਉੱਥੋਂ ਹੀ ਛਕਿਆ ਜਿੱਥੋਂ ਸਾਰੀ ਦੁਨੀਆ ਛਕਦੀ ਹੈ ਅਤੇ ਇਹ ਅੰਮ੍ਰਿਤ ਮੇਰੇ ਕੋਲ ਕਿਉਂ ਨਹੀਂ ਛਕਣਾ ਮੈਂ ਉਹ ਫਿਰ ਪੁੱਛਦੇ ਨੇ ਕੱਲ੍ਹ ਇੱਕ ਸਵਾਲ ਪਤਾ ਨਹੀਂ ਪਾਉਂਦੇ ਨੇ ਟਕਸਾਲਾਂ ਦੇ ਮੁਖੀ ਪਾਈ ਫਿਰਦੇ ਨੇ ਉਹਨਾਂ ਦੇ ਸਵਾਲ ਨਹੀਂ ਆਇਆ ਮੈਂ ਪਾਲਿਆ ਤਾਂ ਕੀ ਆਖਰ ਆ ਗਈ ਕਿਉਂ ਹਾਹਾਕਾਰ ਮਚਾਈ ਹੈ ਇਸ ਕਰਕੇ ਮਚਾਈ ਆ ਵੀ ਮੈਂ ਇਹ ਚੋਲਾ ਪਾ ਕੇ
हराम नहीं करना, मैं ये चोला पा के अंदर वड़ नहीं जाना, मैनू यह पता है पंथ ने माण बख्शिया, पंथ ने सरूप बख्शिया, गुरु ने सरूप बख्शिया, गुरु ने खंडे पाटे की पौल बख्शी है, इनू जदों छक लिया गुरु के खंडे पाटे की पौल का अमृत जदों चूला पी लिया, छिट्टे अखां च पै गए ने, सिर च चूले पै गए ने, उस तो बाद च यह सिर गुरु का हो जाता है। इतने बड़े लोगों इतराज किया सिर देने दल करते जो तो मैं उन्होंने पूछदा भी सिर तो गुरु ने मंगया, तो जे मैं गुरु का होका गुरु का हुक्म संगत बेनती करके सुनाता एड्डी कि गुनाह हो गया। सो आप तैयारी कसी है, यह इंतजार ना करो, कई माँ प्यो कह भी इस राह ना तुरो, तो माँ प्यो ने अगर पूछा करो भी चिट्टा ला लिया करिए, ये विचला किहड़ा राह वा, एक पासे चिट्टे वाली मौत है, दूजे पासे संघर्ष दे विच जूझ के मरन वाली मौत है, विच विचला कोई राह नहीं हैगा, विच विचाले वह रवे जिन्हें जलील होना है, जिन्हें सिरां तों पगां ला के घूमना है, विच विचाले वह रवे जिन्हें धीआं भैणां दी बेपती वेख के बर्दाश्त करनी है, विच विचाले लकीर ते वह खड़े जिन्हें गुरु की बेअदबी हो के ते अख परे नूं घुमा लैणी है, जिहड़ा गैरतमंद ते बगैरत दो साडे कोल इस वेले मौके ने, जां ते बगैरती दी मौत मरो, चिट्टे दा टीका लाओ नार च, नाली किसे च डिग जाओ ते नाली च डिग के मर जाओ, ते बाद घर दे झूठ बोलणगे भी भाई मुंडा ते चंगा सी, इहनूं पता नहीं की हो गया, पिंड वाले अफसोस करन वाले उह वी झूठ बोलणगे, सारे ही झूठ बोली जाणगे रल मिल के, पर सच्चाई रब तों नहीं लुकदी, पता सारे नूं हुंदा है, जग नूं वी पता हुंदा वी मरिया किदां, ते दूजा राह वी साडे कोल हैगा, मैं करना जिवें दा हुकूमत चाहुंदी है, जे हुकूमत असी कहा सी भी जिहदे मन च जिदां दी तृष्णा उदां दी सतगुरु सच्चे पातशाह साडे कोल पूरी करा दे, जे हुकूमत नूं लगदा उह कहिंदे वी तुसीं तिहार चुकण दी गल कीती है, मैं कहा मैं अजे तक तां नहीं कीती, पर जे हुकूमत नूं वाकिया लगदा भी सिखां कोल होर कोई राह नहीं बचिया, ते सिख इस राह ते जाण तों डरदे नहीं, सिखां ने हथियारां नूं जिहड़ा वा जंगाल नहीं लगा, साडी तेग जदों गुरु साहिब ने खंडे पाटे दी पौल छकाई है उदों वी लिशकदी सी, खंडे दा अमृत उदों छकाया सी, अज वी खंडे दा छकदे अवारागर्दी करन कह दे उत्थे मन मन जांदा है, कोई कह भी चलो पहाड़ां च घूम के आईए उत्थे मन मन जांदा है, ते अमृत छकण दी कोई गल कह दे उदों मन नूं की हो जांदा, तन वी उहनां नुक्ता दस्सिया मैनूं भी तुसीं इदां कह दिओ भी मैं ते मन देण दी गल कीती है, ते मैं कहा जे मन देता ते इह लोथ दा मगरों की करना, इह शरीर दा की करना जे मन ही गुरु नूं देता, सो इस करके 30 तरीक नूं सवेरे 9 वजे अकाल तख्त साहिब ते पहुंचना, अकाल तख्त साहिब ते पहुंच के गुरु दे चरणां च सीस भेट करना, अरदास बेनती की करनी है भी सतगुरु सच्चे पातशाह इह सीस तुहाड़ा सी, जन्मां जन्मां तों भटके आ, किरपा करो उह दात बख्शो जिहड़ी मंगदा कोई नहीं, शहादत दी दात जिहड़ी मंगणी चाहीदी है ਉਹ ਦਾਤ ਮੰਗੀਏ, ਤੇ ਵਿਰਲੇ ਟਾਵੇ ਹੋਣੇ ਨੇ ਕਰਮ ਵਾਲੇ ਜਿਹਨੂੰ ਬਖਸ਼ਣੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ। ਤੇ ਇਹ ਭੁਲੇਖਾ ਮਨ ਚੋਂ ਕੱਢ ਦਿਓ ਵੀ ਸਾਡੇ ਬਿਨਾਂ ਇੱਥੇ ਕੋਈ ਮੱਸਿਆ ਲੱਗਣੋਂ ਹਟ ਚੱਲੀ ਹੈ, ਨਾ ਮੇਰੇ ਬਿਨਾਂ ਕੋਈ ਪੰਥ ਰੁਕ ਜਾਣਾ ਹੈ, ਨਾ ਤੁਹਾਡੇ ਕਿਸੇ ਦੇ ਬਿਨਾਂ ਪੰਥ ਰੁਕ ਜਾਣਾ, ਪੰਥ ਨੇ ਚੱਲਦੇ ਰਹਿਣਾ। अच्छा इत्थे 1 तरीक नूं कहिंदे अमृत संचार आ, सो तुसीं जिहड़े नौजवान पिंड वाले आ इत्थे ही अमृत संचार दे विच हिस्सा लिओ, इह ना होवे भौण उत्थे कहो वी मैं उत्थे कहता ते उत्थे तुर पिओ, इह पिंड वालिआं ने प्रबंध कीता, मैनूं पहिलां पता नहीं सी उहदे लिखे मां चाहुंदा, इत्थे ही अमृत संचार अमृत पंज प्यारिआं तिआर करना, पंज प्यारे गुरु रूप हुंदे ने जिथे वी पंज प्यारे खड़े हो जाण जे रहत दे पूरे ने, सो इस करके तुसीं इत्थे खंडे पाटे दी पौल छकणी है, छक के तिआर बर तिआर होणा है, फौज तुसीं वी उसे च भर्ती होणा जिस च असीं होए फिरदे आ, सो इस करके फौज खालसे इको ही है, इहदी परवाह नहीं करनी भी कित्थे को अमृत छकदा है, ते ना को बहुते मर्यादा दे मुद्दे च पैना है, इह बड़े तुहानूं उलझाउण वाले मिलणगे, उलझणा नहीं, गुलामां दी इक मर्यादा हुंदी है, पकड़ लो ते बाहर दुश्मन खड़ के वंगारे, मैं अगे भी गल कीती सी, उह कहिंदा भाजी तुसीं मर्यादा दे मुद्दे ते गल करो, मैं कहा बूहे ते दुश्मन खड़ा होवे उहनूं पता होवे भी उहने साडी पत्त वी लुटणी है, साडा घर वी ढाउणा, सानूं मारना वी है, ते अंदर चार सिख खलोण ते इक सिख कहे भी अजे घर दी सफाई नहीं कीती सवेरे आपां, ते पहलां ते उह सिख नूं ढालणा चाहिए, मर्यादा के मुद्दे उदो हल करांगे तो राज आजूगा, हुण मर्यादा के मुद्दों से उलझे तो फायदा किनू होना है, यह तीजी धर ने फायदा, तुसी अगवान पहुंचना है, उत्थे जदों इंदिरा गांधी का सौदा लगा सी, जिहड़े बार बार कहिंदे आ भी तुसी सौदे की गल ना करो, असी तो यह गल कहीए भी जदों देश की प्रधानमंत्री का सौदा लग गया पिछे की रह जांदा है, सो 31 तरीक नूं उत्थे समागम है अगवान पिंड दे विच, उत्थे भी पहुंच के हाजरी लाउणी है, शहीदी समागमां ते बिना किसी के कहे पहुंचा करो, इहो ही समागम है जिन्हां प्रेरित करना है, उन्हां शहीदां तों प्रेरणा लैणी है जिन्हां ने अपना घर
बार छड़ के जिन्होंने अपने चुल्हे च घा उगा ले जिन्होंने अपने घर ढवा ले जिन्होंने बाले छतां डिग पिया पर एक चीज खड़ी है वह गैरत ते ना सतगुरु सच्चे पातशाह जिदे पिछे छा दिती है ते साडे महल भी जिहड़े है ना वह बगैरती का घर बन गए क्योंकि असीं घरों चों निकले नहीं सो इन्नियां क बेनतियां नाल खिमा दा जा चुके हाँ बोलदिआं अनेक भुल्लां होईआं होणगीआं संगत को गुरु साहब तो खिमा मंगदे हाँ गज के फतेह बुलाओ वाहिगुरु जी का खालसा वाहिगुरु जी की फतेह बहुत बहुत धन्यवाद आप सरवण कर रहे सी भाई अमृतपाल सिंह जी सत्कारयोग भाई साहब जी ने जो वख वख सिख धर्म के मुद्दों के बारे आप संगतां नूं जाणू करवाया प्रबंधकां ने दस्या भी इत्थे कुछ परिवार जिहड़े आ साई बन गए आ खसम बदल लिया जिहड़ा खसम है उन्हूं जे बदल लिए तो फिर की अखवाई की अखवाई दा मैनूं दसण दी लोड़ नहीं सो सानू वो जिहड़े हैगे उन्हां नूं प्रेम मुहब्बत दे नाल उन्हां नाल बहो पिंड दे मेरे प्रबंधकां नूं बेनती है उन्हां नूं प्रेम दे नाल कहो भी जिहड़े गुरु ने इस धरती दे उत्ते आण के किसे पीर पैगंबर ने कोई कुरबानी नहीं दित्ती जे किसे ने कहा इन्हीं की कृपा के सजे हम हैं जे किसे ने कहा खालसा मेरो रूप है खास ते वो केवल कलगीधर पातशाह ने कहा किसे होर च युरत नहीं पई किसे होर ने सिखां नूं बराबर नहीं बिठाया सो जिन्हां सिखां नूं बराबर जिन्हां ने बिठाया नहीं अपने भगतां नूं उह अपने जिहड़े पैरोकारां नूं उह तुसीं मैनूं दस्सो भी सानूं किहड़े पार लंघाउणगे जिहड़े आप पार नहीं लंघे जिहड़े आप कंध बण गए आप प्रचार करन आए ਅਸੀਂ ਆਪਣੀ ਪੂਜਾ ਕਰਾਉਣ ਲੱਗ ਪਏ ਉਹਨਾਂ ਸਾਨੂੰ ਕਿਹੜੇ ਪਾਰ ਲਾਉਣਾ ਸੋ ਜਿਹੜੇ ਇਹ ਪਰਿਵਾਰ ਇੱਥੇ ਬਣ ਗਏ ਨੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਇਹ ਪਾਪ ਨਾ ਜਿਹੜਾ ਹੈਗਾ ਨਾ ਆਪਣੇ ਬੋਝ ਨਾ ਮਨ ਤੇ ਚੜਾਓ ਇਹ ਪਾਪ ਬੜਾ ਭੈੜਾ ਹੈ ਗੁਰੂ ਦਾ ਦਰ ਛੱਡ ਕੇ ਜਿਹੜਾ ਬੰਦਾ ਭਗੌੜਾ ਹੁੰਦਾ ਮਰਦਾ ਉਹ ਵੀ ਹੈ ਦੁਨੀ ਚੰਦ ਭਗੌੜਾ ਹੋਇਆ ਸੀ ਤੇ ਫਿਰ ਜਾ ਕੇ ਜੰਗਲ 'ਚ ਸੱਪ ਲੜ ਕੇ ਮਰ ਗਿਆ ਸੀ ਇਹ ਆਪਾਂ ਸਾਰਿਆਂ 'ਤੇ ਆਉਣਾ ਸਾਰਾ ਕੁਝ ਕਸ਼ਟ ਆਉਣੇ ਆ ਕਸ਼ਟ ਨੂੰ ਭਾਣੇ 'ਚ ਜਰਨਾ ਅਸੀਂ ਸੂੜੀਆਂ 'ਤੇ ਚੜ ਕੇ ਜਿਹੜੇ ਮਿਹਣੇ ਮਾਰਨ ਵਾਲਿਆਂ ਦੇ ਪੈਰੋਕਾਰ ਨਹੀਂ ਅਸੀਂ ਤਤੀ ਤਵੀ ਦੇ ਬੈਠੇ ਉਸ ਗੁਰੂ ਦੇ ਪੈਰੋਕਾਰ ਹਾਂ ਜਿਹਨੇ ਤਤੀ ਤਵੀ ਦੇ ਬੈਠ ਕੇ ਕਿਹਾ ਵੀ ਤੇਰਾ ਭਾਣਾ ਮਿੱਠਾ ਲੱਗੇ ਉਹਨੇ ਇਹ ਨਹੀਂ ਕਿਹਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਸਾਥ ਕਿਉਂ ਛੱਡ ਦਿੱਤਾ ਤੇ ਅੱਜ ਉਹਦਾ ਸਾਥ ਛੱਡ ਦਈਏ ਜਿਹਨੇ ਆਪਣਾ ਸਰਬੰਸ ਵਾਰਿਆ ਜਿਹਨੇ ਚਾਰ ਪੁੱਤ ਵਾਰ ਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੁਧ ਚਾਰ ਚਾਰ ਮੋਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਤੇ ਜਿਹਨਾਂ ਲਈ ਇਹ ਗੱਲ ਕਹੀ ਸੀ ਜਿਹਨੇ ਆਪਣੀ ਕੁੱਲ ਨਹੀਂ ਰੱਖੀ ਅੰਸ ਨਹੀਂ ਰੱਖਿਆ ਬੰਸ ਨਹੀਂ ਰੱਖਿਆ ਤੇ ਖਾਲਸੇ ਨੂੰ ਆਪਣਾ ਸਭ ਕੁਝ ਬਣਾ ਲਿਆ ਉਸ ਗੁਰੂ ਦਾ ਲੜ ਛੱਡਾਂਗੇ ਖਵਾਰ ਹੋਵਾਂਗੇ ਸੋ ਇਹ ਖਵਾਰੀ ਤੋਂ ਬਚੋ ਮੋੜਾਓ ਘਰੋਂ ਪਰਤਾਓ ਇਹ ਪ੍ਰੇਮ ਨਾਲ ਬੇਨਤੀ ਹੈ ਤੇ ਜਿਹੜੇ ਪਾਸਟਰ ਪੂਟਰ ਪਿੰਡਾਂ 'ਚ ਆਉਂਦੇ ਆ ਉਹਨਾਂ ਨੂੰ ਤਾੜਨਾ ਕਰੋ ਉਹਨਾਂ ਨੂੰ ਕਹੋ ਭਾਈ ਇੱਥੇ ਨਹੀਂ ਵੜਨਾ ਇੱਥੇ ਸਾਨੂੰ ਕਿਸੇ ਪ੍ਰਚਾਰ ਦੀ ਲੋੜ ਨਹੀਂ ਇੱਥੇ ਸਾਰੀਆਂ ਕੌਮਾਂ ਰਲ ਮਿਲ ਕੇ ਰਹਿੰਦੀਆਂ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਹ ਪਾਬੰਦੀ ਲਾਈ ਸੀ ਕਾਨਵੈਂਟ ਸਕੂਲ ਖੋਲ੍ਹਣ 'ਤੇ ਸੋ ਜਿਹੜੀ ਇਹ ਪਾਬੰਦੀ ਲੱਗੀ ਸੀ ਅੱਜ ਇੱਥੇ ਮੇਰੇ ਕੋਲ ਇੱਕ ਕੱਲ੍ਹ ਬੱਚੀ ਆਈ ਸੀ ਉਹ ਸਿੱਖਾਂ ਦੀ ਕੁੜੀ ਸੀ ਕ੍ਰਿਸਚਨ ਬਣ ਗਈ ਬਣੀ ਕਿਉਂ ਕਹਿੰਦੀ ਮੈਂ ਬਚਪਨ ਤੋਂ ਕਾਨਵੈਂਟ ਸਕੂਲੇ ਜਾਂਦੀ ਸੀ ਮੂਲ ਮੰਤਰ ਤੇ ਮੈਨੂੰ ਕਿਸੇ ਨੇ ਪੜ੍ਹਾਇਆ ਨਹੀਂ ਤੇ ਬਾਈਬਲ ਮੈਨੂੰ ਪੜ੍ਹਾ ਦਿੱਤੀ ਉਹਨਾਂ ਨੇ ਕਾਨਵੈਂਟ ਸਕੂਲ ਦੁਨੀਆਂ ਦੇ ਉੱਤੇ ਇਹ ਤੱਥ ਸਾਬਤ ਹੋ ਚੁੱਕਿਆ ਵੀ ਦੂਜੀਆਂ ਕੌਮਾਂ ਦੀ ਨਸਲ ਕੁਸ਼ੀ ਦਾ ਇਹ ਸਾਧਨ ਨੇ ਚਰਚਾਂ ਨੇ ਇਹ ਕੰਮ ਕੀਤਾ ਕਾਨਵੈਂਟ ਸਕੂਲਾਂ ਨੇ ਇਹ ਕੰਮ ਕੀਤਾ ਆਪਣੇ ਬੱਚੇ ਪੜ੍ਹਾਉਣੇ ਬੰਦ ਕਰੋ ਅਨਪੜ੍ਹ ਰੱਖ ਲਓ ਇਹਨੂੰ ਚੰਗਾ ਜੇ ਅਬਦਾਲੀ ਕਹਿੰਦਾ ਵੀ ਭਾਈ ਜੇ ਅਬਦਾਲੀ ਇਹ ਗੱਲ ਕਹਿੰਦਾ ਵੀ ਭਾਈ ਸਿੱਖੋ ਮੈਂ ਇੱਕ ਸਕੂਲ ਖੋਲ੍ਹਣ ਲੱਗਾ ਤੇ ਆਪਣੇ ਬੱਚੇ ਲਿਆਓ ਪੜ੍ਹਾਓ ਪੜ੍ਹਾਉਣੇ ਸੀ ਜੇ ਹੁਣ ਆਰ ਐਸ ਐਸ ਵਾਲੇ ਕਹਿਣ ਵੀ ਸਾਡਾ ਸਕੂਲ ਖੁੱਲ੍ਹਾ ਹੈ ਸਿੱਖੋ ਆਪਣੇ ਬੱਚੇ ਲਿਆਓ ਪੜ੍ਹਾਓ ਪੜ੍ਹਾਵਾਂਗੇ ਨਹੀਂ ਪੜ੍ਹਾਵਾਂਗੇ ਫਿਰ ਈਸਾਈਆਂ ਦੇ ਨਾਲ ਅਸੀਂ ਕਿਹੜੀ ਸਾਂਝ ਆ ਜਿਹਨਾਂ ਸਾਡਾ ਰਾਜ ਲੁੱਟਿਆ ਜਿਹਨਾਂ ਸਾਡੇ ਮਹਾਰਾਜੇ ਨੂੰ ਜਬਰੀ ਈਸਾਈ ਬਣਾ ਲਿਆ ਉਹਦੇ ਕੇਸ ਕਤਲ ਕੀਤੇ ਆ ਸੋ ਮਾੜੇ ਮੋਟੇ ਲਾਲਚ ਪਿੱਛੇ ਇੱਥੇ ਕੋਈ ਨਹੀਂ ਮਹਾਰਾਜ ਕਿਰਪਾ ਕਰਨ ਕੋਈ ਸਕੂਲ ਸਕਾਲ ਖੋਲ੍ਹ ਲਓ ਰਲ ਮਿਲ ਕੇ ਪੜ੍ਹਾ ਲਓ ਬੱਚਿਆਂ ਨੂੰ ਅਤੇ ਜੇ ਨਹੀਂ ਪੜ੍ਹਾਏ ਜਾਂਦੇ ਉੱਦਾਂ ਰੱਖ ਲਓ ਪਰ ਐਸੇ ਕੋਰਟ 'ਚ ਬੱਚਿਆਂ ਨੂੰ ਨਾ ਭੇਜੋ ਜਿੱਥੇ ਬੱਚਾ ਜਾ ਕੇ ਗੁਰੂ ਤੋਂ ਟੁੱਟ ਜੇ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਭਾਈ ਸਾਹਿਬ ਜੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਸਤਿਕਾਰਯੋਗ ਬਾਬਾ ਗਿਆਨੀ ਜੀ ਵੱਲੋਂ ਸੋ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਜੋ ਅਗਵਾਨ ਪਿੰਡ ਤੋਂ ਇੱਥੇ ਵਿਸ਼ੇਸ਼ ਕਰਕੇ ਪਹੁੰਚੇ ਨੇ ਉਹਨਾਂ ਵੱਲੋਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿਨ੍ਹਾਂ ਦਾ ਸਨਮਾਨ ਹੋਵੇਗਾ ਵਾਰਸ ਪੰਜਾਬ ਦੇ ਜਥੇਬੰਦੀ ਆਪਣੇ ਜ਼ਿਲ੍ਹੇ ਦੇ ਪ੍ਰਧਾਨ
जो भाई लवप्रीत सिंह जी तूफान साहब वह भी इतने पहुंचे ने साडे सत्कारयोग वीरां वल्लों उन्हां नूं बेनती की गई सी भाई अमृतपाल सिंह जी हुणां बारे तो वीर जी हुणां ने बेनती प्रवान करके तो इत्थे आप संगतां दे रूबरू कराया उह वीर जी का धन्नवाद उन्हां दा वी सन्मान उन्हां वीर जी वल्लों वी सन्मान होवेगा भाई अमृतपाल सिंह जी सत्कारयोग भाई सुखविंदर सिंह जी अगवान जी हुणां दा सन्मान कर रहे ने महाराज जी सरबत साध संगत आप सरबत संगतां दा जी आयां नूं धन्नवाद साध संगत इसे तरह जो वाइस पंजाब दे जथेबंदी लवप्रीत सिंह जी उन्हां दा जो सन्मान है साडे सत्कारयोग प्रबंधकां वल्लों वी होवेगा ठीक है चलो सत्कारयोग साध संगत जी एक बेनती है भाई सुखविंदर सिंह जी अगवान होना वालों जिवें भाई अमृतपाल सिंह जी दस रहे सन कि शहीदां दी यादगार ते 31 तरीक नूं सरदार बेअंत सिंह जी जिन्हां ने इंदरा नूं मारिया सी नाल ही उन्हां नूं शहीद कर दिता गया सी उन्हां दे शहीदी दिहाड़े नूं समर्पित उत्थे दिन दे गुरमत समागम दिने 10 तों 2 बजे तक हो रहे ने बाद दे विच कबड्डी कप भी ने आप संगतां ने 31 तरीक नूं हाजरी भर के लाहा प्राप्त करना है और सत्कारयोग साध संगत जिवें भाई जी दस रहे सन कि अगवान साहब वीर जी सुखविंदर सिंह जी मैं वेख्या कि घर घर जाके उन्होंने सदे दिते ने आप जी दे नगर दे गुरद्वारा साहिब विच आन करके उन्होंने ग्रंथी सिखां नूं बा हुकम बा बेनती कीती है कि वह सारियां संगतां जो हन भेट करन मैं एक मिनट लैना चाहवांगा आप सरबत संगतां दा जिवें भाई अमृतपाल सिंह जी तिन्हां ने आप जी दे नाल सांझ कीती है के अमृत शकन दी सारे नौजवान वीर जेड़ा अपने मन दे अंदर उचेचना पैदा करो भाई साहिब सिंह जी बुराई दा टाकरा किताब दे अंदर एक गल लिखदे ने भाई साहिब सिंह जी प्रोफेसर साहिब सिंह जी कहंदे ने के जदों कोई अमृत छकदा उसनू आम करके गल कही जाती है कि तेरे को रहत नहीं रखी जाएगी तू अपना पहला मन बना फिर तन बनाएगा फिर उथे जाएगा तू इस तरह किसी का मन जो बनिया होंदा वह भी बदल जाता है इस तरह नहीं कहना चाहिए जिवें भाई साहब जी ने कहा जिवें मन बनता है तो उवें ही जिहड़ा है असी देरी ना करिए ते जदों अमृत संचार होवे सानू होम हवा दे नाल पहुंचना चाहिए साडे सेवादार वीरां वल्लों वी ये प्रबंध किया गया 1 तरीक नूं अमृत संचार है इत्थे ही आप सरबत संगतां नूं अमृत दी दात पंज प्यारे सिंह साहिबानां वल्लों दित्ती जाएगी मैं संगतां नूं बेनती करा साडे बहुत ही सत्कारयोग भगवंत सिंह जी सूरविंड उन्हां दा बहुत चढ़दी कला वाला जथा है मैं बेनती करांगा इसे तरह ही बैठियां रहना सरबत संगतां ने इत्थे तरह ही बैठे रहना जान की कृपालता नहीं करनी सो भाई साहब जी नूं सरवण करके जाना जी हुण आओ सत्कारयोग भाई भगवंत सिंह जी सूरविंड सत्कारयोग भाई हिम्मतवीर सिंह जी उन्होंने आप संगतां दे रूबरू कुछ मिनटां दे वास्ते होना है भाई भगवंत सिंह जी हुणां वल्लों हुक्म होया है ਵੀ ਪਹਿਲਾਂ ਵੀਰ ਜੀ ਹੁਣਾਂ ਨੂੰ ਜੋ 15 ਮਿੰਟ ਦਾ ਸਮਾਂ ਹੈ ਉਹ ਦਿੱਤਾ ਜਾਵੇ ਉਸ ਤੋਂ ਬਾਅਦ ਭਾਈ ਭਗਵੰਤ ਸਿੰਘ ਜੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਸੋ ਆਪ ਜੀ ਸਰਵਣ ਕਰੋ ਸਤਿਕਾਰਯੋਗ ਆਪ ਜੀ ਦੇ ਨਗਰ ਦੀ ਸ਼ਖਸੀਅਤ ਨਗਰ ਵੀਲਾ ਤੇਜਾ ਦਾ ਮਾਣ ਜੋ ਆਮ ਆਪ ਸੰਗਤਾਂ ਟਾਈਮ ਟੀਵੀ ਚੈਨਲ ਪੀਟੀਸੀ ਸਿਮਰਨ ਚੈਨਲ ਔਰ ਹੋਰ ਵੱਖ ਵੱਖ ਜੋ ਚੈਨਲਾਂ ਤੇ ਭਾਈ ਜੀ ਨੂੰ ਸਰਵਣ ਕਰਦੇ ਹੋ ਸੋ ਆਓ ਬੜੇ ਹੀ ਸਤਿਕਾਰ ਸਹਿਤ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ
ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਹਨਾਂ ਮਹਾਨ ਗੁਰਮਤਿ ਸਮਾਗਮਾਂ ਦੀ ਹਾਜ਼ਰੀ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀ ਨੇ ਜੁੜ ਬੈਠ ਕੇ ਅੱਜ ਦੇ ਸਮੇਂ ਦੀ ਆਵਾਜ਼ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤਿਨ੍ਹਾਂ ਦੇ ਵਿਚਾਰ ਸ੍ਰਵਣ ਕੀਤੇ ਹਨ। ਆਓ ਕੁਝ ਕੁ ਮਿੰਟ ਹੁਕਮ ਹੋਇਆ ਹੈ ਜੋ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਕੁਝ ਕਹਿਣ ਤੋਂ ਪਹਿਲਾਂ ਸਾਰੀ ਸੰਗਤ ਪਿਆਰ ਅਦਬ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦਿਨ ਸਾਧ ਸੰਗਤ ਇੱਕ ਦਿਹਾੜਾ ਲੰਘਿਆ ਹੈ ਜਿਸ ਨੂੰ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ। ਤੇ ਆਉਣ ਵਾਲੀ 30 ਤਰੀਕ ਨੂੰ ਇੱਕ ਦਿਹਾੜਾ ਆ ਰਿਹਾ ਹੈ ਜਿਸ ਦਿਨ ਸਾਧ ਸੰਗਤ ਪੰਜਾ ਸਾਹਿਬ ਦੀ ਧਰਤੀ ਤੇ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਉੱਪਰ ਗੁਰੂ ਕੇ ਬਾਗ ਮੋਰਚੇ ਦੇ ਸਾਧ ਸੰਗਤ ਜੀ ਜਿਹੜੇ ਭੁੱਖੇ ਕੈਦੀ ਉਹਨਾਂ ਨੂੰ ਲਿਜਾ ਰਹੀ ਟ੍ਰੇਨ ਉਹਨੂੰ ਰੋਕ ਕੇ ਪ੍ਰਸ਼ਾਦਾ ਛਕਾਉਣ ਵਾਸਤੇ ਦੋ ਸੂਰਬੀਰ ਯੋਧਿਆਂ ਨੇ ਪੱਟੜੀਆਂ ਦੇ ਉੱਪਰ ਬੈਠ ਕੇ ਆਪਣੀ ਸ਼ਹਾਦਤ ਦਿੱਤੀ ਸੀ। ਮੈਂ ਸਿਰਫ ਦੋ ਕੁ ਬੇਨਤੀਆਂ ਜਿਹੜੀਆਂ ਨੇ ਇਹਨਾਂ ਦੋਵਾਂ ਦਿਹਾੜਿਆਂ ਦੇ ਮੁਤਾਬਕ ਤੇ ਜੋ ਭਾਈ ਸਾਹਿਬ ਜੀ ਗੱਲ ਕਰਕੇ ਗਏ ਨੇ ਨਾਲ ਉਹਨਾਂ ਦੀ ਗੱਲ ਨੂੰ ਕੋਟ ਕਰਕੇ ਆਪ ਸੰਗਤਾਂ ਦੇ ਕੋਲੋਂ ਖਿਮਾ ਮੰਗਣੀ ਹੈ। ਸਾਧ ਸੰਗਤ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਇੱਕ ਜ਼ਿਕਰ ਕੀਤਾ ਹੈ ਬੇਅਦਬੀਆਂ ਦਾ। ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਲਈਏ ਕਿ ਹਰ ਤੀਜੇ ਚੌਥੇ ਦਿਨ ਸਾਨੂੰ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਤੋਂ ਕਿਸੇ ਨਾ ਕਿਸੇ ਨਗਰ ਤੋਂ ਕਿਸੇ ਪਿੰਡ ਤੋਂ ਏਦਾਂ ਦੀ ਖਬਰ ਜਿਹੜੀ ਉਹ ਸੁਣਨ ਨੂੰ ਮਿਲਦੀ ਹੈ। ਤੇ ਹੁਣ ਤੇ ਇਉਂ ਲੱਗਦਾ ਵੀ ਜਿਵੇਂ ਸਾਡੀ ਆਦਤ ਹੋ ਗਈ ਹੈ ਤੇ ਅਸੀਂ ਅਣਸੁਣਾ ਜਿਹਾ ਕਰ ਦਿੰਦੇ ਹਾਂ ਵੀ ਚਲੋ ਇਹ ਕਿਤੇ ਕਿੱਡੀ ਕੁ ਵੱਡੀ ਗੱਲ ਹੋ ਗਈ ਹੈ, ਪਰ ਇਹ ਹੋ ਕਿਉਂ ਰਿਹਾ ਵਾ? ਇਹ ਕਿਉਂ ਹੋ ਰਿਹਾ ਏਦਾਂ ਕਿ ਗੁਰਦੁਆਰਾ ਸਾਹਿਬਾਨਾਂ ਦੇ ਅੰਦਰ ਆ ਕੇ ਕੋਈ ਆਉਂਦਾ ਆ ਤੇ ਏਦਾਂ ਕਰ ਦਿੰਦਾ ਆ? ਇਹਦਾ ਕਾਰਨ ਇਹ ਹੈ ਕਿ ਅਸੀਂ ਅਵੇਸਲੇ ਅਸੀਂ ਆਪਣੇ ਗੁਰੂ ਗ੍ਰੰਥ ਗੁਰੂ ਪੰਥ ਦੇ ਸਿਧਾਂਤ ਨੂੰ ਅਜੇ ਤੱਕ ਸਮਝਿਆ ਹੀ ਨਹੀਂ ਹੈ। ਸਾਧ ਸੰਗਤ, ਗੁਰ ਕਲਗੀਧਰ ਪਾਤਸ਼ਾਹ ਜੀ ਨੇ ਕੱਲ ਦੇ ਦਿਨ ਜੋ ਦਿਹਾੜਾ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਜੁੜੇ ਹੋਏ ਪੰਥ ਨੂੰ ਵੀ ਗੁਰੂ ਆਖਿਆ ਜਾਂਦਾ ਆ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਸਿਧਾਂਤ ਹੈ ਸਾਡੀ ਕੌਮ ਦੇ ਅੰਦਰ, ਪਰ ਅਸੀਂ ਕੀ ਕੀਤਾ, ਇੱਕ ਇੱਕ ਪਿੰਡ ਦੇ ਵਿੱਚ ਅਸੀਂ ਗੁਰਦੁਆਰੇ ਤਾਂ ਅਣਗਿਣਤ ਬਣਾ ਲਏ ਨੇ, ਪਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਗੁਰਦੁਆਰਿਆਂ ਨੂੰ ਜੰਦਰਾ ਵੱਜਾ ਰਹਿੰਦਾ। ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਉੱਥੇ ਪੰਥ ਨੀਚੇ ਹੁੰਦਾ, ਗ੍ਰੰਥ ਦਾ ਪ੍ਰਕਾਸ਼ ਤੇ ਹੁੰਦਾ ਆ ਪਰ ਉੱਥੇ ਪੰਥ ਨੀਚੇ ਹੁੰਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਪੰਥ ਜੁੜਿਆ ਹੋਇਆ, ਸੱਚਖੰਡ ਸ੍ਰੀ ਦਰਬਾਰ ਸਾਹਿਬ ਆਇਆ ਸੀ ਨਾ ਕੋਈ ਦੁਸ਼ਟ ਭੇਜਿਆ ਹੋਇਆ, ਤੇ ਉਸ ਦੁਸ਼ਟ ਦੇ ਨਾਲ ਕੀ ਬਣਿਆ ਸੀ ਅੱਧੇ ਘੰਟੇ ਦੇ ਵਿੱਚ ਵਿੱਚ? ਪਹਿਲਾਂ ਤੁਹਾਨੂੰ ਮੋਬਾਈਲਾਂ ਤੇ ਖਬਰ ਆਈ ਹੋਵੇਗੀ ਕਿ ਦਰਬਾਰ ਸਾਹਿਬ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਅੱਧੇ ਘੰਟੇ ਦੇ ਵਿੱਚ ਵਿੱਚ ਉਹਦੀ ਲਾਸ਼ ਦੀਆਂ ਫੋਟੋਆਂ ਮੋਬਾਈਲਾਂ ਤੇ ਆ ਗਈਆਂ ਸੀ। ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਪੰਥ ਜੁੜਿਆ ਹੋਇਆ ਹੈ। ਸਾਧ ਸੰਗਤ, ਅਸੀਂ ਇਸ ਗ੍ਰੰਥ ਇਸ ਪੰਥ ਦੇ ਸਿਧਾਂਤ ਨੂੰ ਸਮਝਣਾ ਆ।
सतगुरु पातशाह जी ने पंथ नूं दी साजना पहला कीती है जो भाई साहब जी बचन बला सांझे करके गए कि 11वां गुरु किसे ने कह दिता किसे ने 12वां कोई 13वां करी जांदा गुरु कलगीधर पातशाह जी ने सारियां गल्लां मका दित्तियां जदों सतगुरां ने कह दिता ना जिहड़े बचन असीं पढ़दे हां रोजाना अरदास तों पहलां ज्ञानी ज्ञान सिंह दा दोहरा अरदास तों बाद विच असीं पढ़दे हां आग्या भई अकाल की तबे चलायो पंथ सब सिखण को हुक्म है गुरु मान्यो ग्रंथ ए तो सौखा और तरीका केड़ा समझन दा रोजाना ही पढ़दे आ रोजाना ही साध संगत पता ही नहीं किन्नी कवार पढ़दे आ फिर भी भटकणा दे विच पए होए आ कोई कह दिंदा भी ए ते शब्द है ए ते ग्रंथ है गुरु ते शरीर ही हो सकदा पर साध संगत हुणे जिहड़े बचन मैं आप जी दे नाल सांझे कीते साडे गुरु ग्रंथ साहिब पातशाही दा की हुक्म है बाणी गुरु गुरु है बाणी विच बाणी अमृत सारे सिख नूं किते होर जाण दी लोड़ नहीं बाणी दे विच ही साध संगत जी अमृत है बाणी गुरु है गुरु बाणी है कोई इहदे विच दो रावां नहीं क्योंकि इह गुरु ग्रंथ साहिब पातशाह जी दा हुक्म है साध संगत दूजी बेनती जो पंजा साहिब दा दिहाड़ा आ रहा है दो सिख रेलवे ट्रैक दे उपर शहीद होए शहीद भाई प्रताप सिंह जी शहीद भाई करम सिंह जी ਇਹ ਪੰਜਾ ਸਾਹਿਬ ਦਾ ਜਿਹੜਾ ਸਾਕਾ ਹੈ ਨਾ ਸਾਧ ਸੰਗਤ ਇਹ ਗੁਰੂ ਕੇ ਬਾਗ ਦੇ ਮੋਰਚੇ ਦੇ ਇਤਿਹਾਸ ਦੇ ਵਿੱਚੋਂ ਨਿਕਲਦਾ ਆ 8 ਅਗਸਤ ਨੂੰ ਸਾਧ ਸੰਗਤ ਉਹ ਮੋਰਚਾ ਜਿਹੜੇ ਗੁਰੂ ਕੇ ਸਿੱਖ ਜੰਗਲ ਦੇ ਵਿੱਚ ਲੱਕੜਾਂ ਵੱਢਣ ਗਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 8 ਅਗਸਤ ਨੂੰ ਉੱਥੋਂ ਇਹ ਮੋਰਚੇ ਦੀ ਸ਼ੁਰੂਆਤ ਹੋਈ ਸਾਧ ਸੰਗਤ ਇੰਨੀਆਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਥਾਂ ਨਹੀਂ ਰਹੀ ਅੰਗਰੇਜ਼ ਸਰਕਾਰ ਗੱਡੀਆਂ ਰੇਲ ਗੱਡੀਆਂ ਦੇ ਵਿੱਚ ਡੱਕ ਡੱਕ ਕੇ ਉਹਨਾਂ ਨੂੰ ਅਟਕ ਦੇ ਕਿਲੇ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਕਿ ਇਹਨਾਂ ਨੂੰ ਕਿਲਿਆਂ ਦੇ ਵਿੱਚ ਹੁਣ ਬੰਦ ਕਰ ਦਿੱਤਾ ਜਾਵੇ ਸਾਬਕਾ ਸੈਨਿਕ ਜਿਹੜੇ ਸਨ ਪੈਨਸ਼ਨਰ ਅੰਗਰੇਜ਼ ਗੌਰਮੈਂਟ ਦੇ ਉਹ ਸਾਧ ਸੰਗਤ ਜੀ ਇਸ ਮੋਰਚੇ ਦੇ ਅੰਦਰ ਕਾਲੀਆਂ ਪੱਗਾਂ ਬੰਨ ਕੇ ਆਏ ਤੇ ਇੱਕ ਇਸ ਮੋਰਚੇ ਦੀ ਬੜੀ ਪਿਆਰੀ ਗੱਲ ਹੈ ਸਾਧ ਸੰਗਤ ਵੈਸੇ ਤਾਂ ਇਸ ਮੋਰਚੇ ਦਾ ਇੱਕ ਇੱਕ ਦਿਨ ਦਾ ਇਤਿਹਾਸ ਸਾਨੂੰ ਕਿਤਾਬਾਂ ਦੇ ਵਿੱਚ ਮਿਲ ਜਾਂਦਾ ਆ ਪਰ ਇੱਕ ਇਸ ਮੋਰਚੇ ਦੀ ਬੜੀ ਪਿਆਰੀ ਗੱਲ ਹੈ ਸਰਦਾਰ ਪ੍ਰਿਥੀਪਾਲ ਸਿੰਘ ਉਹਨਾਂ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਸਾਧ ਸੰਗਤ ਕਿ ਜਦੋਂ ਉਹ ਇਸ ਮੋਰਚੇ ਦੇ ਵਿੱਚ ਆ ਰਹੇ ਸਨ ਨਾ ਤੇ ਇਸ ਮੋਰਚੇ ਦੀ ਇੱਕ ਹੋਰ ਬੜੀ ਵੱਡੀ ਵਿਲੱਖਣਤਾ ਜੇ ਇਸ ਮੋਰਚੇ ਦੇ ਵਾਸਤੇ ਜਥੇ ਤੁਰਦੇ ਸਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰਦੇ ਸਨ ਤੇ ਉੱਥੇ ਇਹ ਵਾਅਦਾ ਕਰਕੇ ਆਉਂਦੇ ਸਨ ਕਿ ਸਾਡੇ ਤੇ ਜਿੰਨਾ ਮਰਜ਼ੀ ਤਸ਼ੱਦਦ ਹੋ ਜਾਵੇ ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਚੁੱਕਾਂਗੇ ਹੱਥ ਨਹੀਂ ਚੁੱਕਾਂਗੇ ਸ਼ਾਂਤਮਈ ਰਹਿ ਕੇ ਸਾਧ ਸੰਗਤ ਸ਼ਾਂਤੀ ਦਾ ਪਾਠ ਸਾਨੂੰ ਪੜਾਉਂਦੇ ਆ ਸਾਡੇ ਤੋਂ ਵੱਧ ਸ਼ਾਂਤਮਈ ਮੋਰਚਾ ਸਾਡੇ ਤੋਂ ਵੱਧ ਸ਼ਾਂਤਮਈ ਰੋਸ ਪ੍ਰਦਰਸ਼ਨ ਹੋਰ ਕਿਹਦਾ ਹੋ ਸਕਦਾ ਆ ਸ਼ਾਂਤਮਈ ਤੁਰਦੇ ਸਨ ਹੱਥ ਬੰਨਣ ਦਾ ਭਾਵ ਕਿ ਕਿਸੇ ਦੇ ਉੱਪਰ ਹੱਥ ਨਹੀਂ ਚੁੱਕਣਾ ਇਹ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਸਾਡੇ ਯੋਧਿਆਂ ਨੇ ਤੁਰਨਾ ਸਾਡੇ ਸੂਰਬੀਰਾਂ ਨੇ ਇਸ ਇਲਾਕੇ ਦੀ ਵੀ ਕਹੀ ਗਏ ਸਾਧ ਸੰਗਤ ਦੀ ਤੇ ਅੰਗਰੇਜ਼ ਸਰਕਾਰ ਦਾ ਜਿਹੜਾ ਅਫਸਰ ਸੀ ਵੱਡਾ ਬੀਟੀ ਮਿਸਟਰ ਬੀਟੀ ਜਿਹੜਾ ਇਹ ਸਾਰਾ ਤਸ਼ੱਦਦ ਕਰ ਰਿਹਾ ਸੀ ਲਾਠੀਆਂ ਵਰਾਈਆਂ ਜਾਂਦੀਆਂ ਸਨ ਇੱਥੋਂ ਤੱਕ ਕਿ ਘੋੜਿਆਂ ਦੇ ਥੱਲੇ ਉਹਨਾਂ ਨੂੰ ਦਗੜਿਆ ਜਾਂਦਾ ਸੀ ਸਾਧ ਸੰਗਤ ਜਿਹੜਾ ਮਿਸਟਰ ਬੀਟੀ ਉਹ ਪ੍ਰਿਥੀਪਾਲ ਸਿੰਘ ਹੁਣਾਂ ਤੇ ਜਦੋਂ ਉਹਨੇ ਉਹਨਾਂ ਨੂੰ ਜ਼ਖਮੀ ਕੀਤਾ ਨਾ ਤੇ ਉਹਨਾਂ ਨੇ ਦੁਬਾਰਾ ਫਿਰ ਖੜੇ ਹੋਣਾ ਫਿਰ ਉਹਨਾਂ ਤੇ ਤਸ਼ੱਦਦ ਕਰਨਾ ਉਹਨਾਂ ਫਿਰ ਖੜੇ ਉੱਠ ਖਲੋਣਾ ਤੇ ਮਿਸਟਰ ਬੀਟੀ ਜਿਹੜਾ ਪ੍ਰਿਥੀਪਾਲ ਸਿੰਘ ਹੁਣਾਂ ਨੇ ਅੱਗੋਂ ਆਖਿਆ ਮਿਸਟਰ ਬੀਟੀ ਮੈਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੁਰਿਆ ਵਾਅਦਾ ਕਰਕੇ ਤੁਰਿਆ ਅਰਦਾਸ ਕੀਤੀ ਆ ਕਿ ਸ਼ਾਂਤਮਈ ਰਵਾਂਗੇ ਉਸ ਅਰਦਾਸ ਨੇ ਮੇਰੇ ਹੱਥ ਬੱਧੇ ਹੋਏ ਆ ਨਹੀਂ ਤੇ 2 ਸਕਿੰਟ ਲੱਗਣੇ ਸੀ ਤੈਨੂੰ ਇਹ ਦੱਸਣ ਵਾਸਤੇ ਕਿ ਮੇਰਾ ਗੁਰੂ ਗੋਬਿੰਦ ਸਿੰਘ ਕਿੱਥੇ ਆ ਇਹ ਸਾਧ ਸੰਗਤ ਜੀ ਸਾਡੇ ਉਹਨਾਂ ਸੂਰਬੀਰ ਯੋਧਿਆਂ ਦੀ ਗਾਥਾ ਤੇ ਇਸ ਮੋਰਚੇ ਦੇ ਵਿੱਚੋਂ ਭਰ ਭਰ ਕੇ ਰੇਲਾ ਸਾਧ ਸੰਗਤ ਪੰਜਾ ਸਾਹਿਬ ਲਿਜਾਇਆ ਗਿਆ ਉਸ ਅਟਕਦੇ ਕਿਲੇ ਦੇ ਵਿੱਚ ਰਸਤੇ ਦੇ ਵਿੱਚ ਪੈਂਦਾ ਸੀ ਸਟੇਸ਼ਨ ਹਸਨ ਅਬਦਾਲ ਜਿੱਥੇ ਸਾਧ ਸੰਗਤ ਜੀ ਉਹਨਾਂ ਯੋਧਿਆਂ ਨੇ ਇਹ ਵਿਚਾਰਿਆ ਉਸ ਸੰਗਤ ਨੇ ਇਹ ਵਿਚਾਰਿਆ ਕਿ ਅਸੀਂ ਇਹਨਾਂ ਭੁੱਖੇ ਜਿਹੜੇ ਖੜੇ ਜਾ ਰਹੇ ਨੇ ਇਹਨਾਂ ਨੂੰ ਗੁਰੂ ਕਾ ਲੰਗਰ ਛਕਾਉਣਾ ਆ ਤੇ ਇੰਨੀ ਸੇਵਾ ਦੀ ਭਾਵਨਾ ਇਹਦੀ ਵੀ ਮਿਸਾਲ ਹੋਰ ਕਿੱਥੇ ਮਿਲ ਸਕਦੀ ਆ ਇੰਨੀ ਸੇਵਾ ਦੀ ਭਾਵਨਾ ਇੰਨੀ ਉਹਨਾਂ ਆਪਣੇ ਗੁਰਸਿੱਖ ਸੰਘਰਸ਼ੀ ਯੋਧਿਆਂ ਦੇ ਵਾਸਤੇ ਪ੍ਰੇਮ ਦੀ ਭਾਵਨਾ ਕਿ ਆਪਣੇ ਸਰੀਰ ਗੱਡੀ ਦੇ ਪਹੀਆਂ ਦੇ ਨਾਲ ਚਿਰਵਾਲੇ ਕਾਹਦੇ ਵਾਸਤੇ ਉਹਨਾਂ ਕੈਦੀਆਂ ਨੂੰ ਉਹਨਾਂ ਸਿੱਖ ਕੈਦੀਆਂ ਨੂੰ ਸਾਧ ਸੰਗਤ ਜੀ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਇਹ ਭਾਵਨਾ ਇਹ ਪ੍ਰੇਮ ਦੀ ਕਮਾਈ ਸਾਧ ਸੰਗਤ ਇਹ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਤੋਂ ਬਿਨਾਂ ਨਹੀਂ ਇਹ ਬੜੀ ਵੱਡੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੁੰਦੀ ਹੈ ਜੇ ਕਿਸੇ ਦੇ ਅੰਦਰ ਇਹ ਸੇਵਾ ਦੀ ਭਾਵਨਾ ਇਹ ਪ੍ਰੇਮ ਦੀ ਭਾਵਨਾ ਜਿਹੜੀ ਆ ਇਹ ਲਗਾਵ ਇਹ ਚੇਤਨਾ ਕਿਤੇ ਜੇ ਕਿਸੇ ਦੇ ਮਨ ਦੇ ਅੰਦਰ ਕਿਸੇ ਦੇ ਜੀਵਨ ਦੇ ਅੰਦਰ ਸਾਧ ਸੰਗਤ ਪੈਦਾ ਹੋ ਜਾਵੇ ਤੇ ਮੈਂ ਆਖਰੀ ਬੇਨਤੀ ਕਰਾਂਗਾ 1 ਤਰੀਕ ਨੂੰ ਸਾਧ ਸੰਗਤ ਜੀ ਇਸੇ ਹੀ ਨਗਰ ਦੇ ਅੰਦਰ ਅੰਮ੍ਰਿਤ ਸੰਚਾਰ ਹੈ
ते एक दो बेनती अमृत संचार के संबंधी क्योंकि बहुत ही सत्कारयोग जथा ज्ञानी भगवंत सिंह जी सूरवेंड उन्होंने ज्ञानी गुरविंद्रपाल सिंह जी बैंका साध संगत जिन्हों का कविशरी जथा वर्ल्ड लैवल से इंटरैशनल स्टेजा के उपर कविशरी वारा के राही गुर इतिहास के नाल सिख संगत जोड़ता बड़ा चढ़ती कला वाला जथा मैं बहुता समा नहीं लैना उन्होंने आप संगत के दर्शन दारे करने उन्होंने सुनने वास्ते आप जी जुड़ बैठे हो एक दो बेनती अमृत संचार के संबंधी असी पहला भी अमृत संचार तेजा कला करवाया तो इस इलाके मैं जिथे जिथे गया वह बेनती जरूर की साढ़े को अमृत संचार के वास्ते ना अमृत ना छकन के साढ़े को बड़े बहाने हैं सात संगत किसी कही ना भाई अमृत छक लो ते अगो कहा जाता है कि वह फलाने ने अमृत छकिया वह तो अमृत छके अजे भी माड़े कर्म करता फलाना अमृत छक के ठगी मारता कोई बेईमानी करता कोई कुछ करता पर सात संगत मैं एक ही बेनती करता हूं कि जे किसी ने अमृत छक के किसी ने कोई रहत नहीं रखी उहदे जीवन दे विच कोई कमी है कोई जीवन दे विच घाट है जे किसी ने वह रहत नूं अपने जीवन दे विच नहीं कमाया कोई माड़े कमां दे विच पिया ते असीं उहदे वल क्यों वेखदे आं सानूं शहीद बाबा दीप सिंह जी नज़र क्यों नहीं आउंदे सानू शहीद भाई तारू सिंह जी नज़र क्यों नहीं आते सानू शहीद भाई मणि सिंह जी नज़र क्यों नहीं आते जिन्हां ने साध संगत खंडे बाटी की पहुल ली हुई सी साड़ी आदत है कि असी जेड़ा नकारात्मक पक्ष जेड़ा वह पहला वेखना शुरू कर दें पर साध संगत जदों असी अपने बच्चों स्कूलों च घल्लदे आ ना तो कभी अपने बच्चों ये नहीं कहिंदे कि फलाने का बच्चा जेड़ा वह गालां कढ़दा जां माड़ा बोलता तो पुत तू क्यों नहीं गालां कढ़दा तू क्यों नहीं माड़ा बोलता हमेशा अपने बच्चे चंगियां दी नकल करन दी चंगियां दी रीस करन दी गल करदे आ ते खुद भी साध संगत जी चंगियां दी रीस करन दी कोशिश करिए उन्हां वर्गे तां नहीं बन सकदे पर उन्हां दे पाए हुए पूरनियां ते इक कदम चलन दा यतन तां करिए साध संगत अज आए हो जुड़ बैठे हो वड्डी गिनती दे विच सारे पिंड दी संगत ने तिनका तिनका जोड़ के साध संगत जी माया दे गफे दे के एक गुरमत समागम उलीके ने कोई इत्थे तन दे नाल सेवावां निभा रहा कोई देसां प्रदेशां दे विच जुड़े साडे पिंड दे नौजवान वीर जिहड़े ओह मन करके जुड़े होए ने लाइव ये सारा समागम देख रहे ने बड़े दिनां तों सारिआं दे चरणां दे विच हथ जोड़ के बेनती है ये साडा सारा कुछ ही कीता होया सफल हो जाएगा साडी सारी ही ये सेवा प्रवान हो जाएगी साध संगत जे एक तरीक नूं जिस दिन इत्थे अमृत संचार है जिन्हें ने खंडे बाटी की पहुल की दात लई है साध संगत उन्हां दे चरणां ते नमस्कार है पर जिहड़े अजे भी खंडे बाटे की पहुल तो वांझे ने अज अरदास करके जाओ सतगुरां दे चरणां दे विच के पातशाह सानू इह सारी सेवा दा फल इहो ही बख्श दिओ कि पातशाह सानू खंडे बाटे की पहुल की दात बख्श दिओ सानू आनंदपुर साहब दे वासी बना लो सानू अपने धीआं पुत्तर होण दा माण बख्शिश कर दिओ इहो ही अरदास करके साध संगत जी अज इत्थे जाइए सतगुरु पातशाह जी साडे सारे उत्ते कृपा करन जिद्दां तुसीं अज जुड़े हो आने वाली 31 अक्तूबर जिदन इंदिरा नूं मौत दी गड्डी चाढ़िया सी साध संगत ज्ञानी भगवंत सिंह जी सूरविंद बैठे ने इन्हां तों वधिया साध संगत जी वह प्रसंग मैं किसी होर को नहीं सुनिया ते अज भी इन्हां नूं बेनती है कि वह गल जिहड़ी क्योंकि देण आने वाले ने भाई सुखविंदर सिंह अगवाण भी बैठे ने शहीद भाई सतवंत सिंह जी दे भतीजा अते गुरद्वारा यादगारी शहीदां दे मुख सेवादार जिथे 31 अक्तूबर नूं साध संगत जिस दिन इंदिरा नूं मौत दी गड्डी चाढ़िया ते शहीद भाई बेअंत सिंह जी मौके ते शहीदी जामा प्राप्त करदे ने उस ही दिन 31 अक्तूबर नूं सवेरे 8:10 बजे तों लैके दुपहर 2 बजे तक गुरद्वारा यादगारी शहीदां पिंड अगवाण विखे गुरमत समागम ने कौम दीआं महान शख्सीयतां ने उत्थे पहुंचना ज्ञानी हरपाल सिंह जी फतेह साहब वाले भाई अमृतपाल सिंह उन्होंने भी उत्थे पहुंचना है ज्ञानी सरूप सिंह जी कड़ियाणा उन्हों का ढाडी जत्था पहुंचना है जिवें अज जुड़े हो तिवें उन्हां समागमां दे विच भी हाजरियां भरन की कृपालता करियो आप जी सारिया संगतां दा बहुत बहुत धन्नवाद मेरा दिल ते नहीं सी करदा क्योंकि ज्ञानी जी का जत्था आया ते असीं इन्हां नूं सुणदे आ ते दिल करदा सी कि संगतां दे सामने हुणे इन्हां नूं रूबरू कराया जावे संगतां नूं श्रवण करवाया जावे पर इन्हां दा हुक्म सी कि नहीं कुछ क मिंट जिहड़े ओह जरूर तुसीं जिहड़े संगतां दे दर्शन करो धन्नवाद इन्हां दा आप सारिया संगतां धन्यवाद कोटान कोट शुकराना सतगुरु श्री गुरु ग्रंथ साहिब पातशाह जी का भुला चुकां दी खिमा सारी संगत आखो जी वाहिगुरु जी का खालसा वाहिगुरु जी की फतेह बहुत बहुत धन्यवाद भाई हिम्मतवीर सिंह जी वीला जो कि धर्म प्रचार कमेटी श्रोमणी गुरुद्वारा प्रबंधक कमेटी के बतौर प्रचारक की सेवा निभा रहे हैं और वख-वख
चलना दे राही बंगला साहेब सीसगंज साहेब और रकाबगंज साहेब गुरुद्वारा तो आप लाइव उन्होंने सरवण करते हो। सो सरबत प्रबंधकों वालों संगत वालों उन्हों का धन्यवाद है। और साढ़े को विशेष करके समागम के जो जिन्होंने बहुत ज़्यादा सहयोग दिता सत्कार समागम के प्रबंध के वास्ते जो बर्तना की लोड़ है तो बाबा जी ने आख्या भी एक बर्तन नहीं बेको सारे बर्तन लो। ते इस करके साध संगत बाबा जी ने एक बारी भी जड़ा है मना नहीं किया केंद्र संगतां दे वास्ते असी गए सी कल शाम नू और बाबा जी ने सारा कमरा खोल के आख्या कि जो कुछ लोड़ है वो चक लो लै जो संगतां दे वास्ते सारा कुछ आ रहा है। बहुत बहुत धन्यवाद उन्हां दा सन्मान साढ़े प्रबंधक वीरां वल्लों कीता जाएगा। मैं बाबा गुरमुख सिंह जी नूं बेनती करांगा कि वह सन्मान प्राप्त करन जी। भाई सुखविंदर सिंह जी भतीजा भाई सतवंत सिंह जी शहीद जो उन्हां दा सन्मान करनगे। सो बड़े ही सत्कारयोग बाबा जी जिन्हां दे इह जतनां दे सदकाब जी गुरमत समागम दे विच शमूलियत कर रहे हो। बोले सोनिहाल सत श्री अकाल। सो सत्कारयोग सत संगत मैं आप जी दे चरणां दे विच बेनती करांगा कि जिवें आप जी ने अज हाजरी भरी है इसे तरह ही कल और परसों नूं भी क्योंकि अज वीला नगर दे विच समागम है कल भी वीला नगर दे विच समागम है ना लगदा तेजा वीला तेजा कहने ना तेजा नगर दे विच समागम जो है वह परसों 30 तरीक नूं है। उस दे विच सत्कारयोग भाई रविंदर सिंह जी जोनी बाबा जिन्हां नूं आखदे यूट्यूब दे उपर आम करके उन्हां दे हासमई व्यंग जिहड़े ने वह तुसीं सरवण करदे हो वह भी आ रहे ने। सत्कारयोग भाई बलबीर सिंह जी पारस जिन्हां दा ढाडी जथा आप जी ने पहला भी सरवण किया है। सो बड़ा ही सत्कारयोग पंथ प्रसिद्ध इंटरनेशनल ढाडी जथा वह भी सरवण करोगे। भाई मंगल सिंह जी भाई गुरकीरत सिंह जी हजूरी रागी श्री दरबार साहब भाई जोगा सिंह जी हजूरी रागी भाई हरप्रीत सिंह जी हजूरी रागी। सो ये पंथ दीआं महान शख्सियतां पहुँच रही ने। सत्कारयोग भाई जगदीप सिंह जी प्रचारक धर्म प्रचार कमेटी श्रोमणी गुरुद्वारा प्रबंधक कमेटी बड़े सत्कारयोग वीर जी ने बहुत बार जो समा मिले वीर जी हुणां दे नाल मिलण दा। सो बड़ी ही बुलंद आवाज और बड़े ही जेड़े सुंदर शब्दां दे विच ये संगतां नूं सन्मुख हुंदे ने उचेचे तौर ते जीआं कहिंदे हां और सत्कारयोग प्रबंधकां दे वल्लों उन्हां दा वी सन्मान कीता गया। हुण मैं बेनती करांगा भाई भगवंत सिंह जी सूरविंड जो कि एक घंटे दे वास्ते करीब 10-10 तक आप संगतां दे रूबरू होणगे उस तों उपरंत जो समाप्ति है। सरबत संगतां नूं बेनती है कि भाई थोड़ा जिहा समा होर फिर समाप्ति करा के सारियां संगतां ने जाणा है क्योंकि बहुता ज़्यादा समा नहीं कोई 12-1 ते वजणा नहीं 10 बजे की गल है। सो अजे 10 बजे तक तो आम ही घरां दे विच जो गल्लां बातां चलदियां रहिंदियां ने एक दूजे दियां चुगलियां करनियां ने वो अज ना करियो कृपा करके अज भाई साहब नूं सुन लियो। सो वाहिगुरु जी का खालसा वाहिगुरु जी की फतह। वाहिगुरु जी धन गुरु ग्रंथ साहिब पातशाह जीओ वाहिगुरु 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 वाहिगुरु। बिरथा नहीं शहीदां दा खून जांदा ते जिथे डुलदा जोग पलटा दे
खून बरूद दी चिंग बन के ते हिरदे जज्बियां ते पांबड़ ला देवे ओए चढ़े तूफानानू शांत कर दा ते किधर ए पचाल ले आ देवे ए खून मनुखता लई टीका ते मुर्दा कौमा विच जिंदगी पा देवे मुर्दा कौमा विच जिंदगी पा देवे आ किसे काम दी गिनती दे वेखणी दे किसे काम दी गिनती दे वेखणी दे ओ दे गिनिए ना होए मरीद किन्ने बंदे गिनो ना सगों वे करो गिनती केड़ी कौम विच होए शहीद किन्ने ओ गिन के वेखो संसार दिया कुल कौमा वेखो कौन नीवी ते वेखो कौन उती जिस कौम दे हुंदे शहीद बहुते उस कौम दी रहिंदी दे कौन उती उस कौम दी रहिंदी दे कौन उती जदों धर्म ते आए गलानी भेड चुड़ा दे सिर दी कमजोरां लई सीस वार के खुशी लवे हर तिर दी सचखंड दे ओ वासी बन दे सगली कुला समेत सूरमा पुरजा 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 कट मरे कमुना छाड़े खेत सूरमा पुरजा पुरजा मरना मुनसा सूरिया हक है जे होवे मरन परवानो किसे दी खातर चले तसीए किसे दी खातर चले तसीए पुरख सूरमा जानो जोरम जा गुरुदेव ने कहिया उस दा समझे भेद सूरमा पुरजा 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 कट मरे कबू ना छाड़े खेत सूरम पुरजा पुरजा मनुख नू नीवा करन वास्ते बार अंदर बावैरी बरूनी ते अंदरूनी जेड़े बहुत बली अर कैरी डंग चलाऊं दे हर पासे तो दाला गे शेत सूरमा पुरजा 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 कट मरे कबू ना छाड़े खेत सूरमा पुरजा ही पुरजा काम क्रोध काया को गाले कंचन जो सुहागा लोभ मोह हाथ कड़िया जानो तोड़े कोई वट पागा आओ गला कटे हंकार दायो परम पदार्थ ले सूरमा पुरजा 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 कट मरे कबू ना छाड़े खेत सूरमा पुरजा ही पुरजा
को हर रंग लागो इस जुग में सो कैयत है सूरा आत्म जने सगल वस तंगे जां का सतगुर पूरा हाथ विच लै ज्ञान की बढ़नी कतल पाप को केत सूरमा पुरजा 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 कट मरे तबू ना छाड़े खेत सूरमा पुरजा ही पुरजा जिस दे कटिया जग सुखी होवे ते ऐसा दुश्मन मारे जिवें सतवंत सिंह ते बेअंत सिंह ने डुले हुए खून दा दिल्ली बदला लिया सी आओ जिस दे कटिया जग सुखी होवे ऐसा दुश्मन मारे खुशी लवे संसार सगल दी जो पे दिलों उतारे धोखा ना देवे ना कावे धोखा ना देवे ना कावे हर दम रहे सचेत सूरमा धोखा ना देवे ना खावे हर दम रहे सचेत सूरमा पुरजा 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 कट मरे कबू ना छाड़े खेत सूरमा पुरजा ही पुरजा जिंदगी भर पापा ना जूझे जूझे धर्म उबारे ते खल दे बनवावे मौजे खल दे बनवावे मौजे अपनन गुरसिख प्यारे सिरण भावे सिरकी तोड़े भरियाया सहेत सूरमा पुरजा 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 कट मरे कमुना छाड़े खेत सूरमा पुरजा ही पुरजा पर तन पर दारा पर निंदा पर चुगली ना कीजे बिरदनाथ बच्चे को पाले ते हृदय दया रखीजे सच बोले आचार सुचा हो अर्थ उस दी जेत सूरमा हो सच बोले आचार सुचा हो अर्थ उस दी जेत सूरमा पुरजा 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 कट मार रखे सत गुरु दा दिल ते ते दिल ना कोई दिखावे पै रखे सत गुरु दा दिल ते दिल ना कोई दिखावे पन्ने रोड़े प्रभ राहां दे पन्ने रोड़े प्रभ राहां दे सूरा स्वरूप सुदावे ढाल बने दुखिया दी कैमा असूल रखे नित नित सूरमा ढाल बने दुखिया दी कैमा असूल रखे नित नित सूरमा पुरजा 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 कट मरे कबू ना छाड़े खेत सूरमा पुरजा ही पुरजा बाबे दीप सिंह दे वांगर सीतली तर जूझे बैंका ऐसे बली सूर में आ आओ बैंका ऐसे बली सूर में जान जगत विच पूजे ओ शहीद अमर रह दुनिया ते ए जगत कंदोला रेत सूरमा पुरजा 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 कट मरे कमुना छाड़े खेत सूरमा पुरजा पुरजा तन श्री गुरु ग्रंथ साहब जी दी हजूरी अंदर सुभाएमान सतसंगी जनों सतगुर दियां खुशियां प्राप्त कर रहे हो
ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਵੱਖ ਵੱਖ ਬੁਲਾਰੇ ਆਪ ਜੀ ਨਾਲ ਸਾਂਝੇ ਹੋਏ ਨੇ। ਸਾਡਾ ਛੋਟਾ ਵੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਕੌਮ ਦੇ ਨੌਜਵਾਨਾਂ ਨੂੰ ਹਲੂਣਾ ਦੇ ਕੇ ਗਏ, ਔਰ ਸਾਡਾ ਬੜਾ ਸਤਿਕਾਰਯੋਗ ਛੋਟਾ ਵੀਰ ਪ੍ਰਚਾਰਕ ਸਾਹਿਬਾਨ ਭਾਈ ਹਿੰਮਤ ਵੀਰ ਸਿੰਘ ਜੀ, ਉਹ ਵੀ ਆਪ ਜੀ ਨਾਲ ਸਾਂਝੇ ਹੋਏ ਨੇ। ਜਿਤਨਾ ਕੁ ਸਮਾਂ ਸਟੇਜ ਵੱਲੋਂ ਹੁਕਮ ਹੈ ਤੁਹਾਡੇ ਨਾਲ ਸਾਂਝੇ ਹੋਵਾਂਗੇ। ਮੇਰੇ ਬੜੇ ਸਤਿਕਾਰਯੋਗ ਕੌਮ ਦੇ ਉਹ ਮਰਜੀਵੜੇ ਪਰਿਵਾਰਾਂ ਵਿੱਚੋਂ, ਉਹਨਾਂ ਸੰਘਰਸ਼ੀ ਪਰਿਵਾਰਾਂ ਵਿੱਚੋਂ ਜਿਨ੍ਹਾਂ ਨੇ ਕੌਮ ਨੂੰ ਕੁਝ ਕਰਕੇ ਵਿਖਾਇਆ। ਮੇਰੀ ਕਹਿਣ ਤੋਂ ਮੁਰਾਦ ਸ਼ਹੀਦ ਭਾਈ ਸਤਵੰਤ ਸਿੰਘ ਜੀ, ਉਹਨਾਂ ਦੇ ਪਰਿਵਾਰ ਦਾ ਹੀਰਾ ਬਾਬਾ ਜੀ ਹੁਣੀ ਬਾਬਾ ਸੁਖਵਿੰਦਰ ਸਿੰਘ ਜੀ ਜਿਹੜੇ ਸਟੇਜ ਉੱਪਰ ਸੁਸ਼ੋਭਿਤ ਨੇ। ਵੀਰੋ, ਕੌਮਾਂ ਨੇ ਜਿਹੜੀਆਂ ਇਹਨਾਂ ਦੇ ਸਿਰ ਉੱਚੇ ਮਰਦ ਕਰਿਆ ਕਰਦੇ ਆ ਕਿ ਉਸ ਵਕਤ ਦੋ ਹੀ ਸੂਰਮੇ ਸਨ, ਅਣਖਾ ਜਿਹਦੇ ਵਿੱਚ ਜਾਗ ਪਈ ਉਹਨੇ ਕਰਤਵ ਕਰ ਦਿੱਤਾ। ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਜਿਹੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਿੰਦੁਸਤਾਨ ਦੀਆਂ ਹੀ ਫੌਜਾਂ ਭੇਜਦੀ ਹੈ, ਇਹ ਪਹਿਲੀ ਵਾਰ ਸੀ ਸੰਸਾਰ ਵਿੱਚ ਕਿ ਆਪਣੇ ਬਛਿੰਦਿਆਂ ਤੇ ਆਪਣੇ ਹੀ ਦੇਸ਼ ਵਿੱਚ ਰਹਿਣ ਵਾਲਿਆਂ ਉੱਤੇ ਆਪਣੇ ਹੀ ਦੇਸ਼ ਦੀ ਹਕੂਮਤ ਨੇ ਫੌਜਾਂ ਚਾੜੀਆਂ ਹੋਣ। ਇੱਥੇ ਬਸ ਨਹੀਂ, ਦਰਿਆ ਵਗਾ ਦਿੱਤੇ ਖੂਨ ਦੇ ਮਾਸੂਮ ਬੱਚੇ। ਵੀਰੋ, ਜਦੋਂ ਇਤਿਹਾਸ ਪੜ੍ਹੀਦਾ ਦਿਲ ਮੂੰਹ ਨੂੰ ਆਉਂਦਾ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਇੱਕ ਐਸਾ ਜੋੜਾ ਆਇਆ ਜਿਨ੍ਹਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਉਹ ਕਿਰਪਾ ਕਰੋ, ਪੁੱਤਰ ਬਖਸ਼ੋ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਉਸ ਸੁਭਾਗ ਜੋੜੀ ਨੂੰ ਪੁੱਤਰ ਬਖਸ਼ਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਮੱਥਾ ਟਿਕਾਉਣ ਵਾਸਤੇ ਆਏ, ਛੋਟਾ ਜਿਹਾ ਉਹਨਾਂ ਦੇ ਕੋਲ ਉਹਨਾਂ ਦਾ ਸਪੁੱਤਰ ਸੀ। ਹਿੰਦੁਸਤਾਨ ਦੀ ਹਕੂਮਤ ਨੇ ਅੱਗ ਵਰਾਉਣੀ ਸ਼ੁਰੂ ਕੀਤੀ, ਜਿਹੜੇ ਪਰਕਰਮਾ ਦੇ ਅੰਦਰ ਸਨ ਉਹਨਾਂ ਨੂੰ ਧੱਕ ਧੱਕ ਕੇ ਕਮਰਿਆਂ ਦੇ ਵਿੱਚ ਬੰਦ ਕੀਤਾ ਗਿਆ। ਇੰਨੀ ਗਰਮੀ ਸੀ ਗੁਰਪੁਰਬ ਵਾਲੇ ਦਿਨ, ਉੱਪਰੋਂ ਸ਼ਹੀਦੀ ਪੁਰਬ ਚੱਲ ਰਿਹਾ ਸੀ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ। ਹਿੰਦੁਸਤਾਨ ਦੀ ਸਰਕਾਰ ਨੇ ਇੰਨੀ ਅੱਗ ਵਰਾ ਦਿੱਤੀ ਕਿ ਹਰ ਪਾਸੇ ਕੰਧਾਂ ਅੱਗ ਵਾਂਗ ਲਾਲ ਹੋ ਗਈਆਂ। ਬਾਹਰ ਗੋਲੀ ਚੱਲਦੀ ਹੈ, ਅੰਦਰ ਪਾਣੀ ਦਾ ਇੰਤਜ਼ਾਮ ਨਹੀਂ। ਇਹ ਨਹੀਂ ਕਿ ਦੋ ਚਾਰ ਜਿੰਨੇ ਵੀ ਧੱਕ ਕੇ ਅੰਦਰ ਵਾੜੇ ਗਏ ਜਿਹੜੇ ਪ੍ਰਕਰਮਾ ਵਿੱਚ ਸਨ ਉਹਨਾਂ ਨੂੰ ਅੰਦਰ ਬੰਦ ਕੀਤਾ ਗਿਆ। ਉਹ ਜਿਹੜਾ ਜੋੜਾ ਆਪਣੇ ਪੁੱਤਰ ਨੂੰ ਮੱਥਾ ਟਿਕਾਉਣ ਵਾਸਤੇ ਲਿਆਇਆ ਸੀ, ਸ਼ੁਕਰਾਨਾ ਕਰਨ ਵਾਸਤੇ ਆਇਆ ਸੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ, ਉਹ ਪਾਣੀ ਤੋਂ ਪਿਆਸਾ ਜਿਹੜਾ ਬੱਚਾ ਉਹ ਵਿਲਕਦਾ ਮਾਂ ਦੀ ਗੋਦ ਵਿੱਚ। ਮਾਂ ਕਦੀ ਉਹਦੇ ਮੂੰਹ ਵਿੱਚ ਸ਼ੀਰ ਪਾਉਂਦੀ ਹੈ। ਆਖਰ ਕਿੰਨਾ ਚਿਰ ਭੁੱਖੇ ਧਿਆਇਆ, ਅੰਮ੍ਰਿਤ ਆਉਂਦਾ। ਉਸ ਮਾਂ ਨੇ ਆਪਣੇ ਬੱਚੇ ਦੇ ਜਿਹੜੇ ਸੁੱਕ ਰਹੇ ਬੁੱਲ ਉਹਨਾਂ ਨੂੰ ਨਰਮ ਰੱਖਣ ਵਾਸਤੇ ਆਪਣੇ ਮੂੰਹ ਦਾ ਥੁੱਕ ਲਾਉਂਦੀ ਰਹੀ। ਆਖਰ ਉਹ ਬੱਚਾ ਉਹਨਾਂ ਦੇ ਸਾਹਮਣੇ ਦਮ ਤਿਆ ਗਿਆ। ਇੰਨਾ ਜ਼ੁਲਮ, ਇੰਨਾ ਪਾਪ, ਮਾਸੂਮ ਬੇਗੁਨਾਹਾਂ ਦਾ ਖੂਨ ਇੰਨਾ ਹਿੰਦੁਸਤਾਨ ਦੀ ਸਰਕਾਰ ਨੇ ਵਹਾ ਦਿੱਤਾ ਕਿ ਜਿਹੜਾ ਸਰੋਵਰ ਆ ਧੰਨ ਗੁਰੂ ਰਾਮਦਾਸ ਜੀ ਦਾ ਖੂਨ ਦੇ ਨਾਲ ਭਰ ਗਿਆ। ਲਾਛਾ ਹੀ ਲਾਛਾ
चार चफेरे विशियां पईयां ने बेगुनाहां दियां जिन्हां दा कोई कसूर नहीं। श्री हरमंदर साहब उत्ते दुश्मन दे फैर आउणे, श्री अकाल तख्त साहब उत्ते गोले दागे जाने, ते फिर मर्दा कौम जेड़ियां हुंदियां ने कौमां ओ जिउंदियां अपने दरबार दा अपने धर्म उत्ते होए हमले दा बदला लैंदियां। सरदार सतवंत सिंह सरदार बेअंत सिंह नूं जदों पता लगा कि इस पापन ने साडे श्री अकाल तख्त साहब उत्ते हमला कीता है, वापस आए छुट्टी लैके जिहड़े दिल्ली फौज विच भर्ती ने, जदों आण के सचखंड श्री हरिमंदर साहब दा नक्शा श्री अकाल तख्त साहब दा नक्शा वेख्या, वेख के जरिया ना गया, उन्हां ने मन बनाया कि वीरा अमृत छकीए केड़ा दो वार संसार विच आउणा जां बार बार आउणा है, इक वारी आए है कुरबानी कर चलीए। सिख कौम विच जदों भी किते लोड़ बनी दो मर्द उठे, उन्हां दोनां दी जदों सुर इक रल गई, शरीर करके वो दो हुंदे आ आत्मा करके एक, जदों इहो जी जोड़ी मिल जाए ता जेड़ा हरमंदर विच हुक्का पींदा है उहदा भी सिर डा दिंदे, जेड़ा जनरल वैद्या अपने आप च भूतरिया फिरदा फिर उहनूं भी दो ही गड्डी चाड़दे। हिंदुस्तान दी ओ महाराणी जेड़ी जापान तो मंगा मंगा के साड़ियां पाउंदी है और फिल्मी सितारां दे नाल फोटोआं लवाउंदी है, इधर सूरमियां दा खून खोलिया इन्हां क्या पाउ कुरबानी करिए, जिस पापन ने साडे श्री अकाल तख्त साहब उत्ते हरिमंदर साहब उत्ते बेगुनाहां नूं मौत दे घाट उतारिया उहदे कोलों बदला लैणा चाहीदा है। ता फिर दोवें वीर अमृत छके फिर वापस जांदे है, मता पकाया जांदा है। 31 अक्तूबर वाले दिन जदों 9:30 दा टाइम होया, ऐन खालसे दी रेंज थले बीबी जदों आई ते फिर एक दूजे नाल मिल गई दोनों वीरां दी सहमति। अगे की होया पेश कर रहे ने पंजाब ही नहीं वर्ल्ड दियां मिठियां आवाजां, ज्ञानी भगवंत भगवान सिंह जी सूरविंद, ज्ञानी गरचेत सिंह जी दुबली, ज्ञानी बलजीत सिंह बगीचा नगर सुर सिंह और दास गुरिंद्रपाल सिंह बेंके दा जठा है, पेश कर रहा। बुधवार दा दिन चढ़िया 9:30 सुबह दे वजे, कोई खास तैयारी जो अवसर फिर न दफ्तरी भजे, लै जज्बा गैरत दा दोवे तुर पै मर्द शिकारी, 31 अक्तूबर नू इंदिरा मौत दी गड्डी चाड़ी। बुधवार दा दिन चढ़िया 9:30 सुबह दे वजे, कोई खास तैयारी जो अवसर फिर न दफ्तरी भजे, लै जज्बा गैरत दा दोवे तुर पै मर्द शिकारी, 31 अक्तूबर नू इंदिरा मौत दी गड्डी चाड़ी। जद निकली कोठी चो आ गई रेंज सिंघा दी अंदर, जद निकली कोठी चो आ गई रेंज सिंघा दे अंदर, दिल लांबू मचदा सी ते आउंदा यार जदों हरमंदर। दिल लांबू मचदा सी आउंदा याद जदों हरमंदर, अपना दिल ठारन लई लाती दाते जिंद प्यारी, 31 अक्तूबर नू इंदिरा मौत दी गड्डी चाड़ी। सतवंत सिंह सूरमे ने जिन्हां दे भतीजे जथेदार सुखविंदर सिंह जी अगवान स्टेज ते बैठे ने, भराओ जदों करतारपुर के दर्शन करन जांदे हो ना बाबे नानक दी धरती दे
ਤੇ ਆਉਂਦੇ ਅਗਵਾਨ ਵੀ ਆ ਜਾ ਕਰੋ ਜੋ ਅਣਖ ਦਾ ਪ੍ਰਤੀਕ ਹੈ ਜਿਹਨੇ ਕੌਮੀ ਹੀਰਾ ਪੈਦਾ ਕੀਤਾ ਸਤਵੰਤ ਸਿੰਘ ਸੂਰਮੇ ਨੇ ਸੈਂਤ ਨਾਲ ਨਿਗਾਹ ਦੇ ਮਾਰੀ ਬੇਅੰਤ ਸਿੰਘ ਸੂਰਮੇ ਨੇ ਉਸੇ ਵੇਲੇ ਕਰੀ ਹੁਸ਼ਿਆਰੀ ਝੱਟ ਫੈਰੰਗ ਕਰਕੇ ਤੇ ਪਾਪਣ ਵਾਂਗ ਦਾਣਿਆ ਰਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਦੋਸ਼ੀ ਹਰ ਮੰਦਰ ਦੀ ਤੇ ਸਿੰਘਾਂ ਫਿਲਟਰ ਵਰਗੀ ਕਰਦੀ ਸਾਧ ਸਿੰਘ ਜੀ ਜਦੋਂ ਭ੍ਰਸ਼ਟ ਵੱਜਾ ਰਾਣੀ ਐ ਡਿੱਗੀ ਜਿਵੇਂ ਹਵਾ ਨਾ ਕਰਨਾ ਡਿੱਗਦਾ ਏ ਉਹ ਦੋਸ਼ੀ ਹਰ ਮੰਦਰ ਦੀ ਉਹ ਸਿੰਘਾਂ ਫਿਲਟਰ ਵਰਗੀ ਕਰਦੀ ਦਸ਼ ਖਾ ਕੇ ਡਿੱਗੀ ਜਾ ਖਾ ਕੇ ਡਿੱਗੀ ਜਾ ਹੋ ਗਈ ਲਾਲ ਖੂਨ ਨਾਲ ਧਰਤੀ ਉਹ ਵਿੱਚ ਖੂਨ ਦੇ ਰੰਗੀ ਗਈ ਵੀ ਉਹਦੀ ਨਵੀਂ ਜਪਾਨੀ ਸਾੜੀ ਹੋ ਹੋ ਉਸਦੀ ਨਵੀਂ ਜਪਾਨੀ ਸਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਰਾਜ ਨਸ਼ੇ ਦੇ ਜੀ ਪਾਪਣ ਕੀਤੀਆਂ ਸੀ ਮਨ ਆਈਆਂ ਉਹ ਪਾਪਣ ਕੀਤੀਆਂ ਸੀ ਮਨ ਆਈਆਂ 21 ਦੇ 31 ਪਾ ਸਿੰਘਾਂ ਸਿਰੋਂ ਭਾਜੀਆਂ ਲਾਈਆਂ ਡਰਦੀ ਨਾ ਰੱਬ ਤੋਂ ਸੀ ਫੜ ਕੇ ਕਾਲ ਦੇ ਪਿੰਜਰੇ ਤਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਪੱਗ ਕੌਮ ਦੀ ਸਿਰ ਧਰ ਗਏ ਸਾਵੇਂ ਮਰਦ ਸੂਰਮੇ ਡਟ ਗਏ ਉਹ ਸਾਵੇਂ ਮਰਦ ਸੂਰਮੇ ਡਟ ਗਏ ਜਾਗੂਵਾਰਾ ਗਾਉਂਦਾ ਰਹੂ ਔਰ ਜੱਗ ਵਾਰਾ ਗਾਉਂਦਾ ਰਹੂ ਐਸਾ ਜਸ ਜਹਾਨੋਂ ਖੱਟ ਗਏ ਜੁਗਾਂ ਤੱਕ ਮਹਿਕੇਗੀ ਲਾਗੇ ਅਣਖ ਭਰੀ ਫੁਲਵਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਅੱਜ ਤੱਕ ਵੀ ਜਿਸ ਜਿਸ ਨੇ ਉਹ ਮੱਥਾ ਸਿੱਖ ਕੌਮ ਨਾਲ ਲਾਇਆ ਪੜ ਲੋ ਇਤਿਹਾਸਾ ਉਹ ਪੜ ਲੋ ਇਤਿਹਾਸਾ ਨੂੰ ਬਹੁਤਾ ਚਿਰਿਓ ਜੀ ਨਾ ਪਾਇਆ ਇਥੋਂ ਹਾਰ ਕੇ ਗਏ ਖਿਲਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਸਿੰਘ ਵਾਦਾ ਕਰਦੇ ਨਹੀਂ ਤੇ ਵਾਦਾ ਨਹੀਂ ਕਿਸੇ ਦਾ ਜਰਦੇ ਬੈਂਕਾ ਅਤੇ ਸਰੂਪ ਕਹੇ ਸੂਰੇ ਜਦੋਂ ਮੈਂ ਬੈਠਾ ਹਾਂ ਤੇ ਵੀਰ ਹਿੰਮਤ ਵੀਰ ਸਿੰਘ ਕਹਿੰਦੇ ਭਗਵਾਨ ਸਾਹਿਬ ਕਵਿਤਾ ਜ਼ਰੂਰ ਸੁਣਾਉਣੀ ਹੂੰ ਕਿਉਂਕਿ ਜਹਿਦਰ ਸੁਖਵਿੰਦਰ ਸਿੰਘ ਜੀ ਅਗਵਾਨ ਸਟੇਜ ਤੇ ਬੈਠੇ ਨੇ ਕੁਰਬਾਨੀ ਵਾਲਾ ਪਰਿਵਾਰ ਬੈਂਕਾ ਅਤੇ ਸਰੂਪ ਕਹੇ ਸੂਰੇ ਅਣਖ ਆਣ ਲਈ ਮਰਦੇ ਸੱਚ ਦਰਗਾਹ ਪੁਰੀ ਆ ਕੇ ਰੱਖੀਏ ਸੋਚ ਕਦੇ ਨਾ ਮਾੜੀ ਰੱਖੀਏ ਸੋਚ ਕਦੇ ਨਾ ਮਾੜੀ 31 ਅਕਤੂਬਰ ਨੂੰ ਇੰਦਰਾ ਮੌਤ ਦੀ ਗੱਡੀ ਚਾੜੀ ਇਸ ਕਵਿਤਾ ਤੋਂ ਖੁਸ਼ ਹੋ ਕੇ ਸਿੰਘ ਸਾਹਿਬ ਜਥੇਦਾਰ ਸੁਖਵਿੰਦਰ ਸਿੰਘ ਜੀ ਅਗਵਾਨ ਉਹਨਾਂ ਨੇ 1100 ਦਮੜਾ ਮਾਇਆ ਭੇਜੀ ਹੈ ਸਟੇਜ ਉੱਤੇ ਜਿੰਨੇ ਵੀ ਬੈਠੇ ਜਥੇਦਾਰ ਪ੍ਰਕਾਸ਼ ਸਿੰਘ ਹੁਣੀ ਬੈਠੇ ਹੈ ਉਹਨਾਂ ਵੱਲੋਂ ਮਾਇਆ ਆਈ ਹੈ ਹੋਰ ਵੀ ਸੰਗਤ ਵੱਲੋਂ ਮਾਇਆ ਆਈ ਹੈ ਸਾਡਾ ਛੋਟਾ ਵੀਰ ਬਰਖੁਰਦਾਰ ਸਰਦਾਰ ਮਨਜੀਤ ਸਿੰਘ ਮੰਜਿਆਂ ਵਾਲੀ
बड़ा वधिया कविशर है भाई हुण हार है सतगुरु कृपा करे चढ़दी कला रखे उहदे वल्लों 200 दमड़ा भेजिया गया धन्नवाद करदे नवतेज सिंह जी सन ऑफ सरदार हरपाल सिंह जी हां जी ਉਹ ਅਰਦਾਸ ਕਰਦੇ ਆ ਸਤਿਗੁਰੂ ਜੀ ਨੇ ਅੱਗੇ ਅਰਦਾਸ ਕਰਦੇ ਉਹ ਕਾਰਜ ਵਾਸਤੇ ਗਏ ਨੇ ਕਾਰਜ ਸਫਲ ਹੋਵੇ ਸਤਿਗੁਰੂ ਸਭ ਦੇ ਬਈ ਕਾਰਜ ਸਫਲ ਕਰੇ ਇੱਕ ਵਾਰ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਥੇਦਾਰ ਹੋਰ ਵੀ ਸਟੇਜ ਉੱਪਰ ਬੈਠੇ ਨੇ ਉਹਨਾਂ ਵੱਲੋਂ ਮਾਇਆ ਆਈ ਹੈ ਅੱਜ ਤੋਂ 100 ਸਾਲ ਪਹਿਲਾਂ ਇੱਕ ਸਾਕਾ ਵਰਤਿਆ ਜਿਹਦੇ ਬਾਰੇ ਪੂਰਾ ਵਰਲਡ ਉਹਨਾਂ ਦੀ ਯਾਦ ਵਿੱਚ ਜੁੜ ਕੇ ਬੈਠਾ ਹੈ 29-30 ਅਕਤੂਬਰ 1922 ਨੂੰ ਇਹ ਸਾਕਾ ਵਾਪਰਿਆ ਗੁਰੂ ਕੇ ਬਾਗ ਦੇ ਉਹ ਖਾਲਸੇ ਜਿਨ੍ਹਾਂ ਨੇ 8 ਅਗਸਤ 1922 ਤੋਂ ਇਹ ਮੋਰਚਾ ਆਰੰਭਿਆ ਕਹਾਣੀ ਕੀ ਸੀ ਹਿੰਦੁਸਤਾਨ ਵਿੱਚ ਅੰਗਰੇਜ਼ ਸਰਕਾਰ ਬ੍ਰਿਟਿਸ਼ ਸਰਕਾਰ ਆਪਣੇ ਪੈਰ ਵਧਾ ਰਹੀ ਹੈ ਫੈਲਾ ਰਹੀ ਹੈ ਪੰਜਾਬ ਦੀ ਧਰਤੀ ਉੱਤੇ ਵੀ ਉਹਨੇ ਰਾਜ ਕਰਨਾ ਚਾਹਿਆ ਉਹਨੇ ਵੇਖਿਆ ਕਿ ਸਾਡੇ ਕਲਾਵੇ ਵਿੱਚ ਕੋਈ ਵੀ ਨਹੀਂ ਆਉਂਦਾ ਉਹਨਾਂ ਨੇ ਜਿਹੜੇ ਧਾਰਮਿਕ ਗੁਰਦੁਆਰੇ ਸਾਹਿਬਾਨਾਂ ਦੇ ਆਗੂ ਉਦਾਸੀ ਸਨ ਜਿਨ੍ਹਾਂ ਦੇ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਬੜੀ ਜਗੀਰ ਲਾਈ ਗੁਰਦੁਆਰੇ ਧਾਮਾਂ ਦੇ ਗੁਰਵਾਰਿਆਂ ਦੇ ਨਾਮ ਉਹਨਾਂ ਦੇ ਮਹੰਤ ਅਜਾਸ਼ ਹੋ ਗਏ ਉਹਨਾਂ ਨੇ ਕ੍ਰਿਤੀਆਂ ਕਰਨੀਆਂ ਸ਼ੁਰੂ ਕੀਤੀਆਂ ਆਖਰ ਖਾਲਸਿਆਂ ਨੇ ਮੋਰਚਾ ਲਾ ਦਿੱਤਾ 8 ਅਗਸਤ ਤੋਂ ਮੋਰਚਾ ਚੱਲਿਆ 2.5-3 ਮਹੀਨੇ ਇਹ ਮੋਰਚਾ ਚੱਲਦਾ ਰਿਹਾ ਜੇਲ੍ਹਾਂ ਭਰੀਆਂ ਗਈਆਂ ਇੱਕ ਸਪੈਸ਼ਲ ਟ੍ਰੇਨ ਕੀਤੀ ਜੀ ਜਿਹੜੀ ਸਾਬਕਾ ਫੌਜੀਆਂ ਨੂੰ ਅੜਕਦੀ ਜੇਲ੍ਹ ਵੱਲੇ ਲਿਜਾਣਾ ਹੈ ਉਨੀ ਦਿਨੀ ਗੁਰਦੁਆਰਾ ਪੰਜਾ ਸਾਹਿਬ ਵਿੱਚ ਭਾਈ ਪ੍ਰਤਾਪ ਸਿੰਘ ਔਰ ਭਾਈ ਕਰਮ ਸਿੰਘ ਦੋ ਜਥੇਦਾਰ ਭਾਈ ਪ੍ਰਤਾਪ ਸਿੰਘ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਭਾਈ ਕਰਮ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮਹੰਤ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਖਾਲਸਾ ਪੰਥ ਗੁਰਦੁਆਰੇ ਆਜ਼ਾਦ ਕਰਵਾ ਰਿਹਾ ਹੈ ਉਹਨਾਂ ਨੇ ਖਾਲਸਾ ਪੰਥ ਦੇ ਅੱਗੇ ਚਾਬੀਆਂ ਆਪ ਰੱਖ ਦਿੱਤੀਆਂ ਆਪ ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਸੱਜ ਕੇ ਹਜ਼ੂਰ ਸਾਹਿਬ ਦੀ ਯਾਤਰਾ ਤੇ ਗਏ ਤੇ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਇਹ ਗੁਰਦੁਆਰਾ ਜਿਤਨੇ ਵੀ ਪਾਕਿਸਤਾਨ ਦੇ ਨੇ ਸਾਰਿਆਂ ਦੇ ਦਰਸ਼ਨ ਕਰਦੇ ਕਰਦੇ ਉਹ ਨਿੰਦਣੀ ਗੁਰਦੁਆਰਾ ਪੰਜਾ ਸਾਹਿਬ ਵਿੱਚ ਨੇ ਭਾਈ ਪ੍ਰਤਾਪ ਸਿੰਘ ਜੀ ਨੂੰ ਖਬਰ ਮਿਲੀ ਕਿ ਕਈਆਂ ਦਿਨਾਂ ਦੇ ਭੁੱਖੇ ਧਿਆਏ ਸਾਡੇ ਵੀਰ ਅੜਕਦੀ ਜੇਲ੍ਹ ਵੱਲੇ ਭੇਜੇ ਜਾ ਰਹੇ ਨੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਭੋਗ ਪਾਇਆ ਗਿਆ ਅਰਦਾਸਾਂ ਸੋਧਿਆ ਗਿਆ ਭਾਈ ਪ੍ਰਤਾਪ ਸਿੰਘ ਨੇ ਮੈਕ ਉੱਤੇ ਖਲੋ ਕੇ ਆਈ ਹੋਈ ਸੰਗਤ ਨੂੰ ਜਿਹੜੇ ਸਾਡੇ ਵੀਰ ਅੜਕਦੀ ਜੇਲ੍ਹ ਵੱਲੇ ਜਾ ਰਹੇ ਨੇ ਉਹਨਾਂ ਦੀ ਬਾਬਤ ਦੱਸਣਾ ਸ਼ੁਰੂ ਕੀਤਾ ਕਿ ਉਹ ਕਈਆਂ ਦਿਨਾਂ ਦੇ ਭੁੱਖੇ ਧਿਆਏ ਰੱਖੇ ਗਏ ਨੇ ਔਰ ਡਾਂਗਾ ਉਹਨਾਂ ਦੇ ਸਿਰ ਵਿੱਚ ਵੱਜੀਆਂ ਨੇ ਸਿਰ ਪਾੜੇ ਗਏ ਨੇ ਹੱਡ ਗੋਡੇ ਤੋੜੇ ਗਏ ਨੇ ਉਹਨਾਂ ਨੂੰ ਨਾ ਕੁਝ ਖਾਣ ਵਾਸਤੇ ਦਿੱਤਾ ਗਿਆ ਨਾ ਕੁਝ ਪੀਣ ਵਾਸਤੇ ਦਿੱਤਾ ਗਿਆ ਸਾਨੂੰ ਉਹਨਾਂ ਦੀ ਸੇਵਾ ਵਾਸਤੇ ਕੁਝ ਕਰਨਾ ਚਾਹੀਦਾ ਗੁਰਦੁਆਰਾ ਪੰਜਾ ਸਾਹਿਬ ਵਿੱਚ ਖਲੋਤੇ ਹੋਏ ਭਾਈ ਪ੍ਰਤਾਪ ਸਿੰਘ ਉੱਠ ਕੇ ਤਕਰੀਰ ਇਉਂ ਕਰਦਾ ਭੋਗ ਪਿਆ ਜਾ ਵਾਰ ਦਾ ਗਿਆਨੀ ਜੀ ਬੋਲੇ ਜ਼ੁਲਮ ਗੁਰੂ ਕੇ ਬਾਗ ਦੇ ਸੰਗਤਾਂ ਵਿੱਚ ਫੁੱਲੇ ਓ ਮਾਰੇ ਗੋਰਾ ਤਾੜੀ ਜਾਨਾਂ ਦੇ ਤਾੜੇ ਬੰਦੇ ਡਾਲ ਅਟਕ ਨੂੰ ਆਜ਼ਾਦੀ ਦੇ ਲਾੜੇ ਪਤਾ ਨਹੀਂ ਕਦ ਹੋਣਗੇ ਕਿ ਨਾਹੀਂ ਮਿਲੇ ਦਿਲ ਨੂੰ ਡੁੰਬਦੇ ਰਹਿਣਗੇ ਆਓ ਦਿਲ ਨੂੰ ਡੁੰਬਦੇ ਰਹਿਣਗੇ ਯਾਦਾਂ ਦੇ ਸਿੱਲੇ ਰੋੜੀ ਹੀ ਪਾਵਦਾ ਨਿਤ ਨਵੇਂ ਪਵਾੜੇ ਵੱਡੇ ਡਾਰ ਅਟਕ ਨੂੰ ਆਜ਼ਾਦੀ ਦੇ ਲਾੜੇ ਸੁਣਿਆ ਭੁੱਖੇ ਕਦੋਂ ਦੇ ਉਹਨਾਂ ਕੁਝ ਨਾ ਖਾਦਾ ਸੁਣਿਆ ਭੁੱਖੇ ਕਦੋਂ ਦੇ
ਉਹਨਾਂ ਕੁਝ ਨਹੀਂ ਖਾਦਾ ਰਾਜ ਨਸ਼ੇ ਵਿੱਚ ਕਰ ਰਿਹਾ ਗੋੜਾ ਨੀ ਤੂੰ ਆਦਾ ਵਤਨ ਤੂੰ ਜਿਵੇਂ ਨਾ ਦੂਰ ਵਤਨ ਤੋਂ ਜੀਵੇ ਨਾ ਉਹ ਜਿੰਦ ਚਾਰ ਦਿਹਾੜੇ ਬੰਦੇ ਜਰ ਅਟਕ ਨੂੰ ਆਜ਼ਾਦੀ ਦੇ ਲਾੜੇ ਆਪੋ ਵਿੱਚ ਦੀ ਪਾੜ ਤੇ ਵੀਰਾਂ ਨਾਲ ਵੀਰੇ ਮਿੱਟੀ ਵਿੱਚ ਮਲਾ ਦਿੱਤੇ ਬਹੁ ਮੁੱਲੇ ਹੀਰੇ ਖੇਡ ਤੱਕੇ ਪਿਆ ਅੱਗ ਦੀ ਕਰ ਸਾਡੇ ਸਾਰੇ ਬੰਦੇ ਡਰ ਅਟਕ ਨੂੰ ਆਜ਼ਾਦੀ ਦੇ ਲਾੜੇ ਪਹਿਲਾਂ ਡਾਂਗਾ ਮਾਰ ਮਾਰ ਹੱਡ ਗੋਡੇ ਤੋੜੇ ਪਹਿਲਾਂ ਡਾਂਗਾ ਮਾਰ ਮਾਰ ਹੱਡ ਗੋਡੇ ਤੋੜੇ ਫਿਰ ਤੁੜਾਏ ਛਾਤੀਆਂ ਦੇ ਉੱਪਰ ਘੋੜੇ ਭੂਤ ਜ਼ੁਲਮ ਦੇ ਗੱਬਾਰੂ ਫੜ ਫੜ ਕੇ ਡਾਲੇ ਬੰਦੇ ਨਾਲ ਅੜਕ ਨੂੰ ਆਜ਼ਾਦੀ ਦੇ ਲਾੜੇ ਚੱਲ ਕੇ ਕਰ ਲਈਏ ਭਾਈਆਂ ਦੀ ਸੇਵਾ ਦੂਰ ਵਤਨ ਤੋਂ ਜਾ ਰਹੇ ਓ ਦੂਰ ਵਤਨ ਤੋਂ ਜਾ ਰਹੇ ਰਾਈਆਂ ਦੀ ਸੇਵਾ ਪਾਣੇ ਵਾਰੀਆਂ ਪੈਕਾ ਗੁਰੂ ਘਰ ਜਾਣ ਤੋਂ ਗੋਰਾ ਕਿਉਂ ਤਾੜੇ ਅਟਕ ਨੂੰ ਆਜ਼ਾਦੀ ਦੇ ਲਾੜੇ ਭਾਈ ਪ੍ਰਤਾਪ ਸਿੰਘ ਨੇ ਜਦੋਂ ਤਕਰੀਰ ਕੀਤੀ ਦੇਗ ਲੈ ਕੇ ਸੰਗਤ ਆਪੋ ਆਪਣੇ ਘਰਾਂ ਨੂੰ ਗਈ ਜੋ ਕਿਸੇ ਦੇ ਹੱਥ ਲੱਗਾ ਪਦਾਰਥ ਲੈ ਕੇ ਗੁਰਦੁਆਰਾ ਸਾਹਿਬ ਪਹੁੰਚੇ ਅਰਦਾਸਾਂ ਸੋਧ ਕੇ ਇਹ ਕਾਫਲਾ ਪਹੁੰਚਿਆ ਹਸਨ ਅਬਦਾਲ ਸਟੇਸ਼ਨ ਦੇ ਉੱਤੇ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਨੇ ਇਸ ਕਾਫਲੇ ਨੂੰ ਕਿਹਾ ਕਿ ਤੁਸੀਂ ਬੈਠੋ ਅਸੀਂ ਸਟੇਸ਼ਨ ਬਾਬੂ ਨਾਲ ਗੱਲ ਕਰਕੇ ਆਉਣੇ ਆ ਸਟੇਸ਼ਨ ਬਾਬੂ ਦੇ ਨਾਲ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਜਾ ਕੇ ਉਹਨੂੰ ਇੱਕ ਬੇਨਤੀ ਕਰਦੇ ਆ ਕਿ ਬਾਬੂ ਤੂੰ ਵੀ ਹਿੰਦੁਸਤਾਨੀ ਹੈ ਔਰ ਹਿੰਦੁਸਤਾਨ ਉੱਤੇ ਅੰਗਰੇਜ਼ ਸਰਕਾਰ ਤਸ਼ੱਦਦ ਢਾ ਰਹੀ ਹੈ ਸਾਡੇ ਪੰਜਾਬੀ ਭਰਾ ਜਿਹੜੇ ਗੁਰਧਾਮਾਂ ਦੀ ਖਾਤਰ ਆਪਣੇ ਆਪ ਨੂੰ ਜਿਨ੍ਹਾਂ ਨੇ ਪੇਸ਼ ਕੀਤਾ ਸਾਨੂੰ ਪਤਾ ਲੱਗਾ ਹੈ ਕਿ ਉਹ ਆ ਰਹੇ ਨੇ ਗੱਡੀ 15 ਮਿੰਟ ਖੜੀ ਕਰਦੇ ਤੇਰਾ ਵੀ ਸੇਵਾ ਵਿੱਚ ਹਿੱਸਾ ਪੈ ਜਾਏਗਾ ਭਾਈ ਪ੍ਰਤਾਪ ਸਿੰਘ ਸਟੇਸ਼ਨ ਬਾਬੂ ਨੂੰ ਚੰਦ ਗੱਲਾਂ ਇਉਂ ਕਹਿ ਰਹੇ ਸੰਗ ਦੁੱਖਾਂ ਦੀ ਸਰੀਰ ਉੱਤੇ ਚੱਲ ਕੇ ਸਾਹਿਬ ਦੇਵਾਂ ਦੇ ਦੁਲਾਰੇ ਅੱਗੇ ਚੱਲ ਕੇ ਕਹਿੰਦਾ ਬਾਬੂ ਨੂੰ ਵਫੂਦ ਸਾਰਾ ਰਲ ਕੇ ਸਾਡਾ ਨਿੱਕਾ ਜਿਹਾ ਕਾਰਜ ਸਵਾਰੋ ਬਾਬੂ ਜੀ ਗੱਡੀ 15 ਮਿੰਟ ਉਹ ਗੱਡੀ 15 ਮਿੰਟ ਖਲਿਆਰੋ ਬਾਬੂ ਜੀ ਮਾਰੇ ਸੱਟਾਂ ਦੇ ਉਹਦੇ ਚ ਸਾਡੇ ਵੀਰ ਨੇ ਪਿੰਜੇ ਰੂੰਦੇ ਵਾਂਗੂ ਜਿਨ੍ਹਾਂ ਦੇ ਸਰੀਰ ਨੇ ਬਣੇ ਸ਼ਹਿਨਸ਼ਾਹ ਆਜ਼ਾਦੀ ਲਈ ਫਕੀਰ ਨੇ ਤਾਣੀ ਉਲਝੀ ਹੋਈ ਨੂੰ ਹੱਥੀ ਗੰਢ ਲਾਉਂਦਿਆਂ ਦੇ ਪਾਈਏ ਵੀਰਾਂ ਦੇ ਦਰਸ਼ ਦੇਸ਼ਾਂ ਦੂਰ ਜਾਂਦਿਆਂ ਦੇ ਆ ਗੁਰੂ ਧਾਮਾਂ ਦੀ ਆਜ਼ਾਦੀ ਲਈ ਜਵਾਨਾਂ ਨੇ ਤਨ ਪੇਸ਼ ਕੀਤੇ ਉਹ ਗੁਰੂ ਧਾਮਾਂ ਦੀ ਆਜ਼ਾਦੀ ਲਈ ਜਵਾਨਾਂ ਨੇ ਤਨ ਪੇਸ਼ ਕੀਤੇ ਕੌਮੀ ਬਲਵਾਨਾਂ ਨੇ ਸਭ ਦੁੱਖਾਂ ਦੀਆਂ ਬਾਬੂ ਦਾ ਸਤਾਨਾਂ ਨੇ ਬੜਾ ਕੀਮਤੀ ਹੈ ਵਕਤ ਵਿਚਾਰੋ ਬਾਬੂ ਜੀ ਗੱਡੀ 15 ਮਿੰਟ ਆ ਗੱਡੀ 15 ਮਿੰਟ ਖਲਿਆਰੋ ਬਾਬੂ ਜੀ ਦੇਸ਼ ਭਗਤ ਅਖੀਰੀ ਦਿੱਤ ਜਾਣਾ ਭਗਤ ਅਖੀਰੀ ਦਿੱਤ ਜਾਣਾ ਏ ਦੇਸ਼ ਕੱਢ ਦੇਣਾ ਵੈਰੀਆਂ ਦਾ ਟਾਣਾ ਏ ਦਿੰਦਾ ਧਰਮ ਚ ਦਖਲ ਡਰਵਾਣਾ ਏ ਸ਼ਾਂਤਮਈ ਚ ਰਹਿ ਕੇ ਡਰ ਵੈਰੀ ਦੀ ਹਲਾਂਦਿਆਂ ਦੇ ਪਾਈਏ ਵੀਰਾਂ ਦੇ ਪਾਈਏ ਵੀਰਾਂ ਦੇ ਦਰਸ਼ ਦੇਸ਼ ਦੂਰ ਜਾਂਦਿਆਂ ਦੇ ਆ ਵੇਖੇ ਪੂੜਨਾ ਫੁੱਲਾਂ ਤੇ ਪੈਂਦੇ ਸਦੀਆਂ
ਉਹ ਵੇਖੇ ਪੂੰਡਨਾ ਫੁੱਲਾਂ ਤੇ ਬੈਂਦੇ ਸਦੀਆਂ ਜੋ ਦੇ ਛੀਨ ਲੈਂਦੇ ਜ਼ਾਲਮਾਂ ਤੋਂ ਗੱਦੀਆਂ ਜਿੰਨਾ ਖੂਨ ਹੈ ਵਹਾਇਆ ਵਾਂਗ ਨਦੀਆਂ ਆਓ ਕਰਕੇ ਦੀਦਾਰੇ ਆਓ ਕਰਕੇ ਦੀਦਾਰੇ ਮਨ ਠਾਰੋ ਬਾਬੂ ਜੀ ਗੱਡੀ 15 ਮਿੰਟ ਗੱਡੀ 15 ਮਿੰਟ ਖਲਿਆਰੋ ਬਾਬੂ ਜੀ ਛਕਾਉਣਾ ਕਰੋ ਮਿਹਰਬਾਨੀ ਮੰਨ ਲਓ ਸਵਾਲ ਨੂੰ ਤਾਰ ਦੇ ਰੋ ਪਿੱਛੇ ਹੱਕ ਮੈਂ ਕੰਡਾਲ ਨੂੰ ਜਲ ਪਾਣੀ ਤੋਂ ਬਗੈਰ ਅਸਾਂ ਲਾਲ ਨੂੰ ਜਾਣ ਪੈਂਤੀ ਵਾਲੇ ਦੇਣਾ ਕੌਮੀ ਗੀਤ ਗਾਉਂਦਿਆਂ ਨੂੰ ਜਲ ਪਾਣੀ ਐ ਛਕਾਉਣਾ ਦੇਸ਼ਾਂ ਦੂਰ ਜਾਂਦਿਆਂ ਨੂੰ ਹੋ ਜਦੋਂ ਸਟੇਸ਼ਨ ਬਾਬੂ ਨੇ ਇਹ ਗੱਲ ਸੁਣੀ ਉਹਨੇ ਕਿਹਾ ਖਾਲਸਾ ਜੀ ਮੇਰੇ ਵੱਸ ਨਹੀਂ ਇਹ ਸਪੈਸ਼ਲ ਗੱਡੀ ਹੈ ਇਹਨੂੰ ਮੈਂ ਨਹੀਂ ਰੋਕ ਸਕਦਾ ਹਾਂ ਇਹ ਕੁਝ ਥਾਵਾਂ ਉੱਤੇ ਰੁਕਦੀ ਹੈ ਕੋਲੇ ਵਾਲਾ ਇੰਜਣ ਹੈ ਪਾਣੀ ਲੈਣ ਵਾਸਤੇ ਤੇ ਜਿਹੜੇ ਸਟੇਸ਼ਨ ਉੱਤੇ ਰੁਕਦੀ ਹੈ ਉਹ ਸਟੇਸ਼ਨ ਛਾਉਣੀ ਵਿੱਚ ਬਦਲਿਆ ਹੋਇਆ ਇਸ ਗੱਡੀ ਦੇ ਨਾਲ ਸਪੈਸ਼ਲ ਗਾਰਡ ਭੇਜੀ ਗਈ ਹੈ ਔਰ ਇਹਦੇ ਵਿੱਚ ਗਨ ਮਸ਼ੀਨਾਂ ਬੀੜੀਆਂ ਹੋਈਆਂ ਨੇ ਇੱਥੋਂ ਤੱਕ ਹੁਕਮ ਹਾਸਲ ਹੈ ਉਹਨਾਂ ਫੌਜੀਆਂ ਨੂੰ ਕਿ ਕੋਈ ਵੀ ਗੱਡੀ ਦੇ ਨੇੜੇ ਆਉਂਦਾ ਉਹਨੂੰ ਗੋਲੀ ਸ਼ੂਟ ਕੀਤੀ ਜਾ ਸਕਦੀ ਗੱਡੀ ਮੈਂ ਨਹੀਂ ਰੋਕ ਸਕਦਾ ਭਾਈ ਪ੍ਰਤਾਪ ਸਿੰਘ ਨੇ ਕਿਹਾ ਸਟੇਸ਼ਨ ਬਾਬੂ ਇਕੱਲਾ ਕਹਿਣ ਹੀ ਨਹੀਂ ਕਰਨ ਵੀ ਜਾਣਦੇ ਹਾਂ ਕਹਿਣਾ ਸੌਖਾ ਕਰਨਾ ਔਖਾ ਹੈ ਸਤਿਗੁਰੂ ਜੀ ਕਹਿੰਦੇ ਭਗਤ ਜੀ ਕਹਿੰਦੇ ਮਰਤਾ ਮਰਤਾ ਜਗ ਬੂਆ ਮਰ ਭੀ ਨਾ ਜਾਣਿਆ ਕੋਏ ਐਸੀ ਮਰਨੀ ਜੋ ਮਰੈ ਬਾਹਰ ਨਾ ਮਰਨਾ ਹੋਏ ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਮਰ ਕੇ ਵੀ ਵਿਖਾਉਣਾ ਪੈਣਾ ਜਿਹੜੇ ਸੂਰਮੇ ਹੋਣ ਉਹ ਬਚਨ ਕਹਿੰਦੇ ਆ ਸਟੇਸ਼ਨ ਬਾਬੂ ਨੂੰ ਭਾਈ ਪ੍ਰਤਾਪ ਸਿੰਘ ਨੇ ਕਿਹਾ ਏ ਸਟੇਸ਼ਨ ਬਾਬੂ ਇਕੱਲਾ ਕਹਿਣ ਹੀ ਨਹੀਂ ਕਰਨ ਵੀ ਜਾਣਦੇ ਆ ਫੜਾ ਫੋਕੀਆਂ ਖਾਲਸੇ ਮਾਰਦੇ ਨਹੀਂ ਪੁੱਤਰ ਦਸਮ ਦੇ ਵੀਰ ਹਰਦੀਪ ਸਿੰਘ ਦੇ ਸੀਸ ਲੱਥੇ ਤੇ ਤੇਗੋ ਹਾਰਦੇ ਨਹੀਂ ਓਏ ਅਸੀਂ ਉਹਨਾਂ ਦੇ ਵਾਰਸਾ ਜਿਨ੍ਹਾਂ ਨੇ ਸਿਰ ਤਲੀ ਉੱਤੇ ਰੱਖ ਕੇ ਅਹਿਮਦ ਸ਼ਾਹ ਅਬਦਾਲੀ ਦੇ ਝੰਡੇ ਪੁੱਟ ਦਿੱਤੇ ਸਟੇਸ਼ਨ ਬਾਬੂ ਉਹਦੇ ਸਾਹਮਣੇ ਸਾਰਾ ਸੀਨ ਆ ਰਿਹਾ ਹੈ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਜਾ ਕੇ ਆਪਣੇ ਕਾਫਲੇ ਨੂੰ ਇਹ ਹੁਕਮ ਦੇ ਦਿੱਤਾ ਕਿ ਸਟੇਸ਼ਨ ਬਾਬੂ ਕਹਿੰਦਾ ਗੱਡੀ ਨਹੀਂ ਰੁਕੇਗੀ ਪਰ ਅਸਾਂ ਅਰਦਾਸ ਕੀਤੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹਦਾ ਮਾਲਕ ਦੁਨਿਆਵੀ ਹੈ ਜਿਹਦਾ ਹੁਕਮ ਹੈ ਗੱਡੀ ਨਹੀਂ ਰੁਕੇਗੀ ਸਾਡਾ ਜਿਹੜਾ ਗੁਰੂ ਹੈ ਸਾਡਾ ਮਾਲਕ ਹੈ ਉਹ ਸ੍ਰਿਸ਼ਟੀ ਦਾ ਕਰਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਸਾਹਮਣੇ ਅਰਦਾਸਾਂ ਸੋਧਿਆ ਹੈ ਗੱਡੀ ਅਸੀਂ ਰੋਕਾਂਗੇ ਪੁੱਛਿਆ ਨੌਜਵਾਨਾਂ ਨੇ ਕਿ ਜਥੇਦਾਰ ਜੀ ਕਿਵੇਂ ਰੁਕੇਗੀ ਉਹਨਾਂ ਕਿਹਾ ਅਸੀਂ ਆਪਣੀਆਂ ਛਾਤੀਆਂ ਡਾਹ ਕੇ ਰੋਕਾਂਗੇ ਕੌਮ ਦੇ ਜਥੇਦਾਰ ਜਦੋਂ ਅੱਗੇ ਲੱਗ ਕੇ ਤੁਰਦੇ ਹੈ ਤੇ ਫਿਰ ਕੌਮਾਂ ਕਿਸੇ ਨਾ ਕਿਸੇ ਨਿਸ਼ਾਨੇ ਉੱਤੇ ਪਹੁੰਚਦੀਆਂ ਨੇ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਇਸ ਸਟੇਸ਼ਨ ਤੋਂ 2-2.5 ਕਿੱਲੇ ਅੱਗੇ ਹੋ ਕੇ ਜਿਸ ਪਾਸਿਓ ਗੱਡੀ ਆ ਰਹੀ ਹੈ ਆਣ ਬੈਠੇ ਨੇ ਇਹਨਾਂ ਨੂੰ ਵੇਖ ਕੇ ਇੱਥੇ ਹੋਰ ਨੌਜਵਾਨਾਂ ਵਿੱਚ ਰੋਹ ਜਾਗਿਆ ਉਹ ਵੀ ਸ਼ਹੀਦੀਆਂ ਦੇਣ ਵਾਸਤੇ ਤਿਆਰ ਹੋ ਗਏ ਇੱਥੇ ਇੱਕ ਨੌਜਵਾਨ ਬੀਬੀ ਜਿਹੜੀ ਰਸਤੇ ਵਿੱਚੋਂ ਕਾਫਲੇ ਨਾਲ ਮਿਲ ਕੇ ਸ਼ਬਦ ਪੜ੍ਹਦੀ ਆ ਰਹੀ ਸੀ ਉਹਨੇ ਵੇਖਿਆ ਕਿ ਮੇਰੇ ਭਰਾ ਕੁਰਬਾਨੀ ਕਰਨ ਲੱਗੇ ਨੇ ਮੈਨੂੰ ਵੀ ਕੁਝ ਕਰ ਜਾਣਾ ਚਾਹੀਦਾ ਹੈ ਉਹਦੇ ਕੋਲ ਛੋਟਾ ਜਿਹਾ ਬੱਚਾ ਸੀ ਉਹ ਆਪਣੇ ਛੋਟੇ ਜਿਹੇ ਬੱਚੇ ਨੂੰ ਲੈ ਕੇ ਭਾਈ ਪ੍ਰਤਾਪ ਸਿੰਘ ਭਾਈ ਕਰਮ ਸਿੰਘ ਜਿਸ ਪਰੜੀ ਉੱਪਰ ਬੈਠੇ ਨੇ ਕੁਝ ਹੋਰ ਵੀਰ ਬੈਠੇ ਹੋਏ ਨੇ ਉਹਨਾਂ ਦੇ ਮਗਰ ਬੈਠ ਗਈ ਆਪਣੇ ਬੱਚੇ ਨੂੰ ਕਦੀ ਛਾਤੀ ਨਾਲ ਲਾਉਂਦੀ ਹੈ ਕਦੀ ਉਹਦਾ ਮੱਥਾ ਚੁੰਮਦੀ ਹੈ ਦੇਖ ਕੇ ਲੋਰੀਆਂ ਲਾਡਲੇ ਲਾਲ ਤਾਈ ਕਹਿੰਦੀ ਤੈਨੂੰ ਹੈ ਮੇਰੀ ਤਾਗੀਦ ਬੱਚਾ ਸ਼ਾਇਦ ਮੈਂ ਤੇ ਤੋਂ ਪਹਿਲਾਂ ਤੁਰ ਜਾਵਾਂ ਖਾਤਰ ਵਤਨ ਦੀ ਹੋਈ ਸ਼ਹੀਦ ਬੱਚਾ ਬੱਚਾ ਬਚਨਾ ਵਿਸ਼ੇ ਵਕਾਰਾਂ ਦੇ ਝੱਖੜਾਂ ਤੋਂ ਰੱਖ ਤੇਗ ਬਹਾਦਰ ਦੀ ਦੀਦ ਬੱਚਾ ਉੱਚਾ ਸੁੱਚਾ ਜਹਾਨ ਚੋਂ ਤੁਰ ਜਾਵੀਂ ਸਿੱਖੀ ਸਿਦਕ ਲਈ ਵਾਂਗ ਫਰੀਦ ਬੱਚਾ ਉਹ ਮਮਤਾ
फिर छाती नाल लाउंदी है कदी पासे बिठा देंदी है कदी फिर चुक के लै आउंदी है। इत्थे एक बजुर्ग बाबा वेख रिहा सी इस सारे सीन नू उहदे कोलों ना डरिया गया उह भैण दे कोल जाके उस धी दे मोढे उत्ते हथ रख के भैण गुरनाम कौर नू पुछदा धीए तेरे दिल विच गल की है। भैन अगे जवाब नहीं देंदी बापू ने फिर मोढे तो हिलाया मेरी ये धीए मैनू दस तेरे दिल विच गल की है इहनू बच्चे नू पासे बिठा दे ये वड्डा होके कुछ कर गुजरेगा। शहीद मां का पुत्र है ते फिर भैन अग्यों आवाज देंदी कहिंदी बापू मेरे दिल की गल पुछदा मेरे दिल विच जीत जुझार वसे मैनू जापदी गल कोई ओपरी नहीं। अरे कल लाहौर दे विच बह के कि तारू सिंह लोहा गया खोपरी नहीं जोरावर फतेह सिंह साथ मेरे कहिंदे चुकड़ी जुलम की टोकरी नहीं बेड़ा जुलम का डोबना खून पा के कि मैं तेग बहादुर की पोतरी नहीं। इन्ना जज्बा जो कौमां विच होवे ता हिंदुस्तान ही नहीं वर्ल्ड सामने झुक जांदा है। नरोत्र हो गया बापू लोहे दा खूनी इंजन अपनी मंजिल वल्ले वधदा आ रहा है दूरों धुआं छड़दा दिस रहा जथेदारां नूं उह विसला देंदा है कि परे हो जावो दर्द दित्ते जावोगे। जदों नेड़े पहुंचिया भाई प्रताप सिंह भाई करम सिंह होणा ने जंकारे छड़े और इन्हां दे पवित्र खून इन्हां दीआं पवित्र हड्डियां इन्हां दी पवित्र चरबी ने जदों छाती विच इंजन वज्जा ते जंजीरा वांग इउं रुक खड़ सरब खालसे ने कीती गुर चरनी अरजोई सानू ना थाव्या नू साहिबा दो चरना विच ढोई लाड़े कुर्बानी दे बदे आ रे भुखे प्याए अज पुत्र शेरां दे कहरा फड़ के पिंजरे पाए ओए तन कुर्बानी है ए तन कुर्बानी है हुंदिया बल रता ना बड़के डांगा हड तोड़ गया रखी शांत मई ना पड़के ओना गुर पौरा नू बख्शी साहबा जो वडियाई सानू ही बल बख्शी साडी परख दीवारी आई दे मौन पिछो ओ तुरिया करम सिंह हो मूरे छड़ दे जंकारियां नू तुर पे मगर सपे सिंह सूरे एक लाल कीमती नू लैके सोचे गुरु दलारी ये वेलाई खुंज गया खबरे फेर मिले नवारी कोई दिल विच गल आई ते दौड़ी दूर बिठा के बचा हो ए, ओ कोई दिल विच गल आई ओ दौड़ी दूर बिठा के बचा वीरा संग रल जेगा पुत्रा वीरा संग रल जेगा ए मार्ग फेर मिलेगा सच्चा फेर मां दी ममता ने आखरो जुबान नाना रूह हर दम तड़फेगी जिंदे फेर न डरिया जाना सी तुआं दिसरिया दिस रिया शूकां पौंदा इंजन आ रहा है सी धुआं दिस रिया ओ इंजन आउंदा मंजला वटदा तक खूनी इंजन नू हर एक सिंह जगारे छड़दा शेर दिल ओस बच्ची शेर दिल करके हीला बार जा फड़िया पुत दुनी शहीद होइए कली जस खटा क्यों अड़िया आखे चुम मुखड़े नू ओ तेरी डीक फतेह सिंह करदा पुत अमरो हो जावेगा ते रहिंदी दुर
दुनिया तक ना मरदा वे पुत अमर हो जावेगा तू रहिंदी दुनिया तक नहीं मरदा सी पटड़ी हिल रही चीका मारे इंजन डरावना सिंह छटन समाधि ना कहिंदे सिर दे यार मनावना पलकार अंदर ओए उथे हो गया खूनी कारा प्रताप करम सिंह दी ओ छाती फेगया इंजन पारा उस रेल दी पटड़ी जो हो वगड़ चलारा थल रेल दुनिया लई तुरिया कुर्बानी दिया वारा गल तोड़ी चिड़ा गयो ते सेवा करके जिंद घुमा गए गल तोड़ चिड़ा गए ओ सेवा करके जिंद घुमा गए कर पहिए जाम गए बैंकिया रात अणख दी लाके औसा सिंह जी दिता होया समा समाप्त है जिस प्रसंग बारे माण योग प्रबंध कमेटी ने जिन्ना एडा सचज्जा प्रबंध किया साध सिंह जी बड़े समागम से जाइदा है पर एहो जिहा पंडाल ते गुरु ग्रंथ साहब जिथे शोभा पा रहे विरला वेखीदा गज के आखो सतनाम श्री वाहेगुरु आओ जिहड़ा साका आपां मना रहे हैं एक होर अरदास करिए बंदी सिंह जिहड़े हिंदुस्तान दीआं काल कोठड़ियां विच बैठे ने साध सिंह जी हुण वेख लो किन्ना किन्नी बेइंसाफी है ओ बलात्कारी ओ झूठे सौदे वाला जिन्हों किड्डी वड्डी सजा उहनूं तीन वार परोल देती जी हुण तक एक साल दे विच कानून ये कहिंदा भी केवल एक बंदे नूं 40 दिन दी साल च मिल सकदी है पर साध सिंह जी सिखां वास्ते इंसाफ किते सिख तां देश लई लड़दे खंब गए पर कुरबानी दा मुल नहीं कोई पा रहा आओ एक अरदास करिए गुरु ग्रंथ साहिब जी अगे जिन्हां ने कुरबानियां कीतियां जिन्हां दे चुल्हिआं ते घा उगिआ है परिवार बिखर गया साध सिंह जी माला दे मणके मोतियां वांग बिखर गए आओ ओ अपने घरां विच आउण ते ओ फिर बहारां आ जाण नानक नाम चढ़दी कला तेरे भाणे बाबा गुरमुख सिंह जी कार सेवा वाले महापुरुख उन्होंने वालों 500 दमड़ा आया कदरदानी का धन्यवाद सरदार मलकीत सिंह जी मैनेजर श्री दरबार साहब अमृतसर साहब मीत मैनेजर साहब ने पई वड्डा मान सम्मान 500 दमड़ा दे गए ने एडे वड्डे अहुदे ते पहुंचना ये गुरु रामदास की बख्शिश पई महाराज नजरे रहमत करन सरदार मनजीत सिंह जी मनी भाजी जिन्हां दे ग्रह विखे हुणे हुणे असीं भी जल पाणी छक के आए भाजी सुखविंदर सिंह जी अगवान भाजी अमृतपाल सिंह सारे साध सिंह जी उत्थे जाके आए हैं ते तुहाडे इलाके दा माण भाजी हिम्मतवीर सिंह जी दूर दूर तक जिथे भी जांदे ने तेजा वीला नाल लिखिया जांदा बई उन्हां वल्लों वड्डा माण आया बाबा मनिंदर सिंह जी खेती स्टोर वाले उन्हां वल्लों सन्मान ताड़ी गुरचरण सिंह चन्न जिन्हां दीआं लिखियां 90% लोग पई लिखियां वारां बोलदे ने गुरु कृपा करे महाराज उन्हां नूं तंदुरुस्ती बख्शे साडे कवीशर जथे दी चढ़दी कला वास्ते वेखो साध संगत जदों कौम दा इतिहास दसण वालियां दी सुख मंगण लापे ते कौम दे आपे दिन फिर जाणे ने क्योंकि ढाडियां कवीशरां दा साध संगत जदों मान सन्मान करना दा असीं बड़ा सोचदे आं ते गाउण वाली ते पता नहीं किन्ने सुट दिंदे आं हथ बन्न के बेनती है माण करिआ करो जे ढाडी कवीशर ने ते तारू सिंह जूंदा है जे ढाडी कवीशर ने ते साध सिंह जी हरी सिंह नलुआ शाम सिंह अटारी भाई मनी सिंह दा बंद बंद कटिया सामने आउंदा है क्योंकि नक्शा बन देंदे भाजी कहिंदे भी भावें दित्ता होया समा समाप्त है ते 72 कलिया छंद जिहदे विच 6 जून 1984 दा सारा इतिहास वैसे ते जदों सरोपे पै जाण उदों समाप्ति करन दी साध सिंह जी मंग उठदी है पर वीरां ने 5 मिंट समा होर वधाता है ते जिहड़ा साउंड गूंजा पा रिहा ना साडा सोनू ए सतगुर साउंड मरड़ी वाले जयंतीपुर वाले साडे वीर मन्निया लाके दा साउंड वेखो जलंधर लागे असीं 2 घंटे दवान लाके आए फराला पिंड पगवाड़े लागे
ਭਾਵੇਂ ਥੱਕ ਜਾਂਦਾ ਬੰਦਾ ਇੰਨੇ ਸਫ਼ਰ ਵਿੱਚ, ਪਰ ਜਦੋਂ ਏਡਾ ਇਹੋ ਜਿਹਾ ਸਾਊਂਡ ਏਡਾ ਪੰਡਾਲ ਗੁਰੂ ਸਾਹਿਬ ਸ਼ੋਭਾ ਪਾ ਰਹੇ ਹੋਣ ਤੇ ਪਾਤਸ਼ਾਹ ਹੋਰ ਬਖਸ਼ਾਂ ਕਰਦਾ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਓ 6 ਜੂਨ 1984 ਦਾ ਇਸ ਛੰਦ ਵਿੱਚ ਸਾਰਾ ਇਤਿਹਾਸ ਆ ਜਾਏਗਾ, ਇਹ ਕਹਿ ਕੇ ਸਮਾਪਤ। ਦਿਲ ਨੂੰ ਅੱਜ ਠੋਕਰ ਗਈ ਬਲਦੀਆਂ ਲਾਟਾਂ ਉੱਠਣ ਤੇਰੇ ਨਾਟਾ, ਮੰਦਰ ਨੂੰ ਵੇਖ ਦਿਲਾਂ ਵਿੱਚ ਛੇਕ ਅਣਖੀਆਂ ਦੇ ਗੁੱਸੇ ਨਾਲ ਪੈ ਗਿਆ, ਤੱਕ ਤਖਤੀ ਅਕਾਲ ਦੀਆਂ ਕੰਧਾਂ ਸਭ ਛਣੀਆਂ ਬਾਰੀਆਂ ਬਣੀਆਂ, ਉੱਠਣ ਤੇਰੇ ਨਾਟੇ ਜਗਿਰ ਪੈ ਪੱਟ, ਸ਼ਹੀਦ ਸਿੰਘ ਹੋਏ ਤਖਤ ਵੀ ਢਹਿ ਗਿਆ, ਅਮਰੀਸ਼ ਬੇਗ ਜਹੇ ਵਾਰ ਗਏ ਜਾਨਾ ਬਣੇ ਨਿਸ਼ਾਨ, ਛੱਡੀ ਨੀ ਗੁਰਦ ਡਿੱਗੇ ਉਹ ਪੁਰਦ ਹੌਸਲੇ ਉੱਤੇ ਅਗਨ ਵਿੱਚ ਸੜਦੇ, ਹੱਕ ਧਰਮ ਦੇ ਬਦਲੇ ਰੀ ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਮ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ, ਭੜਕਾਂ ਖਾੜਕੂ ਲੜਦੇ, ਮਾਸੂਮ ਬਾਲਕਾਂ ਨੂੰ ਜ਼ਾਲਮਾਂ ਕੋਇਆ, ਅੰਬਰ ਤੱਕ ਰੋਇਆ ਭੁੱਖੇ ਰੱਖ ਮਾਰੀ ਅਗਾਲਾ, ਸਾੜੇ ਨਗਨ ਕਰ ਕੁੜੀਆਂ ਕਰੀ ਤਲਾਸ਼ੀ, ਸਤਗੁਰ ਦੀ ਨਗਰੀ ਮੇ ਨੇਰ ਜਾ ਛਾ ਗਿਆ ਪਾਪ ਚੜਿਆ ਗਿਆ, ਬੜਾ ਕਰੋੜ ਟੈਂਕ ਲੈ ਤੋਪ ਗੁਰੂ ਕਰ ਢਾਤਾ ਕਰੀ ਬਦਮਾਸ਼ੀ, ਅੱਗਾਂ ਬਿਲਡਿੰਗਾਂ ਨੂੰ ਕਰਨ ਤਮਾਈਆਂ ਮਤਾਂ ਭਲਾਈਆਂ, ਜੋਸ਼ ਵਿੱਚ ਅੰਨਿਆ ਰਤਨ ਸੱਚ ਮੰਨਿਆ, ਜਿਹਨੂੰ ਰਹਿ ਫੜਦੇ ਪਾੜ ਦੋ ਕਰਦੇ, ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਮ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ, ਬੜਕਾਂ ਖਾੜਕੂ ਲੜਦੇ, ਸਤਵੰਤ ਬੇਅੰਤ ਸਿਉ ਵੇਖਣਾ ਜਰਿਆ ਉਦਮ ਚੱਟ ਕਰਿਆ, ਜੁਰੈਣ ਕਰੀਬੀ ਇੰਦਰਾ ਬੀਬੀ ਗੋਲੀਆਂ ਮਾਰ ਛਾਨਣੀ ਕੀਤੀ, ਮੱਚ ਦੇਸ਼ ਦੁਹਾਈ ਗਈ ਸਿੰਘਾਂ ਕਰ ਅਦਲਾ ਲੈ ਲਿਆ, ਬਦਲਾ ਤਲੀ ਤੇ ਸਿਰ ਧਰ ਕੇ ਜੂੰਦਿਆਂ ਮਰ ਕੇ ਕੈਮ ਰੱਖ ਗਏ, ਕੈਮ ਰੱਖ ਗਏ ਸਿੱਖੀ ਦੀ ਰੀਤੀ, ਫਿਰ ਗਈਆਂ ਲੰਡਨ ਅਮਰੀਕਾ ਅਰਬ ਅਫਰੀਕਾ ਜਰਮਨੀ ਟੀਨ ਰੂਸ ਗਮਗੀਨ, ਡੁਸਕਦੇ ਨੈਣ ਖਬਰ ਚਲ ਪੜਦੇ, ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਮ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ, ਭੜਕਾਂ 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 ਖਾੜਕੂ ਲੜਦੇ, ਇੱਕ ਚੀਫ ਕਮਾਂਡਰ ਸੀ ਕਰੈਕ ਮਰੱਟਾ, ਉਹਦਾ ਚੱਕ ਫੱਟਾ ਜਿੰਦੇ ਤੇ ਸੁੱਖੇ ਠਾਰੇ, ਦਿਲ ਧੁੱਖੇ ਛੜਕ ਤੇ ਟਾਲਾ ਮਾਰ ਜ਼ੁਰਮਾਨਾ, ਮਾਕਣ ਬਰਿਆਰ ਤਾਈ ਦਿੱਲੀ ਵਿੱਚ ਢਾਲਾ ਲੰਮਿਆ, ਪਾਲਾ ਸਣੇ ਕਰਵਾਲੀ ਮਾਰ ਗਿਆ 40 ਜੜਾਂ ਤੋਂ ਹਿੱਲ ਗਿਆ ਜੀ ਬੀ ਲਾਣਾ, ਗਵਰਨਰ ਦੇ ਦਿੱਲੀ ਸਭ ਕੰਬੀ ਖਾਲਸੇ ਚੰਬੀ ਪਾਰਲੀਮੈਂਟ ਉਡਾਲੇ, ਟੈਂਟ ਫੌਜ ਨੇ ਲਾਇ ਚੁਸਤ ਉਹ ਖੜਦੇ, ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਮ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ, ਬੜਕਾਂ ਖਾੜਕੂ ਲੜਦੇ, ਆ ਪਾਪਾਂ ਦੇ ਬਦਲੇ ਲਈ ਨਿਹੰਗ ਸਿੰਘ ਬਰਮਾ ਹੋਏ ਕੇ ਗਰਮਾ ਲਾਏ, ਸੰਦ ਘੋੜੇ ਸੁਖੇ ਤੇ ਬੋੜੇ ਪਿਪਲ ਗਰਜੰਚ ਨਾਲ ਲੈ ਚੜਿਆ, ਉਹਦੇ ਰੋਬ ਤੋਂ ਧਰਤ ਹਿੱਲੇ ਅਗਨ ਬਰਸਾਉਂਦਾ, ਛਾਉਣੀਆਂ ਡਾਉਂਦਾ ਦੁਇਟਾਂ ਨੂੰ ਮਾਰੇ ਮਾਰ ਲਲਕਾਰੇ, ਸ਼ਮਾ ਆਜ਼ਾਦੀ ਤੇ ਪਰਵਾਨਾ ਸੜਿਆ, ਲਗਨ ਗਲਤਾਰੇ ਗਦਾਰ ਲੀਡਰਾਂ ਦੇ ਲੱਗਣ ਗਲਤਾਰੇ ਸਣੇ ਪਰਿਵਾਰ, ਜ਼ਖਮ ਕਈ ਅੱਲੇ ਨਰਕ ਨੂੰ ਘੱਲੇ ਮਟਾਵਣ ਲਈ ਕਾੜ ਤਾਂ ਕਰਦੇ, ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ ਬਲੀ ਬਲਵਾਨ, ਵੈਰੀ ਨੂੰ ਫੜ ਝੰਬ ਦੇ ਗੋਲੀ ਦੇ ਨਾਲ ਬੰਬ ਦੇ ਮਾਰਦੇ, ਬੜਕਾਂ 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 ਖਾੜਕੂ ਲੜਦੇ, ਫਿਰ ਲੈ ਦੁਰਿਆ ਟਾਗਰਾਂ ਨੂੰ ਮਨੋ ਜੀ ਚਾਲ, ਲੈ ਤੁਰਿਆ ਟੈਗਰਾਂ ਨੂੰ ਮਨੋ ਜੀ ਚਾਹਲ, ਕਰੀ ਕਮਾਲ ਸੱਤੇ ਤੇ ਸੰਘੇ, ਦੁਸ਼ਟ ਗਈ ਡੰਗੇ ਨਦੋਰੀਏ ਚਾਚੇ ਪਾਏ ਪਟਾਕਸ਼ਨੇ ਚੰਗਿਆੜੇ, ਜਦਾ ਜਫਰ ਵਾਲੀਏ ਦਾ ਜਸਾ ਸਿੰਘ ਕੁੱਕ ਜੀ ਫੱਟੇ ਗਿਆ, ਚੁੱਕ ਜੀ ਸੂਰਮਾ ਮੀਲਾ ਬੜਾ ਪੁਰਤੀਲਾ, ਧਰਮ ਸਿੰਘ ਮਾਧੋ ਧਰਮ ਸਿੰਘ ਮਾਧੋ ਦੁਸ਼ਟ ਗਈ ਰਾੜੇ, ਕਈ ਬੁਲਟ ਪਰੂਫਾਂ ਦੇ ਪਰਖ ਦੇ ਉੱਡੇ ਪਵਾ ਦੇ ਗੁੱਡੇ ਰੇਲ, ਕਈ ਗੱਡੀਆਂ ਤਬਾਹ ਕਰ ਛੱਡੀਆਂ, ਵਧੇ ਸਿੰਘ ਬੱਕਦੇ ਵਾਂਗਰਾਂ ਹੜਦੇ, ਹੱਕ ਧਰਮ ਦੇ ਬਦਲੇ ਦੀ ਸੂਰਮੇ ਜਵਾਨ
ਬਲਵਾਨ ਬਲੀ ਬਲਵਾਨ ਵੈਰੀ ਨੂੰ ਫੜ ਧੰਬ ਦੇ ਗੋਲੀ ਦੇ ਨਾਲ ਬੰਬ ਦੇ ਮਾਰ ਦੇ ਬੜਕਾਂ ਖਾੜਕੂ ਲੜਦੇ ਠੱਲ ਜ਼ੁਲਮ ਤਸ਼ੱਦਦ ਨੂੰ ਪਾਉਣ ਨਾਲ ਚੱਲੇ ਜਾਣ ਨਾ ਠੱਲੇ ਜਿੱਚਰ ਸਰਕਾਰ ਹੋਏ ਸਿਰ ਭਾਰ ਗਲਤੀਆਂ ਕਰ ਮਾਫੀ ਨਾ ਮੰਗੇ ਗੱਲ ਕਰੋ ਜਵਾਨਾਂ ਨਾ ਬਣੇ ਹੱਕ ਦੋ ਰਾਮ ਨਾਲ ਬਹੁ ਸਿੰਘਾਂ ਨੀ ਡਰਨਾ ਮਾਰੇ ਨੀ ਮਰਨਾ ਪਾਗਲੋ ਸਮਝੋ ਲਵੋ ਨਾ ਪੰਗੇ ਬਲਦੇਵ ਸਰੂਪ ਕਹੇ ਨਫ਼ਰਤਾਂ ਛੱਡੋ ਦਿਲਾਂ ਚੋਂ ਕੱਢੋ ਗੁਰੂ ਕੇ ਲਾਲ ਕਰਨ ਕਮਾਲ ਨਹੀਂ ਹੱਥ ਛੱਡਣੇ ਕਿਨੇ ਰਹਿਣ ਚੱਕਦੇ ਹੱਕ ਧਰਮ ਦੇ ਬਦਲੇ ਲਈ ਸੂਰਮੇ ਜਾਨ ਬਲੀ ਬਲਵਾਨ ਵੈਰੀ ਨੂੰ ਪੜ ਧੰਬ ਦੇ ਗੋਲੀ ਦੇ ਨਾਲ ਬੰਬ ਦੇ ਮਾਰ ਦੇ ਬੜਕਾ ਖਾੜਕੂ ਲੜਦੇ ਉਹਨਾਂ ਮਰਜੀਵੜਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਕੌਮੀ ਸੰਘਰਸ਼ 1984 ਤੋਂ ਲੈ ਕੇ ਜਿਹੜੇ ਲੋਕ ਜ਼ੁਲਮ ਕਰਦੇ ਸਨ ਧੱਕੇ ਕਰਦੇ ਸਨ ਉਹਨਾਂ ਨੂੰ ਸੋਧਣ ਵਾਸਤੇ ਸਮੇਂ ਸਮੇਂ ਉੱਤੇ ਇਹਨਾਂ ਸਾਰੇ ਯੋਧਿਆਂ ਨੇ ਯੋਗਦਾਨ ਪਾਇਆ। ਸਤਿਗੁਰੂ ਕੌਮ ਦੀ ਚੜ੍ਹਦੀ ਕਲਾ ਕਰੇ ਬਈ ਪ੍ਰਬੰਧਕ ਜਨਾਂ ਦਾ ਗੁਰੂ ਕੀ ਸੰਗਤ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ। ਇਹ ਤੁਹਾਡਾ ਆਪਣਾ ਸੇਵਕ ਜਥਾ ਗਿਆਨੀ ਭਗਵੰਤ ਭਗਵਾਨ ਸਿੰਘ ਸੂਰਵਿੰਡ, ਗਿਆਨੀ ਗੁਰਚੇਤ ਸਿੰਘ ਦੁਬਲੀ, ਗਿਆਨੀ ਬਲਜੀਤ ਸਿੰਘ ਬਗੀਚਾ, ਦਾਸ ਗੁਰਿੰਦਰਪਾਲ ਸਿੰਘ ਬੈਂਕਾ, ਇਸੇ ਤਰ੍ਹਾਂ ਚਾਰੇ ਵੀਰ ਸੇਵਾ ਕਰੀ ਦੀ ਆ। ਸੈਕਟਰੀ ਸਾਹਿਬ ਬੜੇ ਸੁਲਝੇ ਭਾਈ ਜਸਪਿੰਦਰ ਸਿੰਘ ਜੀ, ਉਹ ਹੁਣ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਨਗੇ। ਸਾਡੇ ਜਥੇ ਨਾਲ ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਡ, ਜਿਨ੍ਹਾਂ ਦਾ ਕਵੀਸ਼ਰੀ ਜਥਾ ਆਪ ਸੰਗਤਾਂ ਦੇ ਸਨਮੁੱਖ ਹੋ ਕਰਕੇ ਕਵੀਸ਼ਰੀ ਵਾਰਾਂ ਦੇ ਨਾਲ ਆਪ ਸੰਗਤਾਂ ਨੂੰ ਨਿਹਾਲ ਕਰਕੇ ਗਿਆ। ਸੋ ਮਨ ਨਹੀਂ ਸੀ ਕਰਦਾ ਕਿ ਵੀਰ ਜੀ ਹੁਣਾਂ ਨੂੰ ਠੀਕ ਹੈ, ਸੋ ਮਨ ਨਹੀਂ ਸੀ ਕਰਦਾ ਕਿ ਵੀਰ ਜੀ ਹੁਣਾਂ ਦੇ ਕੋਲੋਂ ਇਹ ਇਜਾਜ਼ਤ ਮੰਗੀਏ, ਪਰ ਸਮਾਂ ਵੀਰ ਮਨਜੀਤ ਸਿੰਘ ਜੀ ਮੰਜਿਆਂ ਵਾਲੀ ਕਵੀਸ਼ਰੀ ਜਥਾ ਉਹ ਵੀ ਇੱਥੇ ਹਾਜ਼ਰ ਹੋਏ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹਨਾਂ ਨੂੰ ਸਨਮਾਨ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਸੋ ਸਾਧ ਸੰਗਤ ਦਾ ਧੰਨਵਾਦ ਹੈ। ਹੁਣ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਵਾਰੀ ਸਤਿਗੁਰੂ ਜੀ ਦੇ ਅਸਥਾਨ 'ਤੇ ਜਾਣਗੇ, ਉਪਰੰਤ ਕੜਾ ਪ੍ਰਸ਼ਾਦ ਜੀ ਦੀ ਦੇਗ ਨਾਲ ਨਾਲ ਵਰਤਣੀ ਹੈ। ਸਰਬੱਤ ਸੰਗਤਾਂ ਨੇ ਜੋ ਅਰਦਾਸ ਬੇਨਤੀ ਤੋਂ ਉਪਰੰਤ ਜਾਣ ਦੀ ਕਿਰਪਾਲਤਾ ਕਰਨੀ ਹੈ, ਕਿਉਂਕਿ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਗੁਰਮਤਿ ਸਮਾਗਮ ਕਰਵਾਏ ਤਾਂ ਹੀ ਸਫਲ ਨੇ ਜੇ ਅਸੀਂ ਸਾਰੇ ਇੱਥੇ ਹਾਜ਼ਰੀ ਭਰੀਏ। ਸੋ ਮੈਂ ਦੇਖ ਰਿਹਾ ਬਾਹਰੋਂ ਨਗਰਾਂ ਤੋਂ ਵੀ ਇੱਥੇ ਵੀਰ ਅਜੇ ਤੱਕ ਸੁਸ਼ੋਭਿਤ ਨੇ, ਨਗਰ ਤਲਵੰਡੀ ਰਾਮਾ ਤੋਂ ਸੰਗਤਾਂ ਜਿਹੜੀਆਂ ਨੇ ਉਚੇਚੇ ਤੌਰ 'ਤੇ ਇੱਥੇ ਹਾਜ਼ਰੀ ਭਰਨ ਆਈਆਂ ਨੇ, ਉਹਨਾਂ ਦਾ ਧੰਨਵਾਦ। ਨਗਰ ਮਹਿਮਾ ਚੱਕ ਤੋਂ ਵੀਰ ਜੀ ਹਾਜ਼ਰੀ ਲਵਾ ਕੇ ਗਏ ਨੇ, ਉਹਨਾਂ ਦਾ ਵੀ ਧੰਨਵਾਦ। ਹੋਰ ਇਲਾਕੇ ਦੀਆਂ ਸਰਬੱਤ ਸਾਧ ਸੰਗਤਾਂ ਵੱਖ ਵੱਖ ਨਗਰਾਂ ਤੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ। ਸਾਡੇ ਲਾਈਟ ਵਾਲੇ ਵੀਰ ਜਿਨ੍ਹਾਂ ਨੇ LED ਲਾਈਟਾਂ ਦਾ ਖਾਸ ਕਰਕੇ ਪ੍ਰਬੰਧ ਕੀਤਾ, ਇਹ ਰਾਤ ਦੇ ਮੌਸਮ ਦੇ ਵਿੱਚ ਰਾਤ ਦੇ ਸਮੇਂ ਦੇ ਵਿੱਚ ਦਿਨ ਚੜਾ ਛੱਡਿਆ, ਉਹਨਾਂ ਦਾ ਧੰਨਵਾਦ। ਵੀਰ ਸਾਊਂਡ ਵਾਲੇ ਸਤਿਗੁਰੂ ਸਾਊਂਡ, ਬੜਾ ਕਮਾਲ ਦਾ ਸਾਊਂਡ ਹੈ, ਬੜੀ ਆਵਾਜ਼ ਜੋ ਦਿਲ ਖਿੱਚਵੀਂ ਹੈ, ਉਹ ਸਾਊਂਡ ਵਾਲੇ ਵੀਰਾਂ ਦਾ, ਟੈਂਟ ਵਾਲੇ ਵੀਰਾਂ ਦਾ, ਮਾਸਟਰ ਸਾਹਿਬ ਜੀ ਦਾ ਧੰਨਵਾਦ ਹੈ। ਹੁਣ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰ ਅਰਦਾਸ ਹੋਵੇਗੀ, ਮਹਾਰਾਜ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ। ਆਪ ਸਰਬੱਤ ਸੰਗਤਾਂ ਨੇ ਇਸੇ ਤਰ੍ਹਾਂ ਕੁਝ ਸਮੇਂ ਦੇ ਵਾਸਤੇ ਸੱਜੇ ਰਹਿਣਾ ਤੇ ਫਿਰ ਸਮਾਪਤੀ ਕਰਾ ਕੇ ਸਾਰੇ ਇੱਥੋਂ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ
आनंद पया मेरी माई सतगुरु मैं पाया सतगुरु ता पाया सह सहती मन वजिया वधाइया राग रतन परिवार परियां शब्द गावने आईया शब्दोता गावो हरि केरा मन जिनी विसाया कह नानक आनंद हुआ सतगुरु मैं पाया हे मन मेरे आ तू सदा रहो हर नाले हर नाल रहो तू मन मेरे दुख सब विसारना अंगीकार उह करे तेरा कार सब सवारना सबना गलना समरत स्वामी सो क्यों मनो वसारे कह नानक मन मेरे सदा रहो हर नाले साचे साहिबा क्या नाही कर तेरे कर ता तेरे सब किस है जिहदे हे सो पावे सदा सिवत सलाह तेरी नाम मन वसावे नाम जिनके मन वसिया वाजे शब्द कनेरे कह नानक सच्चे साहिब क्या नाही घर तेरे साचा नाम मेरा आधारो साच नाम आधार मेरा जिन भुखा सब गवाइया कर शांत सुख मन आए वसिया जिन इच्छा सब पूजाइया सदा कुर्बान कीता गुरविटो जिस दिया एह वडियाइया कह नानक सुनो संतो शब्द तरो प्यारो साचा नाम मेरा आधारो वाजे पंच शब्द दित घर सुभागै घर सुभागै शब्द वाजे कला जित कर धारिया पंच दूत दवास कीते काल कंटक मारिया तुर करम पाया दुध जिनको से नाम हर कै लागे कह नानक तै सुख हुआ तित कर अन हद वाजे आनंद सुनो वड पागी हो सगल मनोरथ पूरे पार ब्रह्म प्रभ पाया उतरे सगल वसूरे दुख रोग संताप उतरे सुनी सच्ची बाणी संत साजन पए सरसे पूरे गुरते जानी सुनते पनीत कहते पवित सतगुर रहया परपूरे मिनवंत नानक गुर चरण लागे वाजे अनहद दूरे सलोक पवन गुरु पाणी पिता माता त्रत महत दिवस रात दोए दाई दाया खेले सगल जगत चंगे आईया बुरे आईया वाचे धर्म दूर करमी आपो अपनी किनरे के दूर जिनी नाम ते आया गए मसकत काल नानक ते मुख उजले केती छुटी नाल जिनी नाम ते आया गए मसकत काल नानक ते मुख उजले केती छुटी नाल वाहिगुरु जी का खालसा वाहे गुरु जी की फतेह जियो तू मात पिता हम बारक तेरे कृपा मैं सुख करे कोई न जाने तुमरा अंत सगल समगरी तुम्हारे सूत्र तारी होए सो आज्ञाकारी तुम्हारी गात मित तुम ही जानी दास सदा कुर्बानी बोलो जी वाहे गुरु एक ओंकार वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती समर कै गुरु नानक लई ते आए फिर अंगद गुरु ते अमरदास रामदास सहाय अर्जन हर गोबिंद नो सिमरो श्री हर राय श्री हर कृष्ण जी ते आई जिस डिठे सब दुख जाए तेग बहादुर सिमरी है कर नौन दे आवे ताए सब थाई हो जी सहाय दसवां पातशाह श्री गुरु गोबिंद सिंह जी महाराज सब थाई हो जी सहाय दसां पातशाहियां दी जोत
श्री गुरु ग्रंथ साहिब जी दे पाठ दर्शन दर दा ध्यान करके बोलो जी पंजा प्यारे चौहान साहब जादे चाली मुकते हठिया जपिया तपिया जिना तेरा नाम जपया वंड छकिया देख चलाई देगवाही देख के अंडिठ कीता तेना प्यारे सारे दी कमाई दा ध्यान करके बोलो जी जिन्ना सिंगा सिंगणिया धर्मित सिद्ध ते बंद बंद कटाए खोपरियां लहाइया चरखियां ते चढ़े तन आरिया नाल चराए गए गुरुद्वारिया दी सेवा ली कुर्बानियां कीतियां धर्म निहारिया सिखी केसा सवासा नाल नभाई सब शहीदां दी कमाई दा ध्यान करके बोलो जी पंजा तख्ता सरबत गुरुद्वारिया दा ध्यान करके बोलो जी प्रथम सरबत खालसा जी की अरदास है जी सरबत खालसा जी को वाहिगुरु 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 चित आवे चित आमन का सदका सर्व सुख होए जहां जहां खालसा जी साहिब तहां तहां रचिया रे आए देख देख फतेह ब्रद की पैज पंथ की जीत श्री साहब जी सहाय रहन खालसा जी के बोल बाले बोलो जी सिखा नु सिखी दान केस दान रहत दान बबेक दान वसाहो दान प्रसाद दान दाना सरदान नाम दान श्री अमृतसर साहब जी के दर्शन शनान चौकिया झंडे बुंगे जुगो जुग अटल धर्म का जयकार खालसा जी बोलो जी सिखां दा मन नीवा मत उची मत पत दा राखा अकाल पुरख वाहिगुरु हे अकाल पुरख अपने पंदे सदा सहाय दतार पिता जीओ श्री ननकाणा साहिब अते होर गुरुद्वारिया गुरधामां दे जिन्हां तों खालसा पंथ नूं छोड़िया गया है जी खुले दर्शन दारे ते सेवा संभाल दा दान प्यारे खालसा जी नूं बख्शो इन माणिया दे मान ने तणिया दे तान ने ओटिया दी ओट ने आसरिया दे आसरा तख्ते विराजमान धन धन साहिब श्री गुरु ग्रंथ साहिब जीओ महाराज सतगुरु जी आप जी दे चरना कमला पास अरदास बेनती जोदड़ी है सूरा सो पहचानी है जो लरे दीन के हेत पुरजा पुरजा कट मरे कबू ना छाडे खेत सतगुरु जी आप जी दे दर कर दिया समूह संगता नगर भी लेते जे दिया समूह संगता सतगुरु जी रल मिल के आप जी दी कृपा दे नाल दो दिना गुरमत समागम आरंभ कीते ने आप जी दी कृपा हुई है पहले दिन दे समागमां दे भोग पए ने सतगुरु जी बंदी सिंघां दी रिहाई वास्ते आप जी दे चरणां दे विच अरदास बेनती जोदड़ी है पंजा साहिब सतगुरु जी पंजा साहिब जी दे साके दे विच शहीद होए सिंह सिंघणियां दी याद नूं ताजा करदिआं संगतां ने इह उपराला कीता कृपा करनी उन्हां गुरमुख प्यारिआं दी चरणां दी धूड़ समूह संगतां नूं बख्शिश करनी ते अपने दर ते अरदास बेनती जोदड़ी मंजूर करनी उन्हां बंदी सिंघां दी रिहाई ते आप कृपा करके करनी सतगुरु जी पहले दिन दे रात्री दे समागम जिहड़े ने उन्हां दे भोग पए ने भोगां दे विच आप जी दे रागी सिंघां दे कोलों आप जी दे कथा विचारां करदिआं ढाडी वारां गाउंदिआं होईआं बेंत भुल्लां नूं माफ करना गां तों समत बख्शिश करनी चेता सुधार बख्शिश करना सतगुरु जी आप जी दे दर करदे सेवादार भाई साहिब जुगराज सिंह जी समूह परिवार वल्लों आप जी दे दर ते पंचम कड़ा प्रसादी दे सज के हाजर है आप जी नूं दर प्रवान होए प्रवान होया प्रसाद संगतां विच वरताउण दी आग्या बख्शिश करनी जो भी प्राणी शीतल प्रसाद छके सत नाम श्री वाहिगुरु जपे कृपा करियो जी जो भी सेवकां दे मन दियां भावना ने पूरियां करियो दरों करो चढ़दी कला दियां दातां नाम दियां दातां तंदरुस्ती दियां दातां बख्श के निहाल करियो सतगुरु जी आप जी दे बच्चियां दे कोलों सभावां नभाउंदिआं होईआं बेंत भुल्लां नूं माफ करना गां तों समत बख्शिश करनी चढ़दी कला दियां दातां नाम दियां दातां बख्श के निहाल करना सतगुरु जी जो भी संगतां आप जी दे दर ते आण के हाजरी ਭਰੀ ਹੈ ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਕਰੋ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ
ਈਹਾਂ ਉਹਾਂ ਸੱਚੋਏ ਵਾਲੀ ਤਾਕਤ ਬਖਸ਼ ਕੇ ਨਿਹਾਲ ਕਰਨਾ ਜੀ, ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਜੀ, ਮੇਰਾ ਦਾਤ ਰੱਖਣਾ ਸਮੂਹ ਸੰਗਤਾਂ ਦੇ ਕਾਰਜ ਰਸ ਕਰਨੇ, ਸਾਰਿਆਂ ਦੀ ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਕਰੋ ਕਿਰਪਾ ਗਲਤੀਆਂ ਭੁੱਲ ਚੁੱਕ ਮਾਫ ਕਰਦੇ ਹੋਏ ਹੁਣ ਆਪਣੇ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰੋ, ਨਾਮ ਨਾਲ ਜੋੜੋ ਸੁੱਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈਆ ਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਭੋਜਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ, ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਹਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਨਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬਹੂ ਨਾ ਸਾਡੈ ਖੇਤ, ਸੋ ਕਹੋ ਟਲ ਗੁਰ ਸਹਿਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੈ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ, ਵਾਰ ਸਲੋਕਾ ਨਾਲ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ, ਮਦ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ, ਸਿਮਰੰਤ ਸੰਤ ਸਰਬਤਰ ਰਮਨੰ, ਨਾਨਕ ਅਗਨਾਸਨ ਜਗਦੀਸੁਰ ਹੈ, ਆਦ
ਮਦ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਪੇਖਨ ਸੁਨਨ ਸੁਨਾਵਨ ਮਨ ਮਹਿ ਦ੍ਰਿੜਿਆ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮਾਹਿ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ ਸਿਮਰੰਤ ਸੰਤ ਸਰਬਤਰ ਰਮਨੰ ਨਾਨਕ ਅਗਨਾਸਨ ਜਗਦੀਸ਼ੁਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।